ਹੈਲੋ ਜੀ ਸਸਰੀ ਗਾਲ ਵੈਲਕਮ ਟੂ ਆਲ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਐਗਜ਼ਾਮ ਕੇਸਰੀ ਤੇ ਅੱਜ ਦੀ ਜਿਹੜੀ ਕਲਾਸ ਆਪਾਂ ਕਰੰਟ ਅਫੇਅਰਸ ਦੀ ਮੈਰਾਥਨ ਪਹਿਲੀ ਕਰ ਰਹੇ ਆ ਕਿਉਂਕਿ ਆ ਪੀ ਟ੍ਰਿਪਲ ਐਸਪੀ ਸਪੈਸ਼ਲ ਆ ਓਕੇ ਤੋ ਚਲੋ ਜੀ ਕਲਾਸ ਦੀ ਸ਼ੁਰੂਆਤ ਕਰਦੇ ਆ ਤੋ ਇਸ ਤੋਂ ਪਹਿਲਾਂ ਜਿਹੜੇ ਵੀ ਬੱਚੇ ਲਾਈਵ ਹੋ ਚੁੱਕੇ ਨੇ ਇੱਕ ਵਾਰੀ ਸਾਰੇ ਬੱਚੇ ਇਸ ਵੀਡੀਓ ਨੂੰ ਸਾਰੇ ਕਿਤੇ ਸ਼ੇਅਰ ਕਰਿਓ ਲਾਈਕ ਕਰ ਦਿਓ ਔਰ ਜਿਨ੍ਹਾਂ ਨੇ ਹਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਇੱਕ ਵਾਰੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਚਲੋ ਜੀ ਕਲਾਸ ਦੀ ਸ਼ੁਰੂਆਤ ਕਰਦੇ ਆ ਟੋਟਲ 100 ਕੁਐਸਚਨ ਅੱਜ ਦੀ ਮੈਰਾਥਨ ਦੇ ਵਿੱਚ ਰਹਿਣਗੇ ਇਹ ਜਿਹੜੇ 100 ਦੇ 100 ਕੁਐਸਚਨ ਹੈ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੋਣਗੇ ਔਰ ਐਵੇਂ ਦੀ ਮੈਰਾਥਨਸ ਜਿਹੜੀਆਂ ਤੁਹਾਨੂੰ ਹੁਣ ਇਸ ਹਫਤੇ ਦੇ ਵਿੱਚ ਕਰੰਟ ਅਫੇਅਰਸ ਤੇ ਪੰਜਾਬ ਜੀਕੇ ਆ ਦੋ ਮੈਰਾਥਨਸ ਜਿਹੜੀਆਂ ਤੁਹਾਨੂੰ ਦੇਖਣ ਨੂੰ ਹੁਣ ਮਿਲਣਗੀਆਂ ਚਲੋ ਜੀ ਪਹਿਲੇ ਕੁਐਸਚਨ ਤੇ ਚੱਲਦੇ ਹਾਂ ਜੀ ਫਰਸਟ ਕੁਐਸਚਨ ਤੁਹਾਡੇ ਸਾਹਮਣੇ ਆ ਤੋ ਦੇਖਦੇ ਹਾਂ ਪਹਿਲੇ ਕੁਐਸਚਨ ਦਾ ਆਨਸਰ ਕੌਣ ਦਿੰਦਾ ਥਿਸ ਵਨ ਇਜ਼ ਦਾ ਫਰਸਟ ਕੁਐਸਚਨ वाज क्लियर है कोई आवाज चेक कर लिए is चलो इट्स ओके एवरीथिंग इज ओके थैंक यू रमन एजुकेशन सुरजीत लखविंदर थैंक्स टू ऑल चलो जी पहले क्वेश्चन का आंसर वातुकमा वातुकमा यह एक फ्लोरल फैसटिवल है एक एक फ्लावर का एक फैसटिवल है फ्लावर फ्लावर फैसटिवल है आ आत्थे मनाया जाता है तो बाथू कम फ्लॉवर फैसटिवल किस स्टेट का फैसटिवल है तो अपना आंसर की रहेगा तेलंगाना तेलंगाना अपना बिल्कुल கரெக்ட் आंसर ਰਹੇਗਾ తెలంగాణਾ ਦਾ ਫੈਸਟੀਵਲ ਯਾਦ ਰੱਖਣਾ ਇਹ ਇੱਕ ਫਲਾਰ ਫੈਸਟੀਵਲ ਅਗਲੇ ਕੁਐਸਚਨ ਤੇ ਚੱਲਦੇ ਆ ਇਨ ਵਿੱਚ ਡਿਵੀਜ਼ਨ ਇਨ ਵਿੱਚ ਡਿਵੀਜ਼ਨ ਆਫ ਇੰਡੀਅਨ ਰੇਲਵੇਜ਼ ਇੰਡੀਅਨ ਰੇਲਵੇਜ਼ ਦੀ ਕਿਹੜੀ ਡਿਵੀਜ਼ਨ ਹੈ ਹੈਵ ਸੈਟ ਅਪ ਮੇਕਦੂਤ ਮੇਕਦੂਤ ਮਸ਼ੀਨਸ ਜਿੱਥੇ ਸੈਟ ਅਪ ਕੀਤੀਆਂ ਗਿਆ ਮੇਕਦੂਤ ਮਸ਼ੀਨਸ ਕਿਹਦੇ ਨਾਲ ਰਿਲੇਟਡ ਹੈ ਆ ਜੀ ਪਾਣੀ ਨਾਲ ਰਿਲੇਟਡ ਆ ਹਾਂਜੀ ਪੀਨ ਯੋਗ ਪਾਣੀ ਬਣਾਣਾ ਆਹ ਮੇਕਦੂਤ ਮਸ਼ੀਨਸ ਦਾ ਕੰਮ ਰਹੇਗਾ ਔਰ ਇੰਡੀਅਨ ਰੇਲਵੇ ਰੇਲਵੇਜ਼ ਦੇ ਦੁਆਰਾ ਇਹ ਕਿਹੜੀ ਡਿਵੀਜ਼ਨ ਦੇ ਵਿੱਚ ਇਹ ਮੁੰਬਈ ਡਿਵੀਜ਼ਨ ਇੱਥੇ கரੈਕਟ ਆਨਸਰ ਰਹੇਗਾ ਮੁੰਬਈ ਡਿਵੀਜ਼ਨ ਦੇ ਵਿੱਚ ਇਹਨੂੰ ਇੰਸਟਾਲ ਕੀਤਾ ਗਿਆ ਹੈ ਕਲੀਅਰ ਮੁੰਬਈ ਡਿਵੀਜ਼ਨ ਇੱਥੇ ਆਪਣਾ கரੈਕਟ ਆਨਸਰ ਹੈ ਅਗਲਾ ਕੁਐਸਚਨ ਥਿਸ ਇਸ ਦਾ 1 ਆਫ ਦਾ ਮੋਸਟ ਇੰਪੋਰਟੈਂਟ ਕੁਐਸਚਨ ਜਿਹਦੇ ਕਿ 100% ਚਾਂਸ ਪੇਪਰ ਦੇ ਵਿਚ ਆਉਣ ਦੇ ਨੇ ਹੂ ਹੈਜ਼ ਗਿਵਨ ਦਾ दादा साहेब फाल्के अवार्ड फॉर द 2020 ਯਾਦ ਰੱਖੋ ਕਿਹੜਾ ਗੱਲ ਕਰ ਰਹੇ ਆਪਾਂ 2020 ਦੀ ਗੱਲ ਕਰ ਰਹੇ ਆ 2020 ਦਾ ਦਾਦਾ ਸਾਹਿਬ ਫਾਲਕੇ ਅਵਾਰਡ ਕਿਸ ਐਕਟਰ ਜਾਂ ਐਕਟ्रेस ਨੂੰ ਦਿੱਤਾ ਗਿਆ ਉਹਦੀ ਲਾਈਫਟਾਈਮ ਕੰਟਰੀਬਿਊਸ਼ਨ ਟੂ ਇੰਡੀਅਨ ਸਿਨੇਮਾ ਹਾਂਜੀ ਤੋ ਇੱਥੇ ਆਪਣਾ ਕਰੈਕਟ ਆਨਸਰ ਕੀ ਰਹੇਗਾ ਧਿਆਨ ਨਾਲ ਇਸ ਕੁਸ਼ਚਨ ਨੂੰ ਸਮਝਦੇ ਆ ਕਿਉਂਕਿ ਆ ਮੋਸਟ ਇੰਪੋਰਟੈਂਟ ਕੁਸ਼ਚਨ ਹੈ ਮੋਸਟ ਇੰਪੋਰਟੈਂਟ ਦਾ ਰੀਜ਼ਨ ਦੋ ਆ ਇੱਕ ਤੇ ਜੀ ਇੱਥੇ ਤਿੰਨ ਅਵਾਰਡ ਮਿਲੇ 2019 ਦਾ ਵੀ ਮਿਲਿਆ 2020 ਦਾ ਵੀ ਮਿਲਿਆ 2021 ਦਾ ਵੀ ਮਿਲਿਆ ਤਿੰਨ ਅਵਾਰਡ ਇਹਦੇ ਵਿੱਚ ਆਪਾਂ ਯਾਦ ਰੱਖਣੇ ਨੇ 2019 2021 ਕੁਐਸਚਨ ਕਿਹਦਾ ਪੁੱਛਿਆ ਗਿਆ 20 ਦਾ ਜਿਹੜਾ ਕੁਐਸਚਨ ਪੁੱਛਿਆ ਗਿਆ ਆਪਸ਼ਨਸ ਦੇਖਦੇ ਆ ਦਾਦਾ ਸਾਹਿਬ ਫਾਲਕੀ ਅਵਾਰਡ ਕਿੰਨੂੰ ਮਿਲਿਆ ਕਿਸ ਐਕਟਰਸ ਨੂੰ ਮਿਲਿਆ ਠੀਕ ਹੈ ਐਕਟਰ ਜਾਂ ਐਕਟਰਸ ਦੋਵੇਂ ਹੀ ਇਹਦੇ ਵਿੱਚ ਆਣਗੇ ਕਿਸ ਐਕਟਰ ਜਾਂ ਐਕਟਰਸ ਨੂੰ ਮਿਲਿਆ ਹੇਮਾ ਮਾਲਿਨੀ ਆਸ਼ਾ ਪਾਰੇਖ ਜਾਂ ਮਤਾ ਬਚਨ ਜਾਂ ਨੰਦੀਤਾ ਸ਼ਰੀ ਆਸ਼ਾ ਪਾਰੇਖ ਬਿਲਕੁਲ ਕਰੈਕਟ ਆਨਸਰ ਆਪਣਾ ਕੀਆ आशा, आशा पारेख इत अपना बिल्कुल करैक्ट आंसर रहेगा दादा साहब आ फालके अवार्ड जो आशा पारेख में मिले क्लीयर अगले क्वेश्चन तो आप मूव ऑन करते हैं जी अगला क्वेश्चन अपना की होएगा ओके <coughs> okay. अगला क्वेश्चन अपना की है यूनिवर्सिटी ग्रांट कमीशन यूनिवर्सिटी ग्रांट कमीशन विल नाउ मोनीटर एंड रिजोल्व द आल ग्रीवियंसिज ऑफ स्टूडेंट्स एंड स्टाफ इनवरसिटीज थ्रू एंड सेंट्रलाइज्ड पोर्टल ਤੋ ਸਿੰਪਲ ਜੀ ਭਾਸ਼ਾ ਚ ਕੁਸ਼ਨ ਕੀ ਹੈ UGC ਦੇ ਦੁਆਰਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਦੁਆਰਾ ਇੱਕ ਸੈਂਟਰਲਾਈਜ਼ਡ ਪੋਰਟਲ ਹੈ ਜਿਹੜਾ ਓਪਨ ਕੀਤਾ ਜਾਂਦਾ ਠੀਕ ਹੈ ਇਸ ਪੋਰਟਲ ਦਾ ਕੰਮ ਕੀ ਰਹੇਗਾ ਜਿਨਨੇ ਵੀ ਗ੍ਰੀਵੈਂਸਿਸ ਹੈਗੇ ਨੇ ਉਹਨਾਂ ਨੂੰ ਇੱਥੇ ਐਡਰੈਸ ਕੀਤਾ ਜਾਵੇਗਾ ਔਰ ਇਸ ਪੋਰਟਲ ਦਾ ਨਾਮ ਕੀ ਹੈ ਆਪਸ਼ਨਸ ਦੇਖਦੇ ਹਾਂ ਜੀ ਆਪਸ਼ਨ ਆਪਣੇ ਕੋਲ ਕੀ ਹੈ ਈ ਸੋਲੂਸ਼ਨ ਈ ਸਮਾਧਾਨ ਈ ਪਰਖ ਈ ਸੰਵਾਦ ਈ ਸੰਵਾਦ ਈ ਪਰਖ ਈ ਸਮਾਧਾਨ ਤੋ ਆਪਾਂ ਦੇਖੀਏ ਕਿ ਸਾਰੇ ਜਿਹੜੇ ਆਪਾਂ ਆਪਣੇ ਕੋਲ ਆਪਸ਼ਨਸ ਹੈਗੇ ਨੇ ਤੋ ਸਾਰਿਆਂ ਦੇ ਵਿੱਚ ਈ ਲੱਗਿਆ ਹੋਇਆ ਠੀਕ ਹੈ ਔਰ ਜਿਆਦਾ ਕਨਫਿਊਜ਼ਨ ਬੱਚਿਆਂ ਨੂੰ ਸੰਵਾਦ ਤੇ ਸਮਾਧਾਨ ਦੇ ਵਿੱਚ ਰਹੇਗੀ ਹੈਨਾ ਸੰਵਾਦ ਤੇ ਸਮਾਧਾਨ ਚ ਰਹੇਗੀ ਈ ਸੰਵਾਦ ਬਿਲਕੁਲ கரੈਕਟ ਆਨਸਰ ਹੈ ਜਸਪ੍ਰੀਤ ਸੁਰਜੀਤ ਜਸਪ੍ਰੀਤ ਵੈਰੀ ਗੁੱਡ ਸ਼ਾਬਾਸ਼ ਸਾਰਿਆਂ ਦਾ ਆਨਸਰ ਬਿਲਕੁਲ கரੈਕਟ ਹੈ ਇੱਥੇ ਸਮਾਵਾਦ ਸਮਾਧਾਨ ਨਹੀਂ ਸੰਵਾਦ ओके okay, नहीं इथे जस्ट वेट संवाद नहीं हो सकता क्योंकि संवाद ਦੇ ਵਿੱਚ ਕੋਈ ਵੀ ਆਪਾਂ ਨੂੰ ਈ ਸੋਲਿਊਸ਼ਨ ਨਹੀਂ ਮਿਲੇਗਾ ਗ੍ਰੀਵੈਂਸ ਜਿਹੜੇ ਈ ਸਮਾਧਾਨ ਈ ਸਮਾਧਾਨ கரੈਕਟ ਆਨਸਰ ਸੰਵਾਦ ਨਹੀਂ ਸਮਾਧਾਨ ओके तो ਈ ਸਮਾਧਾਨ ਇੱਥੇ ਆਪਣਾ கரੈਕਟ ਆਨਸਰ ਰਹੇਗਾ ਈ ਸੰਵਾਦ ਨਹੀਂ ਹੈ ਦੇਖੋ ਇੱਥੇ ਥੋੜਾ ਜਿਆਦਾ ਦੱਸ ਦਿਨਾ ਸੰਵਾਦ ਦਾ ਮਤਲਬ ਕੀ ਹੁੰਦਾ ਕਿਸੇ ਨਾਲ ਡਿਸਕਸ਼ਨ ਕਰਨੀ ਹੈ ਨਾ ਵਾਰਤਾਲਾਪ ਕਰਨਾ ਜਦ ਕਿ ਇਸ ਪੋਰਟਲ ਦਾ ਕੰਮ ਕੀ ਹੈ ਕਿ ਯੂਨੀਵਰਸਿਟੀ ਦੇ ਜਿਹੜੇ ਗ੍ਰੀਵੈਂਸਿਸ ਹੈਗੇ ਆ ਠੀਕ ਹੈ ਸਟੂਡੈਂਟ ਦੇ ਜਾਂ ਟੀਚਰ ਗ੍ਰੀਵੈਂਸੀਜ਼ ਆ ਉਹਨਾਂ ਨੂੰ ਸੋਲਵ ਕਰਨਾ ਇਸ ਕਰਕੇ ਸਮਾਧਾਨ ਇਥੇ ਆਨਸਰ ਆਏਗਾ ਸੰਵਾਦ ਨਹੀਂ ਆਏਗਾ ਤੁਸੀਂ ਕਨਫਿਊਜ਼ ਨਹੀਂ ਹੋਣਾ ਇਹਦੇ ਵਿੱਚ ਚਲੋ ਜੀ which film is awarded as the best film on social issues social issues in 68 national film fair awards national film fair awards ਦੇ ਵਿੱਚ ਜਿਹੜੇ ਕਿ 68th ਨੈਸ਼ਨਲ ਫਿਲਮ ਫੇਅਰ ਅਵਾਰਡਸ ਸੀਗੇ ਇਹਦੇ ਵਿੱਚ ਬੈਸਟ ਮੂਵੀ ਕਿਹੜੀ ਰਹੀ ਜਿਨਨੇ ਕਿ ਸੋਸ਼ਲ ਇਸ਼ੂਜ਼ ਨੂੰ ਚੱਕਿਆ ਸੀਗਾ ਠੀਕ ਹੈ ਤਾਂ ਬੈਸਟ ਮੂਵੀ ਔਨ ਸੋਸ਼ਲ ਇਸ਼ੂਜ਼ অপਸ਼ਨਸ ਦੇਖਦੇ ਆਂ ਜੀ ਆਪਣੇ ਕੋਲ অপਸ਼ਨਸ ਕਿਹੜੇ-ਕਿਹੜੇ ਨੇ ਤਾਂ অপਸ਼ਨਸ ਪਹਿਲਾ ਫਿਊਨਰਲ थानाਜੀ ਸੁਰਾਈ ਪੋਤਰੂ ਜਾਂ ଏਕੇ ਐਯੱਪਮ ਕੋਸ਼ਯਮ ਹਾਂਜੀ ਬੈਸਟ ਮੂਵੀ ਪੁੱਛਿਆ ਗਿਆ ਯਾਦ ਰੱਖੋ ਉਥੇ ਵਰਡ ਕੀ ਲਿਖਿਆ ਹੈ ਸੋਸ਼ਲ ਇਸ਼ੂਜ਼ ਠੀਕ ਹੈ ਬੈਸਟ ਮੂਵੀ ਔਨ ਸੋਸ਼ਲ ਇਸ਼ੂਜ਼ ਇਸ ਚੀਜ਼ ਨੂੰ ਵੀ ਦੇਖਣਾ ਬਈ ਕਾਫੀ ਸਾਰੇ ਬੱਚਿਆਂ ਦਾ ਆਨਸਰ ਜਿਹੜਾ ਸੀ ਆਪਸ਼ਨ ਆ ਰਿਹਾ ਇੱਥੇ ਮੈਂ ਥੋੜਾ ਜਿਆਦਾ ਤੁਹਾਨੂੰ ਕਰੈਕਟ ਕਰ ਦੇਵਾਂ ਇੱਥੇ ਫਿਊਨਰਲ ਹੈ ਜਿਹੜਾ ਇੱਥੇ ਕਰੈਕਟ ਆਨਸਰ ਰਹੇਗਾ ਫਿਊਨਰਲ ਜਿਹੜਾ ਕਰੈਕਟ ਆਨਸਰ ਰਹੇਗਾ ਠੀਕ ਹੈ ਆ ਜਿਹੜੇ ਸੋਸ਼ਲ ਇਸ਼ੂ ਤੇ ਜਿਹੜਾ ਅਵਾਰਡ ਹੈ ਜਿਹੜਾ ਇੱਕ ਸਪੈਸ਼ਲ ਕੈਟਾਗਰੀ ਦਾ ਅਵਾਰਡ ਜਿਹੜਾ ਉਹ ਦਿੱਤਾ ਗਿਆ ਸੀਗਾ ਫਿਊਨਰਲ ਇੱਥੇ ਆਪਣਾ ਆਪਣਾ ਬਿਲਕੁਲ ਕਰੈਕਟ ਆਨਸਰ ਰਹੇਗਾ ਕਲੀਅਰ ਯਾਦ ਰੱਖਣੀ ਇਸ ਚੀਜ਼ ਨੂੰ ਓਕੇ ਚਲੋ ਜੀ ਅਗਲੇ ਕੁਸ਼ਣ ਤੇ ਚੱਲਦੇ ਹਾਂ ਸੋਸ਼ਲ ਇਸ਼ੂਸ ਤੇ ਫਿਊਨਰਲ ਅਗਲਾ ਕੁਸ਼ਣ ਹੈ ਹੂ ਵਾਸ नेशनेल लता मंगेशकर अवार्ड 2020 ਹੁਣ ਇਸ ਇਸ ਕੁਐਸਚਨ ਨੂੰ ਵੀ ਦੇਖਦੇ ਆ ਲਤਾ ਮੰਗੇਸ਼ਕਰ ਅਵਾਰਡ 2019 2020 2021 ਇਹ ਵੀ ਜਿਹੜੇ ਤਿੰਨ ਅਵਾਰਡ ਜਿਹੜੇ ਦਿੱਤੇਗੇ ਹੈਨਾ ਇਹੇ ਇਸੇ ਸਾਲ ਦਿੱਤੇਗੇ ਇਹ ਇਸੇ ਸਾਲ ਤਿੰਨੋਂ ਅਵਾਰਡ ਦੇ ਦਿੱਤੇਗੇ 2019 ਦਾ ਵੀ ਕਿਉਂਕਿ 2019 ਦੇ ਵਿੱਚ ਦਿੱਤਾ ਨਹੀਂ ਗਿਆ ਸੀਗਾ 2020 ਦਾ ਵੀ 21 ਦਾ ਵੀ ਤਿੰਨ ਅਵਾਰਡ ਲਤਾ ਮੰਗੇਸ਼ਕਰ ਦੇ ਨਾਮ ਤੋਂ ਦਿੱਤੇ ਜਾਂਦੇ ਨੇ ਓਕੇ ਕਿਹਨੂੰ ਦਿੱਤਾ ਜੀ ਕੁਮਾਰ ਸਾਨੂੰ ਜਾਂ ਸ਼ਿਲਿੰਦਰ ਸਿੰਘ ਜਾਂ आनंद मिलिंद या कृष्णा कुमार कुनत हाँ जी कंफ्यूज़ नहीं होना ध्यान देखो इस क्वेश्चन ना आप तीन क्वेश्चन सोल्व करने ने इस क्वेश्चन के ना आप तीन क्वेश्चन सोल्व करने कलियर लता मंगेशकर नैशनल लता मंगेशकर अवार्ड ट्वेंटी ट्वेंटी अवार्ड किनू दिता गया ਕਾਫੀ ਸਾਰੇ ਬੱਚਿਆਂ ਦਾ ਆਨਸਰ ਕੁਮਾਰ ਸਾਨੂੰ ਆ ਰਿਹਾ ਹੈ ਕੁਮਾਰ ਸਾਨੂੰ ਆਨਸਰ ਗਲਤ ਹੈ ਕਿਉਂਕਿ ਆਹ 2021 ਦਾ 21 ਲਈ ਅਵਾਰਡ ਜਿਹੜਾ ਕੁਮਾਰ ਸਾਨੂੰ ਨੂੰ ਦਿੱਤਾ ਗਿਆ ਓਕੇ ਫਿਰ ਆਨਸਰ ਕੀ ਹੋਏਗਾ ਸ਼ਿਲਿੰਦਰ ਸਿੰਘ ਜਾਂ ਅਨੰਦ ਮਿਲਿੰਦ ਤਾਂ ਇਹਦੇ ਵਿੱਚ ਆਨਸਰ ਆਪਣੇ ਕੋਲ ਕੀ ਰਹੇਗਾ ਅਨੰਦ ਮਿਲਿੰਦ ਜਿਨ੍ਹਾਂ ਨੂੰ 2020 ਲਈ ਅਵਾਰਡ ਦਿੱਤਾ ਗਿਆ ਔਰ ਸ਼ਿਲਿੰਦਰ ਸਿੰਘ ਨੂੰ ਆਨਸਰ 2019 ਲਈ ਅਵਾਰਡ ਦਿੱਤਾ ਗਿਆ ਤੈਨੂੰ ਯਾਦ ਹੋ ਗਏ ਸ਼ਿਲਿੰਦਰ ਸਿੰਘ 2019 ਓਕੇ ਕੁਮਾਰ ਸਾਨੂੰ 2021 ਔਰ 2020 ਆਨੰਦ ਮਿਲਿੰਦ ਆ تینਾਂ ਨੂੰ ਜਿਹੜੇ ਅਵਾਰਡ ਦਿੱਤੇ ਗਏ ਨੇ ਅਗਲੇ ਕੁਐਸਚਨ ਤੇ ਚੱਲਦੇ ਹਾਂ ਜੀ ਆ ਕੁਐਸਚਨ ਬੜਾ ਸਿੰਪਲ ਜਿਹਾ ਕੁਐਸਚਨ ਵਿਚ ਸਟੇਟ ਰੀਸੀਵ ਦਾ ਫਰਸਟ ਪ੍ਰਾਈਜ਼ ਫਰਸਟ ਪ੍ਰਾਈਜ਼ ਕਿਹੜਾ ਪ੍ਰਾਈਜ਼ ਫਰਸਟ ਪ੍ਰਾਈਜ਼ ਫੋਰ ਦਾ ਬੈਸਟ ਐਡਵੈਂਚਰ ਟੂਰਿਜ਼ਮ ਐਡਵੈਂਚਰ ਟੂਰਿਜ਼ਮ ਦੀ ਕੈਟਾਗਰੀ ਦੇ ਵਿੱਚ ਪਹਿਲਾ ਪ੍ਰਾਈਜ਼ ਕਿਹਨੂੰ ਦਿੱਤਾ ਗਿਆ ਇਹ ਵਰਲਡ ਟੂਰਿਜ਼ਮ ਆਰਗੇਨਾਈਜੇਸ਼ਨ ਦੇ ਦੁਆਰਾ ਇਹ ਪ੍ਰਾਈਜ਼ ਜਿਹੜਾ ਦਿੱਤਾ ਜਾਂਦਾ ਹੈ ਔਰ ਇਹ ਪਹਿਲੀ ਮੈਰਾਥਨ ਆ ਜਿਹੜੇ ਬੱਚੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਸ਼ੁਰੂ ਕਰ ਲਿਓ एग्जाम ਕੇਸ ਲਈ ਚੈਨਲ ਨੂੰ ਸੋ ਦੈਟ ਕੀ ਆਉਣ ਵਾਲੀ ਮੈਰਾਥਨਸ ਜਿਹੜੀਆਂ ਤੁਹਾਨੂੰ ਮਿਲਦੀ ਰਹਿਣ ਔਰ ਜਿਹੜਾ ਤੁਹਾਡਾ ਪੇਪਰ 4 ਦਸੰਬਰ ਨੂੰ ਪੀਟ੍ਰ ਪਲੱਸ ਬੀ ਦਾ ਪੇਪਰ ਹੈ ਉਹਦੇ ਬਾਅਦ ਜਨਵਰੀ ਮੰਥ ਤੇ ਵਿੱਚ ਜਿਹੜੇ ਪੇਪਰ ਹੈਗੇ ਨੇ ਪੀਟ੍ਰੀ ਪਲੱਸ ਬੀ ਜਿਵੇਂ ਕਿ ਵੀਡੀਓ ਆ ਕਲਰਕ ਦਾ ਪੇਪਰ ਉੱਥੇ ਆ ਐਕਸਾਈਜ਼ ਇਨਸਪੈਕਟਰ ਦਾ ਉਹਨਾਂ ਸਾਰਿਆਂ ਲਈ ਆਹਾ ਮੈਰਾਥਨ ਬਹੁਤ ਇੰਪੋਰਟੈਂਟ ਰਹੇਗੀ ਠੀਕ ਹੈ ਚਲੋ ਜੀ ਟੂਰਿਜ਼ਮ ਤੇ ਆਨੇ ਜੀ ਬੈਸਟ ਐਡਵੈਂਚਰ ਟੂਰਿਜ਼ਮ ਦਾ ਅਵਾਰਡ ਕਿਹਦੇ ਦੁਆਰਾ ਦਿੱਤਾ ਗਿਆ ਫਰਸਟ ਪ੍ਰਾਈਜ਼ ਕਿਹਨੂੰ ਦਿੱਤਾ ਗਿਆ ਹਿਮਾਚਲ ਪ੍ਰਦੇਸ਼ ਲਦਾਖ ਉੱਤਰਾਖੰਡ ਜਾਂ ਗੋਆ ਹਿਮਾਚਲ ਪ੍ਰਦੇਸ਼ ਲਦਾਖ ਉੱਤਰਾਖੰਡ ਜਾਂ ਗੋਆ ਹੁਣ ਆਪਾਂ ਵਰਡ ਇੱਥੇ ਕਿਹੜਾ ਐਡਵੈਂਚਰ ਯੂਜ਼ ਕਰ ਰਹੇ ਹਾਂ ਗੋਆ ਤਾਂ ਪਹਿਲਾਂ ਹੀ ਕਾਂਟਾ ਮਾਰ ਦੋ ਕਲੀਅਰ ਗੋਆ ਦਾ ਪਹਿਲਾਂ ਹੀ ਕਾਂਟਾ ਮਾਰ ਦੋ ਬਿਲਕੁਲ ਕਰੈਕਟ ਆਨਸਰ ਆਲ all of you has given the correct answer ਇੱਥੇ ਜਿਹੜਾ ਉੱਤਰਾਖੰਡ ਜਿਹੜਾ ਬਿਲਕੁਲ ਆਪਣਾ கரੈਕਟ ਆਨਸਰ ਹੈ ਉੱਤਰਾਖੰਡ ਨੂੰ ਇਹ ਅਵਾਰਡ ਦਿੱਤਾ ਗਿਆ ਸੀ ਜਸਪ੍ਰੀਤ ਕੌਰ ਬਿਲਕੁਲ கரੈਕਟ ਆਨਸਰ ਹੈ ਉੱਤਰਾਖੰਡ ਯੂਕੇ ਓਕੇ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਆ ਵਿਚ 에어ਪੋਰਟ ਹੈਜ਼ গিਵਨ ਦਾ 에어ਪੋਰਟ ਸਰਵਿਸ ਕੁਆਲਿਟੀ ਅਵਾਰਡ 2022 ਬਾਏ ਦਾ 에어ਪੋਰਟ ਕੌਂਸਲ ਇੰਟਰਨੈਸ਼ਨਲ 에어ਪੋਰਟ ਦੀ ਇੰਟਰਨੈਸ਼ਨਲ ਕੌਂਸਲ ਦੇ ਦੁਆਰਾ 에어ਪੋਰਟ ਸਰਵਿਸ ਕੁਆਲਿਟੀ ਯਾਨੀ ਕਿ ਕੁਆਲਿਟੀ ਸਟੈਂਡਰਡਸ ਬਹੁਤ ਵਧੀਆ ਇਹਨਾਂ ਨੇ ਮੈਂਟੇਨ ਕੀਤੇ ਜਿਹਦੇ ਕਰਕੇ ਇਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ ओके ਇਹਦੇ ਪ੍ਰੋਜੈਕਟ ਦੀ ਵੀ ਗੱਲ ਕਰਾਂਗੇ ਪਹਿਲਾਂ ਇਹਦਾ ਆਨਸਰ ਦੇਖਦੇ ਆਂ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਦਿੱਲੀ ਵਾਲਾ ਗਿਆ ਕੋਚਨ ਵਾਲਾ ਕੋਚਨ ਇੰਟਰਨੈਸ਼ਨਲ 에어ਪੋਰਟ ਕੈਂਪੇਨਗੋੜਾ ਇੰਟਰਨੈਸ਼ਨਲ 에어ਪੋਰਟ ਜਿਹੜਾ ਕਿ ਤੁਹਾਡਾ ਬੰਗਲੌਰੂ ਦੇ ਵਿੱਚ ਹੈ ਔਰ ਨੇਤਾਜੀ ਸੁਭਾਚੰਦਰ ਇੰਟਰਨੈਸ਼ਨਲ 에어ਪੋਰਟ ਇਹ ਆਪਣੇ ਕੋਲ ਆਪਣੀਆਂ ਚਾਰ ਆਪਸ਼ਨਾਂ ਤੋਂ ਇੱਥੇ ਆਪਣਾ ਕਰੈਕਟ ਆਨਸਰ ਕੀ ਰਹੇਗਾ ਕਿਸ 에어ਪੋਰਟ ਨੂੰ ਅਵਾਰਡ ਮਿਲਿਆ ਹੈ ਉਹਦੀ 에어ਪੋਰਟ ਸਰਵਿਸ ਕੁਆਲਿਟੀ ਨੂੰ ਲੈ ਕੇ ਕਰਕੇ ਤੋਂ ਕਾਫੀ ਸਾਰੇ ਬੱਚੇ ਇੰਦਰਾ ਗਾਂਧੀ मार्क कर बड़ा कॉमनली तो है, है ना तो इत अपना करैक्ट आंसर की रहेगा यस yes, बिल्कुल इतने अपने कोचिन इंटरैशनल एयरपोर्ट इज द करैक्ट आंसर तो बी ऑप्शन अपना बिल्कुल करैक्ट आंसर है ओके बी ऑप्शन इज एबसोल्यूटली करैक्ट ओके और अवार्ड इन्ह ने किस मिशन के द्वारा मिशन नहीं दिता गया तो मिशन है दैट इज़ द मिशन सेफ गार्डिंग प्रोग्राम तो आ जड़ा मिशन सेफ गार्डिंग आ मिशन ਸੇਫ ਗਾਰਡਿੰਗ ਸੇਫ ਗਾਰਡਿੰਗ ਇਸ ਚੀਜ਼ ਨੂੰ ਯਾਦ ਰੱਖਣਾ ਇਸ ਮਿਸ਼ਨ ਕਰਕੇ ਆ ਜਿਹੜਾ ਪ੍ਰੋਗਰਾਮ ਇਹਨਾਂ ਦੇ ਦੁਆਰਾ ਚਲਾਇਆ ਗਿਆ ਸੀਗਾ ਜਿਹਦੇ ਕਰਕੇ ਇਹਨਾਂ ਨੂੰ ਇਹ ਅਵਾਰਡ ਆ ਜਿਹੜਾ ਉਹ ਦਿੱਤਾ ਗਿਆ ਹੈ ਔਰ ਹਾਈਐਸਟ 에ਅਰਪੋਰਟ ਜਿਹੜਾ ਹੈਗਾ ਲਦਾਖ ਦੇ ਵਿੱਚ ਕੁਸ਼ੋਕ ਬਾਕੂਲਾ ਰਿੰਪਚੋ ਠੀਕ ਹੈ ਆਹ ਜਿਹੜਾ ਹਾਈਐਸਟ 에ਅਰਪੋਰਟ ਹੈ ਅਗਲੇ ਕੁਐਸਚਨ ਤੇ ਚੱਲਦੇ ਹਾਂ ਫੋਰ ਵਿਚ ਡਿਜ਼ੀਜ਼ ਇੰਡੀਆ ਇਜ਼ ਸੈਟ ਟੂ ਲਾਂਚ ਇਟਸ ਫਰਸਟ ਇੰਡੀਜਿਨਿਅਸਲੀ ਡਿਵੈਲਪਡ क्वाडरी वेलेंट ह्यूमन पैपिलो पैपिलो मावायरस डिज तो पैपीला मावायरस डिशीज लिय एक वैक्सीन तैयार कर दिया गया है एक नाम है वैक्सीन का जिरा नाम की है दैट इज़ अ क्वाडरी वेलेंट ह्यूमन पैपिल मावा पैपिलो मावायरस वैक्सीन तो किस डिज वास्ते इस वैक्सीन तैयार किया गया क्लीयर ऑप्शन देखते हैं हैपेटाइटिस सर्वाइकल कैंसर स्वाइन फ्लू या करोना वायरस इंपोर्टेंट क्वेश्चन है ਔਰੇ ਵੈਕਸੀਨ ਕਿਰੇ ਕਲੈਬੋਰੇਸ਼ਨ ਦੇ ਨਾਲ ਤਿਆਰ ਕੀਤਾ ਗਿਆ ਹੈ ਨਾ ਤਾਂ ਸੀਰਮ ਇੰਸਟੀਚਿਊਟ ਦੇ ਦੇ ਨਾਲ ਦੇ ਦੁਆਰਾ ਇਸ ਵੈਕਸੀਨ ਨੂੰ ਤਿਆਰ ਕੀਤਾ ਗਿਆ ਜਿਹੜਾ ਕਿ ਸਰਵਾਈਕਲ ਕੈਂਸਰ ਲਈ ਹੈਲਪਫੁਲ ਰਹੇਗਾ ਤਾਂ ਆਨਸਰ ਇੱਥੇ ਆਪਣਾ ਕੀ ਹੈ ਸਰਵਾਈਕਲ ਕੈਂਸਰ ਇਸ ਦਾ ਕਰੈਕਟ ਆਨਸਰ ਔਰ ਸੀਰਮ ਇੰਸਟੀਚਿਊਟ ਐਸ ਆਈ ਆਈ ਸੀਰਮ ਇੰਸਟੀਚਿਊਟ ਦੇ ਦੁਆਰਾ ਇਹਨੂੰ ਡਿਵੈਲਪ ਕੀਤਾ ਗਿਆ ਆਪਣੇ ਲਈ ਇਹੀ ਇੰਪੋਰਟੈਂਟ ਹੈ ਵੈਕਸੀਨ ਦਾ ਇਜੈਕਟ ਨਾਮ ਕੀ ਹੈ ਥੈਟ ਇਜ਼ ਸਰਵੈਨੈਕ ਸਰਵੈਨੈਕ ओके आई एक्सप्लेनेशन सारी इत्थे भी दीती हुई है एदी जेडी पीडीएफ है ओहो तानू दे दीती जाउगी ओके okay, सर वेनक नाम दा जेड़ा वैक्सीन है जेड़ा की सर्वाइकल कैंसर नु ठीक करेगा दिस इज वन ऑफ द मोस्ट इंपोर्टेंट क्वेश्चन सेंट्रल गवर्नमेंट सेंट्रल गवर्नमेंट दे द्वारा फीमेल स्टाफ टू गेट स्पेशल मल्टीलिटी लीव ऑफ डैश डेज सेंट्रल गवर्नमेंट ने फीमेल स्टाफ ली जेडी मल्टीलिटी लीव आ ओनु थोड़ा बधा दता है ठीक है किन्ने दिन की हूँ मटिनिटी लीव जड़ी रहेगी पंताली दिन नब्बे दिन साठ दिन तीह दिन ऐसा क्वेश्चन अक्सर पूछा ही जाता है हाँ जी की आंसर रहेगा की आंसर होगा हिमांशु इज सेंग नाइनटी डेज ओके जसप्रीत कौट इल आलसो इज सेंग नाइनटी डेज ओके अच्छा होर आश्चन मोस्ट इंपोर्टेंट ਯਾਦ ਰੱਖਿਓ ਪੇਪਰ ਦੇ ਵਿੱਚ ਐਕਸਾਈਜ਼ ਇਨਸਪੈਕਟਰ ਚ ਵੀ ਆ ਸਕਦਾ ਹੈ ਔਰ ਬਾਕੀ ਪੀਟ ਪਲੱਸ ਬੀ ਦੇ ਪੇਪਰਾਂ ਦੇ ਵਿੱਚ ਵੀ ਇਹ ਕੁਐਸਚਨ ਆਉਣ ਦੇ ਚਾਂਸਸ 100% ਆ। ਓਕੇ। ਤੋਂ ਕਾਫੀ سارے ਬੱਚਿਆਂ ਦਾ ਆਨਸਰ ਇੱਥੇ 90 ਡੇਜ਼ ਆ ਰਿਹਾ ਜਿਹੜਾ ਕਿ ਗਲਤ ਹੈ ਕਿਉਂਕਿ 60 ਡੇਜ਼ ਦੀ ਜਿਹੜੀ ਇਹਦੇ ਵਿੱਚ ਮਲਟੀਨਿਟੀ ਲੀਵ ਹੈ ਪ੍ਰੋਵਾਈਡ ਕੀਤੀ ਜਾਂਦੀ ਹੈ। ਕਲੀਅਰ? ਤੋਂ 60 ਡੇਜ਼ ਮਲਟੀਨਿਟੀ ਲੀਵ ਹੈ ਪ੍ਰੋਵਾਈਡ ਕੀਤੀ ਜਾਂਦੀ ਆ। ਆ ਲੀਵ ਗਰਾਂਟ ਕੀਤੀ ਜਾਂਦੀ ਆ ਬੇਬੀ ਤੋਂ ਪਹਿਲਾਂ ਔਰ ਇਹਦੇ ਵਿੱਚ ਅਗਰ ਬੇਬੀ ਲੋਸਟ ਹੋ ਜਾਂਦਾ ਹੈ ਜਿਹਦੇ ਵਿੱਚ ਆਪਣੇ ਕੋਲ 28 ਵੀਕਸ ਦਾ ਜਿਹੜਾ ਟਾਈਮ ਰਹਿੰਦਾ ਹੈ ਤੋਂ ਇਹਦੇ ਅਗਰ ਇਨਫੈਂਟ ਦੀ ਡੈਥ ਹੋ ਜਾਂਦੀ ਆ ਠੀਕ ਹੈ ਉਹਦੇ ਤੋਂ ਉਹਦੇ ਤੱਕ ਜਿਹੜੀਆਂ ਉਹ ਤੋਂ ਬਾਅਦ ਵੀ ਜਿਹੜੀਆਂ ਲੀਵਸ ਜਿਹੜੀਆਂ ਚੱਲਦੀ ਰਹਿੰਦੀ ਤੋਂ ਮਲਟੀਲੀਟੀ ਲੀਵਸ ਲਈ ਸਿੰਪਲ ਕੁਐਸਚਨ ਕੀ ਆਏਗਾ ਕਿ ਕਿੰਨੇ ਦਿਨਾਂ ਲਈ 60 ਡੇਸ ਲਈ ਦੈਟਸ ਇਟ ਠੀਕ ਹੈ ਇਹਨਾਂ ਤਾਨੂੰ ਡੀਪ ਚ ਜਾਣ ਦੀ ਜਰੂਰਤ ਨਹੀਂ ਹੈਗੀ ਕਲੀਅਰ ਅਗਲੇ ਕੁਐਸਚਨ ਤੇ ਹੂ ਹੈਜ਼ ਵਨ ਦਾ ਬ੍ਰੇਕਥਰੂ ਪ੍ਰਾਈਜ਼ ਇਸ dubbed as the oscars of science in mathematics break through prizes ਜਿਨ੍ਹਾਂ ਨੂੰ ऑस्कर साइंस ਦੇ ਕਿਹਾ ਜਾਂਦਾ ਹੈ मैथमेटिक्स ਦੀ ਫੀਲਡ ਦੀ ਕੈਟਾਗਰੀ ਦੇ ਵਿੱਚ ਉਹ ਪ੍ਰਾਈਜ਼ ਕਿ ਨੂੰ ਮਿਲਿਆ ਚਾਰਲਸ ਬੈਨਟ ਕਲਿਫੋਰਡ ਬ੍ਰੈਗਵੇਨ ਜਾਂ ਡੈਨੀਅਲ ਸਪਿਲਮੈਨ ਜਾਂ ਪੀਟਰ ਸ਼ੋਰ ਹਾਂਜੀ ਕੀ ਆਨਸਰ ਹੋਏਗਾ ਕੀ ਆਨਸਰ ਆਊਗਾ ਜੀ ਕਿਨਾਂ ਨੂੰ ਅਵਾਰਡ ਮਿਲਿਆ ਕਿਹੜਾ ਜੀ ਮੈਥਮੈਟਿਕਸ ਦੇ ਵਿੱਚ ਤੋਂ ਅ ਇੱਥੇ ਆਪਣਾ ਕਰੈਕਟ ਆਨਸਰ ਕਾਫੀ سارے ਬੱਚਿਆਂ ਦਾ ਆਨਸਰ ਜਿਹੜਾ ਬੀ ਆਪਸ਼ਨ ਆਇਆ ਉਹ ਥੋੜਾ ਦੇਖ ਲੈਣ ਕਿ ਡੈਨੀਅਲ 스ਪਿਲਮੈਨ ਜਿਹੜਾ ਇੱਥੇ ਆਪਣਾ ਕਰੈਕਟ ਆਨਸਰ ਹੈ ਇਹਨਾਂ ਨੂੰ ਮਿਲਿਆ ਹੈ ਮੈਥਮੈਟਿਕਸਲੀ ਚਲੋ ਬਾਕੀ ਡਿਸਕਸ਼ਨ ਵੀ ਕਰ ਲੈਣੇ ਆ ਡੈਨੀਅਲ ਸਪਿਲਮੈਨ ਜਿਹੜਾ ਕਿ ਮੈਂ ਦੱਸ ਦਿੱਤਾ ਇਹਨਾਂ ਨੂੰ ਮੈਥਮੈਟਿਕਸਲੀ ਮਿਲਿਆ ਹੈ ਚਾਰਲਸ ਬੈਨੇਟ ਚਾਰਲਸ ਬੈਨੇਟ ਇਹਨਾਂ ਦੇ ਨਾਲ ਗਿਲਸ ਬਰਾਜ਼ਾਰਡ ਔਰ ਡੈਵਿਡ ਡਿਊਚੇ ਔਰ ਪੀਟਰ ਸ਼ੋਰ ਇਹਨਾਂ ਸਾਰਿਆਂ ਨੂੰ ਫਿਜ਼ਿਕਸਲੀ ਮਿਲਿਆ ਹੈ ਯਾਨੀ ਚਾਰਲਸ ਬੈਨੇਟ ਵੱਲੇ ਫਿਜ਼ਿਕਸ ਦੇਨੇ ਓਕੇ ਜਦ ਕਿ ਕਲਿਫੋਰਡ ਬ੍ਰੈਗਵੇਨ ਇਹਨਾਂ ਨੂੰ ਲਾਈਫ ਸਾਇੰਸੀਸ ਦੇ ਵਿੱਚ ਯਾਨੀ ਕਿ ਕਹਿ ਸਕਦੇ ਆ ਬਾਇਓ ਦੇ ਵਿੱਚ ਜਾਂ ਲਾਈਫ ਸਾਇੰਸੀਸ ਦੇ ਵਿੱਚ ਇਹਨਾਂ ਨੂੰ ਅਵਾਰਡ ਦਿੱਤਾ ਗਿਆ ਬ੍ਰੇਕਥਰੂ ਪ੍ਰਾਈਸ ਓਕੇ ਤੋ ਇਹਦੇ ਵਿੱਚ ਸਾਰਿਆਂ ਨਾਲੋਂ ਇੰਪੋਰਟੈਂਟ ਮੈਥਮੈਟਿਕਸ ਵਾਲਾ ਜਿਹੜਾ ਜ਼ਿਆਦਾ ਇੰਪੋਰਟੈਂਟ ਹੈ ਕਲੀਅਰ ਡੈਨੀਅਲ ਸੀ ਕਨਫਿਊਜ਼ਨ ਹੋਗੀ ਡੋਨਟ ਵਰੀ ਕੋਈ ਗੱਲ ਨਹੀਂ ਹੁਣ بار بار ਕਨਫਿਊਜ਼ਨ ਨਹੀਂ ਹੋਏਗੀ ਅੱਛੀ ਰਿਵੀਜ਼ਨ ਹੈ ਜਿਹੜੀ ਉਹ ਤੁਹਾਡੀ ਹੋ ਜਾਏਗੀ ਔਰ ਆ ਪ੍ਰਾਈਜ਼ ਦਿੰਦੇ ਕੋਣ ਆ ਕਿਹਦੇ ਦੁਆਰਾ ਫਾਊਂਡ ਕੀਤੇ ਗਏ ਓਕੇ ਫੇਸਬੁਕ ਦੇ ਫਾਊਂਡਰ ਜਿਨ੍ਹਾਂ ਦਾ ਨਾਮ ਕੀ ਹੈ ਮਾਰਕ ਜੁਕਰਬਰਗ ਉਹਨਾਂ ਦੇ ਦੁਆਰਾ ਇਹਨੂੰ ਫਾਊਂਡ ਕੀਤਾ ਗਿਆ ਸੀ ਠੀਕ ਹੈ ਮਾਰਕ ਜੁਕਰਬਰਗ ਦੇ ਨਾਲ ਸਰਜੀ ਬ੍ਰੇਨ ਜਾਂ ਯੂਰੀ ਮਿਲਰਨ ਠੀਕ ਹੈ ਮਿਲਰਨ ਇਹਨਾਂ ਦੇ ਦੁਆਰਾ ਇਹਨੂੰ ਫਾਊਂਡ ਕੀਤਾ ਗਿਆ ਅਗਲੇ ਕੁਐਸਚਨ ਤੇ ਹੂ ਹੈਜ਼ ਬੀਨ ਨੇਮਡ ਐਸ ਦਾ ਵਿਨਰ ਆਫ ਦਾ ਫਰਸਟ ਐਵਰ ਕੁਇਨ ਐਲਿਜ਼ਾਬੈਥ 2 ਊਮਨ ਆਫ ਦਾ ਈਅਰ ਅਵਾਰਡ ਊਮਨ ਆਫ ਦਾ ਈਅਰ ਅਵਾਰਡ ਕਿਨੂੰ ਦਿੱਤਾ ਗਿਆ 글로ਬਲੀ ਇਹ ਅਵਾਰਡ ਕਿਸੇ ਹੋਰ ਕੰਟਰੀ ਨੂੰ ਨਹੀਂ ਦਿੱਤਾ ਜਾਂਦਾ ਇਹ ਵੂਮਨ ਆਫ ਦਾ Year ਰਿਵਾਰਡ ਜਿਹੜੇ ਯੂਕੇ ਯੂਕੇ ਦਾ ਜਿਹੜਾ ਪਾਰਲੀਮੈਂਟ ਆ ਉਹਦਾ ਜਿਹੜਾ ਸੰਸਦ ਆ ਇਹ ਅਵਾਰਡ ਉਹਨੂੰ ਦਿੱਤਾ ਗਿਆ ਕਲੀਅਰ ਕਮਲਾ ਹੈਰਿਸ ਯੂਐਸਏ ਪਹੁੰਚ ਗਏ ਛੱਡ ਦਿੰਨੇ ਹਨਾ ਅ ਸਿਓਲਾ ਬਰੇ ਮ ਬਰੇਵਰ ਮੈਨ ਔਰ ਇੰਦਰਾ ਨੂਈ ਐਨਨ ਤੋਂ ਇੰਦਰਾ ਨੂਈ ਵੀ ਛੱਡ ਦੋ ਇਹਨਾਂ ਨੂੰ ਵੀ ਛੱਡ ਦੋ ਕਿਉਂਕਿ ਮੈਂ ਕੀ ਦੱਸਿਆ ਯੂਕੇ ਪਾਰਲੀਮੈਂਟ ਤੋਂ ਆਨਸਰ ਕੀ ਆਏਗਾ ਸਿਓਲਾ ਬਰੇਵਰ ਮੈਨ इन्हों ज अवार्ड दिता गया वूमेन ऑफ द ईयर अवार्ड कि द्वारा गया कि द्वारा दिता गया यह यूके गोरमेंट के द्वारा दिता गया अवार्ड <coughs> का नाम क्या? क्वीन इलीज इलीजाबैथ टू ओके थोड़ा जस दिना शिवला ब्रेवोमैन आगे ने ब्रिटिश बैरिस्टर रह चुके हैं हूँ पोलीटिश पोलीटिशियन है और हूं दे टाइम से यह होम सैकटरी जेडे सर्व कर रहे हैं शी इज़ द होम सैकटरी ओके यूके ਦੇ ਹੋਮ ਸੈਕਟਰੀ ਨੇ ਵਿਚ ਆਰਗੇਨਾਈਜੇਸ਼ਨ ਵਨ ਦਾ ਨੈਸ਼ਨਲ એનર્ਜੀ ਲੀਡਰ ਅਵਾਰਡ 2021 ਨੈਸ਼ਨਲ એનર્ਜੀ ਲੀਡਰ ਅਵਾਰਡ 2021 ਇਹ ਅਵਾਰਡ ਕਿਸ ਆਰਗੇਨਾਈਜੇਸ਼ਨ ਨੂੰ ਦਿੱਤਾ ਗਿਆ ਰਾਸ਼ਟਰੀ ਇਸਪਾਤ ਨਿਗਮ ਲਿਮਿਟਿਡ ਯਾਨੀ ਕਿ ਆਰਆਈ ਐਨਐਲ ਕੋਲ ਇੰਡੀਆ ਲਿਮਿਟਿਡ ਯਾਨੀ ਕਿ ਸੀਆਈਐਲ ਔਇਲ ਐਂਡ ਨੈਚੁਰਲ ਗੈਸ ਜਾਂ ਨੈਸ਼ਨਲ ਥਰਮਲ ਪਾਵਰ ਕੋਆਪਰੇਸ਼ਨ ਲਿਮਿਟਿਡ ਇਹ ਆਪਣੇ ਕੋਲ ਚਾਰ ਆਪਸ਼ਨਸ ਨੇ ਜੀ ਆ ਪਹਿਲੀ ਮੈਰਾਥਨ ਆ ਆ ਮਿਕਸ ਹੈਗੇ ਨੇ ਸਾਰੇ ਹਾਂਜੀ ਤਾਂ ਕੀ ਆਨਸਰ ਆਏਗਾ অপਸ਼ਨ ਪਹਿਲੀ ਦੂਸਰੀ ਜਾਂ ਤੀਸਰੀ ਜਾਂ ਚੌਥੀ ਏ ਆਪਸ਼ਨ ਹਿਮਾਂਚੂ ਦਾ ਆਨਸਰ ਆ ਚੁੱਕਿਆ ਜਿਹੜਾ ਕਿ ਬਿਲਕੁਲ கரੈਕਟ ਆਨਸਰ ਹੈ ਤੋ ਰਾਸ਼ਟਰੀ ਇਸਪਾਤ ਨਿਗਮ ਲਿਮਟਿਡ ਨੂੰ ਜਿਹੜਾ ਨੈਸ਼ਨਲ એનર્ਜੀ ਲੀਡਰ ਅਵਾਰਡ ਜਿਹੜਾ ਦਿੱਤਾ ਗਿਆ ਹੈ ਓਕੇ ਆਰ ਆਈ ਐਨ ਐਲ ਦੇ ਦੁਆਰਾ ਪਹਿਲਾ ਇੰਟੀਗ੍ਰੇਟਿਡ ਸਟੀਲ ਪਲਾਂਟ ਆ ਜਿਹੜਾ ਉਹ ਇੱਕ ਇਹੋ ਜਿਹਾ ਪਲਾਂਟ ਬਣਦਾ ਜਿਹਨੂੰ ISO 5001 ਸਰਟੀਫਿਕੇਸ਼ਨ ਦਿੱਤੀ ਗਈ ਯਾਨੀ RIL ਦੇ ਦੁਆਰਾ ਇੱਕ ਸਟੀਲ ਪਲਾਂਟ ਜਿਹੜਾ ਕਿ RIL ਦਾ ਹੈ ਉਹਨੂੰ ਜਿਹੜੀ ਸਰਟੀਫਿਕੇਸ਼ਨ ਹੈ ISO 5001 ਸਰਟੀਫਿਕੇਸ਼ਨ ਦਿੱਤੀ ਗਈ ਔਰ ਇਹ ਸਰਟੀਫਿਕੇਸ਼ਨ ਦਾ ਮਤਲਬ ਕੀ ਹੈ ISO 5001 ਦਾ ਮਤਲਬ ਕੀ ਹੈ ਯਾਨੀ ਕਿ ਉਹ ਕੰਪਨੀ ਉਹ ਆਰਗੇਨਾਈਜੇਸ਼ਨ ਕਾਫੀ એનર્ਜੀ ਮੈਨੇਜਮੈਂਟ ਸਿਸਟਮ ਨੂੰ ਇੰਪਲੀਮੈਂਟ ਕਰ ਰਹੀ ਹੈ ਤੋ ਆ ਸਰਟੀਫਿਕੇਸ਼ਨ ਕਰਦੇ ਉਸੇ ਹੁੰਦੀ ਹੈ ਜੀ એનર્ਜੀ ਮੈਨੇਜਮੈਂਟ ਸਿਸਟਮ ਵਾਸਤੇ ਇਹ ਸਰਟੀਫਿਕੇਸ਼ਨ ਹੁੰਦੀ ਹੈ ਅਗਲੇ ਕੁਐਸਚਨ ਤੇ ਚੱਲਦੇ ਆ ਜੀ ਵਿਚ ਮੂਵੀ ਵਾਸ ਸਲੈਕਟਡ ਐਸ ਦਾ ਇੰਡੀਆਜ਼ ਆਫੀਸ਼ੀਅਲ ਐਂਟਰੀ ਟੂ ਦਾ ਓਸਕਰ ਅਵਾਰਡ 2023 ਤੋ 95th ਓਸਕਰ ਅਵਾਰਡ ਜਿਹੜੇ ਚੱਲ ਰਹੇ ਨੇ ਔਰ ਇੰਡੀਆ ਦੀ ਕਿਹੜੀ ਮੂਵੀ ਆ ਜਿਹਨੂੰ ਇਹਦੇ ਵਿੱਚ ਐਂਟਰੀ ਮਿਲੀ ਹਾਂਜੀ ਆਪਸ਼ਨ ਦੇਖਦੇ ਆ ਜੀ ਚਿਲੋ ਸ਼ੋ ਦਾ ਕਸ਼ਮੀਰੀ ਫਾਈਲ ਦਾ ਕਸ਼ਮੀਰ ਫਾਈਲਸ ਆ ਆਰ 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 ਕੰਤਾਰਾ ਇੰਪੋਰਟੈਂਟ ਕੁਸ਼ਨ ਆ ਆਪਾਂ ਸਾਰੇ ਨਾਮ ਸੁਨੇ ਹੋਏ ਆ ਆਰ 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 ਦਾ ਨਾਮ ਸੁਨੇ ਆ ਕਾਫੀ ਸਾਰੇ ਬੱਚੇ ਆਰ 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 ਅਨਸਰ ਦੇਣਗੇ ਜਿਹੜਾ ਕਿ ਅਨਸਰ ਗਲਤ ਹੋ ਜਾਏਗਾ ਜੇ ਪੇਪਰ ਦੇ ਵਿੱਚ ਦੇ ਦਿੱਤਾ ਓਸਕਰ ਰਿਵਾਰਡ ਦੇ ਵਿੱਚ ਐਂਟਰੀ ਕਿਹੜੀ ਮੂਵੀ ਨੂੰ ਮਿਲੀ ਓਕੇ ਓਸਕਰ ਰਿਵਾਰਡ ਦੇ ਵਿੱਚ ਐਂਟਰੀ ਕਿਹੜੀ ਮੂਵੀ ਨੂੰ ਮਿਲੀ ਆਰ 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 ਅਨਸਰ ਦੋਗੇ ਗਲਤ ਹੋ ਜਾਊਗਾ ਅਨਸਰ ਕੀ ਰਹੇਗਾ ਛੀਲੋ ਸ਼ੋ ਛੀਲੋ ਸ਼ੋ ਠੀਕ ਹੈ ਜਿਹਨੂੰ ਇੰਗਲਿਸ਼ ਦੇ ਵਿੱਚ ਡਬ ਕੀਤਾ ਗਿਆ ਦਾ ਲਾਸਟ ਸ਼ੋ ਓਕੇ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਹਾਂ ਜੀ ਇਹਦਾ ਆਨਸਰ ਏ ਆਪਸ਼ਨ ਛੀਲੋ ਸ਼ੋ ਇਜ਼ ਦਾ ਕਰੈਕਟ ਆਨਸਰ ਦਾ ਨੋਵਲ ਟਾਈਟਲਡ ਦਾ ਅਰਥ ਸਪਿਨਰ ਅਰਥ ਸਪਿਨਰ ਜਿਹੜਾ ਨੋਵਲ ਹੈ ਆਹ ਕਿਹਦੇ ਦੁਆਰਾ ਲਿਖਿਆ ਗਿਆ ਹੈ ਹਾਂਜੀ ਅਨੁਰਾਧਾ ਰਵਾਏ ਅਰੁੰਧਤੀ ਰਵਾਏ ਜ਼ੁੰਪਾ ਲੈਰੀ ਜਾਂ ਡਾਕਟਰ ਪ੍ਰਬਲੀਨ ਸਿੰਘ ਆਲ ਕੁਐਸ਼ਨਸ ਆਰ ਵੈਰੀ 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 ਇੰਪੋਰਟੈਂਟ ਕੁਐਸ਼ਨ ਅਗਰ ਤੁਹਾਨੂੰ ਆਂਦੇ ਆ ਤੇ ਅੱਜ ਤੁਹਾਡੀ ਰਿਵੀਜ਼ਨ ਜਿਹੜੀ ਬੜੀ ਅੱਛੀ ਤਰ੍ਹਾਂ ਹੋ ਜਾਏਗੀ ਠੀਕ ਹੈ ਅਗਰ ਨਹੀਂ ਆਂਦੇ ਸਿੱਖ ਲੂਗੇ ਅਗਰ ਆਂਦੇ ਆ ਤੇ ਰਿਵੀਜ਼ਨ ਅੱਛੀ ਹੋ ਜਾਊਗੀ ਤੋ ਇੱਥੇ ਆਪਣੇ ਕੋਲ ਕਲੈਕਟ ਅਨਸਰ ਕੀ ਹੈ ਕਾਫੀ ਸਾਰੇ ਬੱਚਾ ਦਾ ਅਨਸਰ ਕੀ ਆ ਰਿਹਾ ਬੀ ਆਪਸ਼ਨ ਆ ਰਿਹਾ ਅਰਥ ਸਪੀਨਰ ਅਰੁੰਧ ਅਰੁੰਧਤੀ ਰਵਾਇ ਦੇ ਦੁਆਰਾ ਲਿਖੀ ਗਈ ਕਾਫੀ ਸਾਰੇ ਬੱਚਿਆਂ ਦਾ ਕਹਿਣਾ ਹੈ ਜਿਹੜਾ ਕਿ ਗਲਤ ਹੋ ਗਿਆ ਕਿਉਂਕਿ ਆ ਅਰੁੰਧਤੀ ਰਵਾਇ ਦੇ ਦੁਆਰਾ ਨਹੀਂ ਅਨੁਰਾਧਾ ਰਵਾਇ ਦੇ ਦੁਆਰਾ ਲਿਖਿਆ ਗਿਆ ਸੀਗਾ ਅਨੁਰਾਧ ਜਸਪ੍ਰੀਤ ਕੋਰ ਹਿਮਾਂਚੂ ਐਂਡ ਸੁਰਜੀਤ ਠੀਕ ਹੈ ਜਿਨ੍ਹਾਂ ਨੇ ਵੀ ਅਰੁੰਦਤੀ ਆਨਸਰ ਦਿੱਤਾ ਉਹਨੂੰ ਠੀਕ ਕਰ ਲਿਓ ਅਨੁਰਾਦਾ ਰਵਾਏ ਇਥੇ ਆਪਣਾ ਕਰੈਕਟ ਆਨਸਰ ਆਊਗਾ ਅਗਲੇ ਕੁਸ਼ਨ ਤੇ ਮਾਲਾਬਾਰ ਐਕਸਰਸਾਈਜ਼ ਮਾਲਾਬਾਰ ਐਕਸਰਸਾਈਜ਼ ਬੜੀ ਕਾਮਨ ਜੀ ਐਕਸਰਸਾਈਜ਼ ਆ ਔਰ ਇੱਕ ਕਿਹੜੀ ਕੰਟਰੀਜ਼ ਦੇ ਵਿੱਚ ਘਾਰ ਹੁੰਦੀ ਹੈ ਆਪਾਂ ਨੂੰ ਪਤਾ ਹੋਣੀ ਚਾਹੀਦੀ ਆ ਤਾਂ ਮਾਲਾਬਾਰ ਨੇਵਲ ਐਕਸਰਸਾਈਜ਼ ਇਜ਼ ਕੰਡਕਟਿਡ ਐਨੂਅਲੀ ਬੀਟਵੀਨ ਵਿਚ ਵਨ ਆਫ ਦਾ ਫਾਲੋਇੰਗ ਕੰਟਰੀਜ਼ ਇਹਦੇ ਵਿੱਚ ਕਿਹੜੇ 4 ਕੰਟਰੀਜ਼ ਇਹਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਔਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਹੜੇ ਕੰਟਰੀਜ਼ ਇਸ ਐਕਸਰਸਾਈਜ਼ ਦੇ ਵਿੱਚ ਪਾਰਟਿਸਿਪੇਟ ਕਰਦੇ ਨੇ ਓਕੇ ਪਹਿਲਾ ਪਹਿਲੀ অপਸ਼ਨ ਦੇਖਦੇ ਆਂ ਇੰਡੀਆ ਯੂਐਸ ਜਾਪਾਨ ਤੇ ਰਸ਼ੀਆ ਅਗਲਾ ਇੰਡੀਆ ਯੂਐਸ ਯੂਕੇ ਆਸਟ੍ਰੇਲੀ ਯੂਐਸ ਯੂਕੇ ਆਸਟ੍ਰੇਲੀਆ ਰਸ਼ੀਆ ਇੰਡੀਆ ਯੂਐਸ ਜਾਪਾਨ ਐਂਡ ਆਸਟ੍ਰੇਲੀਆ ਇੰਡੀਆ ਯੂਐਸ ਆਸਟ੍ਰੇਲੀਆ ਐਂਡ ਜਾਪਾਨ ਦੇਖੋ ਜੀ ਵੈਰੀ ਗੁੱਡ ਜਿੱਥੇ ਯੂਐਸ ਆ ਗਿਆ ਉੱਥੇ ਰਸ਼ੀਆ ਇਹ ਨਹੀਂ ਆਊਗਾ ਪਹਿਲੀ ਆਪਸ਼ਨ ਚਲੇਗੀ ਠੀਕ ਹੈ ਤੀਸਰੀ ਗੱਲ ਇਹ ਆ ਕਿ ਯੂਐਸ ਤੇ ਆਸਟ੍ਰੇਲੀਆ ਯੂਐਸ ਤੇ ਆਸਟ੍ਰੇਲੀਆ ਜਿਹੜੇ ਕਿ ਥੋੜੇ ਦੂਰ ਦੂਰ ਨੇ ਔਰ ਇੰਡੀਆ ਤੇ ਜਾਪਾਨ ਜਿਹੜੇ ਕਿ ਲਾਗੇ ਲਾਗੇ ਨੇ ਆ ਦੋਵਾਂ ਨਾਲ ਮਿਲ ਕੇ ਮਾਲਾਬਾਰ ਐਕਸਰਸਾਈਜ਼ ਕੰਡਕਟ ਕਰਦੇ ਨੇ ਇਹਦੇ ਰੀਜ਼ਨ ਕੀ ਹੈ ਚਾਈਨਾ ਨੂੰ ਕਾਊਂਟਰ ਕਰਨਾ ओके okay, चलो जी अगले क्वेश्चन पे चलते हैं जी ओके okay, चलो जी अगले क्वेश्चन पे चलते हैं अगला आपने कुल क्वेश्चन किया कम टू द नेक्स्ट अच्छा इतना दस दवा 2022 दी या नवंबर दे विच एक्सरसाइज जेडी है वो होनी सी और किथे होनी है ये ये फिलीपींस सी दे विच ये एक्सरसाइज होनी है, है फिलीपींस सी दे विच ये एक्सरसाइज होनी है ओके ਅਗਲੇ ਕੁਐਸਚਨ ਤੇ ਵਾਟ ਇਜ਼ ਅ ਮੋਟੋ ਆਫ 2022 ਵਿంటర్ 올림픽ਸ ਐਂਡ ਪੈਰਾ 올림픽ਸ ਵਿంటర్ 올림픽ਸ ਤੇ ਪੈਰਾ 올림픽ਸ ਦਾ ਮੋਟੋ 2022 ਦਾ ਆਹ ਕੁਐਸਚਨ ਕਾਫੀ ਇੰਪੋਰਟੈਂਟ ਕਾਫੀ ਇੰਪੋਰਟੈਂਟ ਕੁਐਸਚਨ ਹੈ हाँ जी की आंसर रहेगा वट विल बी द आंसर टूगैदर फॉर द शेयरड फ्यूचर बिल्कुल करैक्ट आंसर है जी बी okay, ऑप्शन अपना बिल्कुल इतना करैक्ट आंसर है बी ऑप्शन इज द करैक्ट आंसर ओके याद रखियो मोटो विंटर ओलंपिक्स ओलंपिक पैरा ओलंपिक टूगैदर फॉर ए शेयरड फ्यूचर इतने अपना करैक्ट आंसर आऊगा बी ऑप्शन अपनी इतने बिल्कुल करैक्ट है अगले क्वेश्चन चलते हैं जी कम टू द नैक्स क्वेश्चन कंट्री हैज बीन सस्पेंडेड फ्रॉम द टू थाउजेंड ट्वेंटी टू बीजिंग ओलंपिक्स बाय इंटरनेशनल ओलंपिक कमेटी आईओसी के द्वारा किस कंट्री नूं? सस्पेंड कर दिता गया उ कंट्री हाँ जी जिते किसी का कोई काबू नहीं है यानी कि नॉर्थ कोरिया है ना कॉमन जहा आंसर और बड़ा सौखा जहाँ है क्वेश्चन चलो जी अगले क्वेश्चन चलते हैं हु इज अपॉइंटेड एज द नैक्सट चीफ ऑफ डिफेंस स्टाफ सी डी एस आश्चन हंडर्ड प्रसेंट पेपर से आना है और वन ऑफ द ईजीएसट क्वेश्चन हंडर्ड परसेंट पेपर के आना है और बहुत ही ईजीएसट क्वेश्चन है ओके ਪਹਿਲਾ ਜਿਹੜੇ ਸੀਡੀਐਸ ਸੀਗੇ ਓਕੇ ਉਹਨਾਂ ਦੀ ਡੈਥ ਹੋ ਗਈ ਜਿੱਦਾਂ ਹੈਲੀਕਾਪਟਰ ਕ੍ਰੈਸ਼ ਦੇ ਵਿੱਚ ਜਿਹੜੀ ਆ ਡੈਥ ਹੋ ਗਈ ਸੀਗੀ ਉੱਤਰਾਖੰਡ ਤੋਂ ਉਹ ਬਿਲੋਂਗ ਕਰਦੇ ਸੀ ਐਂਡ ਹੀ ਵਿਲ ਆਲਸੋ ਫੰਕਸ਼ਨ ਐਜ਼ ਸੈਕਟਰੀ ਟੂ ਦਾ ਗਵਰਨਮੈਂਟ ਆਫ ਇੰਡੀਆ ਡਿਪਾਰਟਮੈਂਟ ਆਫ ਮਿਲਟਰੀ ਅਫੇਅਰਸ ਓਕੇ ਆਹ ਸੀਡੀਐਸ ਵੀ ਹੋਣਗੇ ਔਰ ਸੈਕਟਰੀ ਵੀ ਹੋਣਗੇ ਜਿਹੜੇ ਕਿ ਮਿਲਟਰੀ ਅਫੇਅਰਸ ਦੇ ਡਿਪਾਰਟਮੈਂਟ ਨੂੰ ਦੇਖਣਗੇ ਆਪਸ਼ਨ ਦੇਖਦੇ ਆ ਜੀ ਲੈਫਟੀਨੈਂਟ ਜਨਰਲ ਅਨਿਲ ਚੋਹਾਨ ਹਾਂਜੀ ਜਨਰਲ ਮਨੋਜ पांडे विवेक विवेक राम चौधरी या एडमिरल आर हरि कुमार हां पहले बीपीन रावत है उन्होंने डेथ हो गई थी ठीक है हुण केड़े ने आ क्वेश्चन 100% पे पर जाना क्योंकि सोखा क्वेश्चन है और एहो जे क्वेश्चन जरूर आंदे हुंदे है ओ स्टूडेंट्स नु आउट करने वास्ते जेडी की बिल्कुल ही बिनाए पढ़े बिल्कुल मुंह हथवनी तो के आंदे ਠੀਕ ਹੈ ਇਸ ਤਰ੍ਹਾਂ ਹੀ ਆ ਜਾਂਦੇ ਨੇ ਓਕੇ ਤੇ ਇੱਥੇ ਆਪਣਾ ਬਿਲਕੁਲ கரੈਕਟ ਆਨਸਰ ਕਿਹੜਾ ਏ ਆਪਸ਼ਨ ਆਪਣਾ ਬਿਲਕੁਲ கரੈਕਟ ਆਨਸਰ ਰਹੇਗਾ ਕਲੀਅਰ ਕਲੀਅਰ ਅੱਛਾ ਜਰਨਲ ਮਨੋਜ ਪਾਂਡੇ ਗੋਣਾ ਜੀ ਕਰੰਟਲੀ ਹੂ ਇਜ਼ ਦਾ ਜਰਨਲ ਮਨੋਜ ਪਾਂਡੇ ਆ ਮਨੋਜ ਪਾਂਡੇ ਕਿਹੜੇ ਆ ਜੀ ਇਸ ਸਮੇਂ ਕਿਆ ਕਿਸੇ ਪੋਸਟ ਤੇ ਇਹ ਹੈਗੇ ਨੇ हाँ जी हाँ पदमा श्री अवार्ड मिले बिपिन रावत को बिल्कुल जी पदमा अवार्ड मिले और अरुणाचल एक जहाँ चैक पोस्ट है वह बिपिन रावत के नाम तो भी जी चैक पोस्ट रखी गई वेरी गुड ओके तो आना जी हूँ आर्मी हैड आर्मी चीफ अजनरल आर्मी चीफ ने ओके और आ वाले जड़े ने एडमिरल हरी ए नेवल चीफ नेवल चीफ विवेक राम चौधरी आकेडेले एयर फोर्स दे चीफ अ तिनू जेडे वायु सेना थल सेना जल सेना इनानु भी तुसी याद रखना वे अगले क्वेश्चन ते दे चलदे हां जी अगला क्वेश्चन के हु इज अपॉइंटेड एज द न्यू अटर्नी जनरल ऑफ इंडिया न्यू अटर्नी जनरल इंडिया दे नवे केडे अपॉइंट होए ने इंपोर्टेंट मोस्ट इंपोर्टेंट क्वेश्चन ऑप्शंस देख ले अपना केडे केडे ने केके विनुगोपाल आर वेंकटर्मनी मोतीलाल ਚਿਮਨ ਲਾਲ ਸਟੈਲਵਰਡ ਸੋਲੀ ਜਹਾਂਗੀਰ ਸੋਰਬ ਜੀ ਹਾਂਜੀ ਆਹ ਆਪਣੇ ਕੋਲ ਚਾਰ ਆਪਸ਼ਨਾਂ ਨੇ ਕਰੈਕਟ ਆਨਸਰ ਜਲਦੀ ਜਲਦੀ ਦੱਸ ਦਿਓ ਕੀ ਆਨਸਰ ਹੋਏਗਾ ਕਾਫੀ ਸਾਰੇ ਬੱਚਿਆਂ ਦਾ ਆਨਸਰ ਜੋਤੀ ਦਾ ਆਨਸਰ ਹੈ ਕੇ ਕੇ ਨਹੀਂ ਕੇ ਕੇ ਵਿਨੂ ਗੋਪਾਲ ਇਹ ਹੋ ਗਈ ਚਲੇਗੀ ਰਿਟਾਇਰ ਹੋ ਗਏ ਆ ਪਹਿਲਾਂ ਸੀ ਹੁਣ ਖਤਮ ਹੀ ਦੀ ਕਹਾਣੀ ਰਿਟਾਇਰ ਹੋ ਗਏ ਨੇ नवे आर वेंकट रमनी आए ने और पेल पहले जे फस्ट जे और स्टेलवर्ड वासद्ता फस्ट अटोरनी जनरल ही वाजद फस्ट अट अटर्नी जनरल क्लीयर और आज देख रहे हो सोली जहांगीर सौराब जी आना शोर्टैसट टर्म रह चुकिया नीयर अबाउट थ्री फिफ्टी फाइव डेज तक का इना दा टर्म सह शोर्टैसट टर्म के मालक रह चुके मतलब बहुत छोटे समय ली है ये बने सन ओके ओके ਹੁਣ ਇਹਦੇ ਵਿੱਚ ਕੋਸ਼ਿਸ਼ ਜਾਂ ਬੜੀਆਂ ਇੰਪੋਰਟੈਂਟ ਆ ਜਿਵੇਂ ਕਿ ਆਰਟੀਕਲ 76 ਠੀਕ ਹੈ ਆ ਸਾਰਾ ਕੁਝ ਮੈਂ ਥੱਲੇ ਲਿਖ ਵੀ ਦਿੱਤਾ ਸੋ ਦੈਟ ਕੀ ਤੁਹਾਨੂੰ ਨੋਟਸ ਜਿਹੜੇ ਆ ਮਿਲ ਜਾਣ ਆਰਟੀਕਲ 76 ਆਰਟੀਕਲ 76 ਕੀ ਕਹਿੰਦਾ ਹੈ ਕਿ ਸਰਕਾਰ ਦਾ ਯੂਨੀਅਨ ਗਵਰਨਮੈਂਟ ਦਾ ਜਿਹੜਾ ਹਾਈਐਸਟ ਹਾਈਐਸਟ ਲਾਅਫੀਸ਼ੀਅਲ ਹੋਏਗਾ ਯਾਨੀ ਕਿ ਉਹ ਅਫੀਸਰ ਜਿਹੜਾ ਸਰਕਾਰ ਵੱਲੋਂ ਕੇਸ ਲੜੇਗਾ ਉਹਨੂੰ ਆਪਾਂ ਟਰਨੀ ਜਰਨਲ ਕਵਾਂਗੇ और उन्होंने अपॉइंट कौन करेगा प्रैजडेंट के द्वारा अपॉइंट किया जाएगा बट ऑन द एडवाइस ऑफ प्राइम मिनिस्टर ओके और ऑफिस कदों तक होएगा ड्यूरिंग द प्लेयर ऑफ द प्रैजिडेंट जिनी देर तक प्रेजिडेंट चाहेगा उन्नी देर तक वह बनया रह सकता है यह आर्टिकल नंबर सैवनटी सिक्स का पहला अनुच्छेद कहता है क्लीयर हूँ यदि कॉलीफिकेश तो अक्सर क्वेश्चन आता है हू विल बी द अटोर्नी जनरल क्वालफिश सुन लो भी कॉलीफिकेशन की होएगी ਯਾ ਤਾਂ ਉਹ ਕਿਸੇ ਹਾਈ ਕੋਰਟ ਦੇ ਵਿੱਚ 5 ਸਾਲ ਲਈ ਜੱਜ ਰਹੇ ਹੋਣ ਕਿ ਹਾਈ ਕੋਰਟ ਦੇ ਵਿੱਚ ਕਿਸੇ ਵੀ ਹਾਈ ਕੋਰਟ ਦੇ ਵਿੱਚ 5 ਸਾਲ ਲਈ ਜੱਜ ਰਹੇ ਹੋਣ ਓਕੇ ਜਾਂ ਉਹ ਐਡਵੋਕੇਟ ਰਹੇ ਹੋਣ ਕਿਸੇ ਵੀ ਹਾਈ ਕੋਰਟ ਦੇ ਵਿੱਚ 10 ਸਾਲ ਲਈ ਠੀਕ ਹੈ ਜਾਂ ਕੋਈ ਵੀ ਇਹੋ ਜਿਹਾ ਐਮੀਨੈਂਟ ਜਿਊਰੀਸਟ ਹੋਵੇ ਜਿਹਨੂੰ ਕਿ ਪ੍ਰੈਜ਼ੀਡੈਂਟ ਦਾ ਓਪੀਨੀਅਨ ਮਿਲ ਜੇ ਪ੍ਰੈਜ਼ੀਡੈਂਟ ਦੀ ਜਾਣਕਾਰੀ ਦੇ ਵਿੱਚ ਇਹੋ ਜਿਹਾ ਜੂਰੀਸਟ ਹੋਵੇ ਤੇ ਉਹ ਵੀ ਜਿਹੜਾ ਅਟਾਰਨੀ ਜਨਰਲ ਬਣ ਸਕਦਾ ਹੈ। ਓਕੇ ਤੀਸਰਾ ਕੁਐਸਚਨ ਕੀ ਬਣੂਗਾ ਆ ਕਿੰਵੇਂ ਰਹਿ ਕਿੰਵੇਂ ਸੀਗੇ 16ਵਾਂ ਹੀ ਵਾਸ ਦਾ 16th ਅਟਾਰਨੀ ਜਨਰਲ ਹੀ ਇਜ਼ ਦਾ 16th ਅਟਾਰਨੀ ਜਨਰਲ ਓਕੇ ਕੇ ਕੇ ਬినੂ ਕੋਪਾਲ ਵਾਸ ਦਾ 15th ਅਟਾਰਨੀ ਜਨਰਲ ਅਗਲੇ ਕੁਐਸਚਨ ਤੇ ਚੱਲਦੇ ਹਾਂ। ਵਾਟ ਇਜ਼ ਦਾ ਰੈਂਕ ਆਫ ਇੰਡੀਆ ਇਨ ਦਾ ਗਲੋਬਲ ਇਨੋਵੇਸ਼ਨ ਇੰਡੈਕਸ ਆਫ ਦਾ ਵਰਲਡ ਇੰਟੈਲੈਕਚੁਅਲ ਪ੍ਰੋਪਰਟੀ ਆਰਗੇਨਾਈਜੇਸ਼ਨ ਹਾਂਜੀ WIPO WI ਵਿਪੋ ਵਿਪੋ ਦੇ ਦੁਆਰਾ ਜਿਹਦਾ ਕਿ ਹੈਡ ਆਫਿਸ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੈ ਵਿਪੋ ਦੇ ਦੁਆਰਾ ਇੱਕ ਰੈਂਕਿੰਗ ਕੀਤੀ ਗਈ ਜਿਹਦੇ ਵਿੱਚ ਇੰਡੀਆ ਨੂੰ ਕਿਹੜਾ ਸਥਾਨ ਦਿੱਤਾ ਗਿਆ ਇਨੋਵੇਸ਼ਨ ਇੰਡੈਕਸ ਦੇ ਵਿੱਚ ਇਨ ਗਲੋਬਲ ਇਨੋਵੇਸ਼ਨ ਇੰਡੈਕਸ ਦੇ ਵਿੱਚ ਇੰਡੀਆ ਨੂੰ ਕਿਹੜਾ ਸਥਾਨ ਦਿੱਤਾ ਗਿਆ ਪਹਿਲੇ ਸਥਾਨ ਦੀ ਗੱਲ ਵੀ ਕਰਾਂਗੇ ਪਹਿਲਾ ਸਥਾਨ ਜਿਹੜਾ ਉਹ ਕਿਹਦਾ ਰਿਹਾ ਉਹ ਸਵਿਟਜ਼ਰਲੈਂਡ ਦਾ ਰਿਹਾ ਉਹ ਸਵਿਟਜ਼ਰਲੈਂਡ ਦਾ ਪਹਿਲਾ ਸਥਾਨ ਰਿਹਾ ਇੰਡੀਆ ਦਾ ਸਥਾਨ 41st 88th 40th ya 61st ਕਾਫੀ ਸਾਰੇ ਬੱਚਿਆਂ ਦਾ ਆਨਸਰ ਮੈਨੂੰ ਲੱਗਦਾ ਕਿ ਕਰੈਕਟ ਜ਼ਰੂਰ ਹੋਊਗਾ ਕੁਝ ਬੱਚਿਆਂ ਦਾ ਆਨਸਰ ਜਿਹੜਾ ਵਿੱਚ ਗਲਤ ਹੋ ਰਿਹਾ 41st ਕਹਿ ਰਹੇ ਨੇ ਉਹਨਾਂ ਨੂੰ ਦੱਸ ਦਵਾਂ 40th ਰੈਂਕ ਹੈ ਜਿਹੜਾ ਹੋ ਰਿਹਾ ਠੀਕ ਹੈ 40th ਰੈਂਕ ਰਿਹਾ ਔਰ ਇਹਦੇ ਵਿੱਚ ਸਵਿਟਜ਼ਰਲੈਂਡ ਹੈ ਜਿਹੜਾ ਉਹ ਪਹਿਲੇ ਰੈਂਕ ਤੇ ਰਿਹਾ ਔਰ ਲਗਾਤਾਰ 12 ਸਾਲ ਹੋ ਗਏ ਸਵਿਟਜ਼ਰਲੈਂਡ ਪਹਿਲੇ ਰੈਂਕ ਤੇ ਹੀ ਜੰਮਿਆ ਬੈਠਾ ਹੈ ਗਲੋਬਲ ਇਨੋਵੇਸ਼ਨ ਇੰਡੈਕਸ ਦੇ ਵਿੱਚ ਲਗਾਤਾਰ 12 ਸਾਲ ਤੋਂ ਸਵਿਟਜ਼ਰਲੈਂਡ ਹੀ ਜਮਿਆ ਹੋਇਆ ਹੈ ਓਕੇ ਸਵਿਟਜ਼ਰਲੈਂਡ ਤੋਂ ਬਾਅਦ ਸੈਕਿੰਡ ਪੋਜੀਸ਼ਨ ਤੇ ਯੂਐਸ ਰਿਹਾ ਯੂਐਸ ਤੋਂ ਬਾਅਦ ਸਵੀਡਨ ਦੈਨ ਆਫਟਰ ਯੂਕੇ ਯੂਕੇ ਤੋਂ ਬਾਅਦ ਨੀਦਰਲੈਂਡਸ ਬਟ ਤੁਹਾਡੇ ਲਈ ਇੰਪੋਰਟੈਂਟ ਕੀ ਹੈ ਇੰਡੀਆ ਦਾ ਰੈਂਕ ਕਿਹੜਾ ਹੈ ਔਰ ਪਹਿਲੇ ਨੰਬਰ ਤੇ ਰੈਂਕ ਕਿਹੜਾ ਕਦੀ ਵੀ ਕੋਈ ਪੀਪ ਐਗਜ਼ਾਮੀਨਰ ਆ ਕਦੀ ਨਹੀਂ ਪੁੱਛੇਗਾ ਦੂਸਰੇ ਰੈਂਕ ਤੇ ਵੀ ਕਿਹੜਾ ਰਿਹਾ ਹਾਂ ਇਹ ਪੁੱਛ ਸਕਦਾ ਹੈ ਕਿ ਗਲੋਬਲ ਇਨੋਵੇਸ਼ਨ ਇੰਡੈਕਸ ਦੀ ਰਿਪੋਰਟ ਕਿਹਦੇ ਦੁਆਰਾ ਕੱਢੀ ਗਈ ਵੀਪੋ ਦੇ ਦੁਆਰਾ ਕੱਢੀ ਗਈ WIPO ਦੇ ਦੁਆਰਾ ਕੱਟੀ ਗਈ ਇੱਕ ਇਹ ਕੁਐਸਚਨ ਪੁੱਛਿਆ ਜਾ ਸਕਦਾ ਹੈ ਚਲੋ ਜੀ ਅਗਲੇ ਕੁਐਸਚਨ ਤੇ ਮੂਵ ਔਨ ਕਰਦੇ ਆ ਰਮਨ ਮੈਗਾਸੇਸੇ ਅਵਾਰਡ ਰਮਨ ਮੈਗਾਸੇਸੇ ਅਵਾਰਡ 2022 ਫੋਰ ਐਡਵੋਕੇਸੀ ਆਫ ਚਿਲਡਰਨਸ ਰਾਈਟ ਰਮਨ ਮੈਗਾਸੇਸੇ ਅਵਾਰਡ ਫੋਰ ਚਿਲड्रन ਰਾਈਟਸ ਆਵਾਰਡ ਕਿਨੂੰ ਦਿੱਤਾ ਗਿਆ ਇਹ ਇਹ ਜਿਹੜੇ ਅਵਾਰਡ ਹੈ ਇਹਨੂੰ ਆਪਾਂ ਨੋਬਲ ਪ੍ਰਾਈਜ਼ ਆਫ ਏਸ਼ੀਆ ਵੀ ਕਹਿੰਦੇ ਆ ਇੱਕ ਹੋਰ ਨਾਮ ਨਾਲ ਆਪੋ ਘੜਿਆ ਜਾਂਦਾ ਹੈ ਕਿ ਇਹ ਆ ਏਸ਼ੀਆ ਦੇ ਨੋਬਲ ਪ੍ਰਾਈਜ਼ ਨੇ ਔਰ ਇਹ ਫਿਲੀਪੀਨਸ ਦੇ ਦੁਆਰਾ ਦਿੱਤੇ ਜਾਂਦੀ ਨਹੀਂ ਓਕੇ অপਸ਼ਨ ਦੇਖਦੇ ਹਾਂ ਜੀ ਪਹਿਲੀ অপਸ਼ਨ ਹੈਗੀ ਹੈ ਬਰਨਾਰਡੇਟ ਜੇ ਮੈਦ੍ਰਿਦ ਦੂਸਰੀ অপਸ਼ਨ ਹੈ ਗੈਰੀ ਬੈਂਚੇਗੀ ਅਗਲੀ ਹੈਗੀ ਤਦਾਸ਼ੀ ਹਟੋਰੀ ਅਗਲੀ ਹੈਗੀ ਸੋਥੇਰਾ ਚਿਮ ਬਹੁਤ ਇੰਪੋਰਟੈਂਟ ਚਿਲड्रन ਰਾਈਟਸ ਉਹ ਲੈ ਇਹਦੇ ਵਿੱਚ ਇੱਕ ਆਪਾਂ ਚਿਲड्रन ਰਾਈਟਸ ਬਹੁਤ ਜ਼ਿਆਦਾ ਇੰਪੋਰਟੈਂਟਲੀ ਯਾਦ ਰੱਖਣਾ ਹੈ ਦੂਸਰਾ ਪਲਾਸਟਿਕ ਪੋਲੂਸ਼ਨ ਲਈ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਨੂੰ ਅਵਾਰਡ ਦਿੱਤਾ ਗਿਆ ਆ ਦੋ ਨਾਮ ਜ਼ਰੂਰ ਯਾਦ ਰੱਖ ਲਿਓ ਠੀਕ ਹੈ ਚਲੋ ਜੀ ਦੇਖਦੇ ਆ ਕਾਫੀ سارے ਬੱਚਾ ਲਾਂ ਅਨਸਰ ਜਿਹੜਾ ਆ ਚੁੱਕਿਆ ਹੈ ਏ ਆਪਸ਼ਨ ਬਿਲਕੁਲ ਕਰੈਕਟ ਹੈ ਜੀ ਮੈਦ੍ਰਿਦ ਬਰਨ ਦੇਤੇ ਜੇ ਮੈਦ੍ਰਿਦ ਇਹਦਾ ਬਿਲਕੁਲ ਕਰੈਕਟ ਅਨਸਰ ਹੈ ਔਰ ਇਹਨਾਂ ਨੇ ਜਿਹੜੇ ਚਿਲਡਰਨ ਰਾਈਟਸ ਲਈ ਜਿਹੜੀ ਆ ਲੜਾਈ ਜਿਹੜੀ ਉਹ ਲੜੀ ਸੀ ਓਹੋ ਓਕੇ ਰੋਮਨ ਮੈਗਾਥੇਸੇ ਅਵਾਰਡ ਸਟਾਰਟ ਕਦੋਂ ਹੋਏ 1958 ਤੋਂ ਮੈਥੇ ਲਿਖ ਦੇਣਾ 1958 तो पहली बार स्टार्ट हुए और रमन मैगा से से अवार्ड के द्वारा दिए जाए हैं फिलिपाइनस के द्वारा दिए जाते हैं और चिल्ड्रन राइट्स लिए अवार्ड दिता गया हाँ जी बनाडेटे जे मैद्रिट में यह अवार्ड दिता गया वैन द वैन वॉज द टीचर्स डे वॉज फस्ट आ क्वेश्चन बहुत ही इंपोर्टेंट है यार टीचर्स डे पहली वारी कदों ओबर्व किया गया नाइनटीन सिक्सटी फाइव नाइनटीन सिक्सटी टू नाइनटीन फिफ्टी टू नाइनटीन फोर्टी सैवन ठीक है पां है ना पांच ना 5 ਸਤੰਬਰ ਨੂੰ ਟੀਚਰਸ ਡੇ ਮਨਾਉਂਦੇ ਆ। ਉਹ ਟੀਚਰਸ ਡੇ ਮਨਾਉਂਦੇ ਕਿਉਂ ਆ ਜੀ ਸਰਪਾਲੀ ਰਾਧਾਕ੍ਰਿਸ਼ਨ ਜਿਨ੍ਹਾਂ ਜਿਨ੍ਹਾਂ ਦੀ ਯਾਦ ਹੈ ਜਿਨ੍ਹਾਂ ਦੇ ਜਨਮ ਦਿਨ ਤੇ ਆਪਾਂ ਟੀਚਰਸ ਡੇ ਸੈਲੀਬ੍ਰੇਟ ਕਰਦੇ ਆ। ਓਕੇ ਉਹ ਟੀਚਰਸ ਡੇ ਫਰਸਟ ਟਾਈਮ ਕਦੋਂ ਮਨਾਇਆ ਗਿਆ? ਸਰਪਾਲੀ ਰਾਧਾਕ੍ਰਿਸ਼ਨ ਆਪਨੇ ਇੰਡੀਆ ਦੇ ਪਹਿਲੇ ਵਾਈਸ ਪ੍ਰੈਜ਼ੀਡੈਂਟ ਔਰ ਦੂਸਰੇ ਜਿਹੜੇ ਇਹ ਪ੍ਰੈਜ਼ੀਡੈਂਟ ਬਣੇ ਸਨ ਔਰ 1962 ਤੋਂ ਇਹ ਆਪਾਂ ਮਨਾਣਾ ਸ਼ੁਰੂ ਕਰਦੇ ਆ। ਕਲੀਅਰ 1962 ਤੋਂ ਤੂ ਤੋ ਇਹ ਮਨਾਣਾ ਸ਼ੁਰੂ ਕਰਦੇ ਆ ਬਿਲਕੁਲ கரੈਕਟ ਆਨਸਰ 1962 ਓਕੇ ਕਦੋਂ ਤੋਂ ਸਟਾਰਟ ਕਰ ਰਹੇ ਆ 1962 ਤੋਂ ਜਨਮ ਜਿਹੜਾ ਸਰਪਾਲੀ ਰਾਧਾ ਕ੍ਰਿਸ਼ਨ ਜੀ ਕ੍ਰਿਸ਼ਨਨ ਜੀ ਦਾ 5 ਸਤੰਬਰ 1888 ਦੇ ਵਿੱਚ ਹੋਇਆ ਸੀਗਾ ਕੁਝ ਬੱਚਿਆਂ ਦੇ ਦੁਆਰਾ ਜਦੋਂ ਇਹ ਵਾਈਸ ਪ੍ਰੈਜ਼ੀਡੈਂਟ ਸਰ ਇਹਨਾਂ ਨੂੰ ਰਿਕੁਐਸਟ ਕੀਤੀ ਜਾਂਦੀ ਹੈ ਕਿ ਆਪਾਂ ਟੀਚਰਸ ਡੇ ਤੁਹਾਡੇ ਜਨਮ ਦਿਨ ਤੇ ਸੈਲੀਬ੍ਰੇਟ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੇ ਅਪਰੂਵਲ ਦਿੱਤੀ ਸੀ ਉਦੋਂ ਤੋਂ ਹੀ ਇਹ ਮਨਾਇਆ ਜਾ ਰਿਹਾ ਹੈ ਇਸ ਸਾਲ ਦਾ 2022 ਦਾ ਥੀਮ ਕੀ ਰਹੇਗਾ ਲੀਡਿੰਗ ਇਨ ਕ੍ਰਾਈਸਿਸ ਰੀ ਇਮੇਜਿੰਗ ਇਨ ਫਿਊਚਰ ਲੀਡਿੰਗ ਇਨ ਕ੍ਰਾਈਸਿਸ ਯਾਨੀ ਕ੍ਰਾਈਸਿਸ ਦੇ ਵਿੱਚ ਰੀਲੀਡ ਕਰ ਰਿਹਾ ਹੈ ਔਰ ਫਿਊਚਰ ਚ ਆਪਣੇ ਆਪ ਨੂੰ ਰੀ ਇਮੇਜਿੰਗ ਕਰ ਰਹੇ ਹਨ ਚਲੋ ਜੀ ਅਗਲੇ ਕਵਿਸ਼ਨ ਤੇ ਚੱਲਦੇ ਹਾਂ ਵਾਟ ਇਜ਼ ਦਾ ਰੈਂਕ ਆਫ ਦਾ ਇੰਡੀਆ ਇਨ ਹਿਊਮਨ ਡਿਵੈਲਪਮੈਂਟ ਇੰਡੈਕਸ ਐਚ ਡੀ ਆਈ ਦੇ ਵਿੱਚ ਇੰਡੀਆ ਦਾ ਕੀ ਰੈਂਕ ਰਿਹਾ ਐਚ ਡੀ ਆਈ ਰੈਂਕ ਕਿਹਦੇ ਦੁਆਰਾ ਰੀਲੀਜ਼ ਕੀਤਾ ਜਾਂਦਾ ਹੈ ਯੂ ਐਨ ਡੀ ਪੀ ਦੇ ਦੁਆਰਾ ਯੂਨਾਈਟਿਡ ਨੇਸ਼ਨਸ ਡਿਵੈਲਪਮੈਂਟ ਪ੍ਰੋਗਰਾਮ ਦੇ ਦੁਆਰਾ ਇਹਨੂੰ ਰੀਲੀਜ਼ ਕੀਤਾ ਜਾਂਦਾ ਹੈ ਯੂ ਐਨ ਡੀ ਪੀ ਦਾ ਹੈੱਡ ਕੁਆਰਟਰ ਨਿਊਯਾਰਕ ਦੇ ਵਿੱਚ ਆ ਓਕੇ ਔਰ ਇਹਦੇ ਵਿੱਚ ਇੰਡੀਆ ਦਾ ਰੈਂਕ ਕੀ ਰਿ 40th rank 131st 152 ya 132 ग्लोबल इनोवेशन इंडेक्स ਦੇ ਵਿੱਚ ਇੰਡੀਆ ਦਾ ਕੀ ਰੈਂਕ ਸੀਗਾ ग्लोबल इनोवेशन इंडेक्स ਦੇ ਵਿੱਚ ਇੰਡੀਆ ਦਾ ਰੈਂਕ ਸੀਗਾ 40th ਔਰ HDI ਦੇ ਵਿੱਚ ਪੇਪਰ ਦੇ ਵਿੱਚ 100% ਕੁਐਸਚਨ ग्लोबल इनोवेशन इंडेक्स ਹੰਗਰ ਇੰਡੈਕਸ ਠੀਕ ਹੈ HDI ਠੀਕ ਹੈ ਇਹ ਸਾਰੇ ਜਿਹੜੇ ਪੇਪਰ ਦੇ ਵਿੱਚ ਕੁਐਸਚਨ ਆਉਣ ਵਾਲੇ ਹੁੰਦੇ ਨੇ ਬਿਲਕੁਲ கரੈਕਟ ਆਨਸਰ ਹੈ ਤੁਹਾਡਾ 132 ਰੈਂਕ ਹੈ ਜਿਹੜਾ ਉਹ ਇੰਡੀਆ ਦਾ ਰਿਹਾ ਓਕੇ ਆਨਸਰ ਇਜ਼ ਦ ਕਰੈਕਟ ਥੈਟ ਇਜ਼ ਦ 132 ਕਲੀਅਰ ਪਿਛਲੇ ਸਾਲ ਆਪਣਾ 131ਵਾਂ ਰੈਂਕ ਸੀਗਾ ਹੁਣ ਆਪਣਾ 132ਵਾਂ ਰੈਂਕ ਹੋ ਗਿਆ ਇੱਕ ਨੰਬਰ ਦਾ ਜਿਹੜਾ ਆਪਾਂ ਪਿੱਛੇ ਆ ਗਏ ਖਿਸਕ ਗਏ ਠੀਕ ਹੈ ਓਕੇ ਹੁਣ ਆ ਆ ਚੀਜ਼ ਬਹੁਤ ਇੰਪੋਰਟੈਂਟ ਆ ਸਪੈਸ਼ਲੀ ਉਹਨਾਂ ਲਈ ਜਿਹੜੇ ਐਕਸਰਸਾਈਜ਼ ਦੀ ਤਿਆਰੀ ਕਰ ਰਹੇ ਨੇ ਕਲੀਅਰ ਐਕਸਰਸਾਈਜ਼ ਜਾਂ ਪੀਪੀਐਸਸੀ ਜਾਂ ਜਿਹੜੇ ਵੀ ਯੂਪੀਐਸਸੀ ਵਗੈਰਾ ਲਈ ਇਹ ਸਾਰੇ ਉਹਨਾਂ ਕਿਉਂ ਕਿਉਂਕਿ ਆਹ ਜਿਹੜਾ ਇੰਡੈਕਸ ਬਣਦਾ ਕਿਸ ਤਰ੍ਹਾਂ ਇਹਦੇ ਆਪਣੇ ਕੋਲ ਤਿੰਨ ਡਾਈਮੈਂਸ਼ਨ ਨੇ ਕਿੰਨੇ ਡਾਈਮੈਂਸ਼ਨ ਨੇ ਤਿੰਨ ਤਿੰਨ ਡਾਈਮੈਂਸ਼ਨ ਨੇ ਠੀਕ ਹੈ ਕੀ ਹੈ ਜੀ ਇੱਕ ਤਾਂ ਹੈਗਾ ਲੌਂਗ ਤੇ ਹੈਲਦੀ ਲਾਈਫ ਲੌਂਗ ਐਂਡ ਹੈਲਦੀ ਲਾਈਫ ਇੱਕ ਡਾਈਮੈਂਸ਼ਨ ਇਹ ਆ ਕਿੰਨੇ ਪੀਪਲ ਦੀ ਇੰਡੀਆ ਦੇ ਵਿੱਚ ਲੰਬੀ ਉਮਰ ਰਹੀ ਔਰ ਸਵਸਥ ਰਹੇ ਪਹਿਲਾ ਡਾਈਮੈਂਸ਼ਨ ਦੂਸਰਾ ਹੈਗਾ ਉਹਨਾਂ ਦੀ ਐਜੂਕੇਸ਼ਨ ਸਟੈਂਡਰਡਸ ਕਿਹੋ ਜਿਹੇ ਰਹੇ ਐਜੂਕੇਸ਼ਨ ਉਹਨਾਂ ਦੀ ਕਿਹੋ ਜੀ ਰਹੀ तीसरा रहा रे उन्हेंग स्टैंडर्ड कहो जा रहा आह तीन डायमैशनस यह रैंक है जरा बनाया जाता है ओके और ये चार इंडीकेटर्स ने ठीक है थ्री डी तीन डिमैशन फोर आई मतलब चार इंडीकेटर्स इंडीकेटर्स हूँ कि सारे नौ पहला लाइफ एक्सपैक्टेंसी लाइफ एक्सपै एक्सपैक्टेंसी एट बर्थ बर्थ के समय ठीक है लाइफ एक्सपैक्टेंसी की है। ਠੀਕ ਹੈ ਯਾਨੀ ਕਿ ਕਿੰਨੇ ਇਨਫੈਂਟ ਹੁੰਦੇ ਨੇ ਔਰ ਕਿੰਨਿਆਂ ਦੀ ਡੈਥ ਹੋ ਜਾਂਦੀ ਹੈ ਦੂਸਰਾ ਦੂਸਰਾ ਜਿਹੜਾ ਰਹਿੰਦਾ ਹੈ ਕਿ ਕਿੰਨੇ ਸਾਲ ਸਕੂਲਿੰਗ ਕਿਸੇ ਨੇ ਕੀਤੀ ਸਕੂਲਿੰਗ ਦੇ ਵਿੱਚ ਸਕੂਲ ਸਕੂਲ ਦੇ ਵਿੱਚ ਕਿੰਨਾ ਟਾਈਮ ਸਪੈਂਡ ਕੀਤਾ ਓਕੇ ਔਰ ਕਿੰਨੇ ਐਕਸਪੈਕਟਿਡ ইয়ারਸ ਨੇ ਸਕੂਲ ਦੇ ਔਰ ਲਾਸਟ ਇੱਕ ਬਹੁਤ ਮੋਸਟ ਇੰਪੋਰਟੈਂਟ ਹੈ दैट इज द ਜੀਐਨਆਈ ਠੀਕ ਹੈ ਜੀਐਨਆਈ ਕੀ ਹੈ दैट इज ਅ ਗ੍ਰੋਸ ਨੈਸ਼ਨਲ ਇਨਕਮ ਆ ਸਾਰਾ ਕੁਝ ਤੁਹਾਡੇ ਨੋਟਸ ਦੇ ਵਿੱਚ ਮੈਂ ਪਾ ਦਿੱਤਾ ਵੇ ਕਲੀਅਰ ਕਲੀਅਰ ਚਲੋ ਜੀ ਇਥੇ ਆਪਣਾ ਆਨਸਰ 3 ਟੈਂਡ ਡਿਮੈਂਸ਼ਨ ਹੈ ਚਾਰ ਇੰਡੀਕੇਟਰਸ ਨੇ ਆਮ ਐਨੋਟਸ ਦੇ ਵਿੱਚ ਲਿਖ ਦਿੱਤਾ ਓਕੇ ਔਰ ਇਹਦੀ ਜਿਹੜੀ ਪੀਡੀਐਫ ਹੈਗੀ ਆ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਟੈਲੀਗ੍ਰਾਮ ਦੇ ਚੈਨਲ ਤੇ ਵੀ ਮਿਲ ਜੇਗੀ ਔਰ ਤੁਹਾਨੂੰ WhatsApp ਤੇ ਵੀ ਮਿਲ ਜੇਗੀ ਔਰ ਪੰਜਾਬ ਐਗਜ਼ਾਮਸ ਦੀ ਇੱਕ ਐਪ ਹੋਏਗੀ ਉਹਦੇ ਵਿੱਚ ਵੀ ਫ੍ਰੀ ਸਟਡੀ ਮਟੀਰੀਅਲ ਦੇ ਵਿੱਚ ਜਾ ਕੇ ਅਕਤੂਬਰ ਦੀ ਪੀਡੀਐਫ ਵੀ ਪਈ ਹੋਈ ਆ ਔਰ ਆ ਪੀਡੀਐਫ ਜਿਹੜੀ ਉੱਥੇ ਵੀ ਮਿਲ ਜੂਗੀ ਚਲੋ ਜੀ ਅਗਲੇ ਕੁਸ਼ਣ ਤੇ ਚੱਲਦੇ ਆਂ ਕਵੈਸਚਨ ਰਿਪੀਟ ਚਲੋ ਜੀ ਕੋਈ ਗੱਲ ਨਹੀਂ ਅਗਲੇ ਕੁਐਸਚਨ ਤੇ ਮੂਵ ਔਨ ਕਰਦੇ ਆ ਜੀ ਠੀਕ ਹੈ ਅਗਲੇ ਕੁਐਸਚਨ ਤੇ ਮੂਵ ਔਨ ਕਰਦੇ ਆ ਠੀਕ ਹੈ ਪਹਿਲਾ ਯਾਦ ਰੱਖਣੀ ਹੋਏ ਇਹਦੇ ਵਿੱਚ ਵੀ ਸਵਿਟਜ਼ਰਲੈਂਡ ਪਹਿਲੇ ਨੰਬਰ ਤੇ ਹੈ ਠੀਕ ਹੈ ਆ ਮੈਂ ਦੱਸਣਾ ਭੁੱਲ ਗਿਆ ਸੀਗਾ ਐਚ ਡੀਆਈ ਦੇ ਵਿੱਚ ਸਵਿਟਜ਼ਰਲੈਂਡ ਪਹਿਲੇ ਨੰਬਰ ਤੇ ਹੈ ਪਹਿਲਾ ਹੀ ਯਾਦ ਕਰਨਾ ਹੁੰਦਾ ਦੂਸਰਾ ਤੀਸਰਾ ਯਾਦ ਕਰਨ ਦੀ ਜਰੂਰਤ ਨਹੀਂ ਹੈਗੀ ਬਾਈ ਦਾ ਵੇ ਨੋਟਸ ਦੇ ਵਿੱਚ ਮੈਂ ਪਾ ਦਿੱਤਾ ਹੈ ਨਾਰਵੇ ਐਂਡ ਆਈਸਲੈਂਡ ਹੈ ਜਿਹੜੇ ਉਹ ਦੂਸਰੇ ਤੇ ਤੀਸਰੇ ਨੰਬਰ ਤੇ ਆ ਹੂ ਹੈਜ਼ ਬੀਕਮ ਦਾ ਯੰਗਸਟ ਪਲੇਅਰ ਟੂ ਰੀਚ ਦਾ ਨੰਬਰ ਟੂ ਵਰਲਡ ਨੰਬਰ 1 ਐਟ ਜਸਟ 19 ইয়ার্স ਠੀਕ ਹੈ ਵਿਨਿੰਗ ਆਫਟਰ ਯੂਐਸ ਓਪਨ 2022 ਯੂਐਸ ਓਪਨ 2022 ਜਿਹੜਾ ਕਿ ਹਾਰਡ ਕੋਰਟ ਤੇ ਹੁੰਦਾ ਸ਼ੁਰੂ ਇਹ ਹਾਰਡ ਕੋਰਟ ਤੋਂ ਨਹੀਂ ਹੋਇਆ ਠੀਕ ਹੈ ਗ੍ਰੀਨ ਕੋਰਟ ਤੋਂ ਸ਼ੁਰੂ ਹੋਇਆ ਸੀਗਾ ਉਹਦੇ ਬਾਅਦ ਇਹ ਕਲੇ ਕੋਰਟ ਤੇ ਆਇਆ ਫਿਰ ਇਹ ਹਾਰਡ ਕੋਰਟ ਜਿਹੜਾ ਇੱਥੇ ਹੁਣ ਯੂਜ਼ ਹੁੰਦਾ ਯੂਐਸ ਓਪਨ 2022 ਨਾਮ ਤੋਂ ਹੀ ਪਤਾ ਲੱਗਦਾ ਹੈ ਯੂਐਸ ਦੇ ਵਿੱਚ ਹੁੰਦਾ ਇਹਦੇ ਵਿੱਚ ਫਸਟ ਟਾਈਮ ਇਹ ਹੋਇਆ ਕਿ ਸਾਰਿਆਂ ਨਾਲ ਛੋਟੀ ਉਮਰ ਦੇ ਬੰਦੇ ਨੇ ਯੂਐਸ ਓਪਨ ਜਿੱਤ ਲਿਆ ਕਿੰਨੇ ਜਿੱਤਿਆ ਜੀ অপਸ਼ਨਸ ਆਪਣੇ ਕੋਲ ਕੀ ਆ ਸੀ ਅਲਕਰਾਜ਼ ਗਾਸ਼ੀਆ ਠੀਕ ਹੈ ਸੀ ਰੁਡ ਜਾਂ ਆਈ スウェットਿਕ ਜਾਂ ও জেਬਰ ਰੁਡ ਨਹੀਂ 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 ਰੁਡ ਤਾਂ ਹਾਰ ਗਿਆ ਸੀ ਹੀ ਵਾਸ ਦਾ ਵਿਨਰ ਵਿਨਰ ਜਿਹੜੇ ਹੁੰਦੇ ਨੇ ਉਹਨਾਂ ਦਾ ਕੰਟਰੀ ਵੀ ਯਾਦ ਕਰਨੇ ਪੈਂਦੇ ਨੇ ਸਪੈਨਿਸ਼ ਠੀਕ ਹੈ ਆਹ ਵਿਨਰ ਆ ਮੇਲ ਕੈਟਾਗਰੀ ਦੇ ਵਿੱਚ ਔਰ ਆਈ スウェットਿਕ ਇਹ ਜਿਹੜੇ ਹੈਗੇ ਨੇ ਇਹ ਫੀਮੇਲ ਕੈਟਾਗਰੀ ਦੇ ਵਿੱਚ winner ਆ ਠੀਕ ਹੈ ਇਹ ਹਾਰ ਗਏ ਸੀ ਠੀਕ ਹੈ ਰਨਰ ਅਪ ਕਹਿ ਸਕਦੇ ਹੋ ਉਹਨਾਂ ਨੂੰ ਸੀ ਰੂਡ ਨੂੰ ਔਰ ਉਹ ਜਬਰ ਜਿਹੜੇ ਇਹ ਵੀ ਹਾਰ ਗਏ ਸੀ ਕਲੀਅਰ ਅਗਲੇ ਕੁਸ਼ਣ ਤੇ ਚੱਲਦੇ ਹਾਂ ਜੀ ਅਗਲਾ ਕੁਸ਼ਣ ਠੀਕ ਹੈ ਆ ਸਾਰਾ ਕੁਝ نیچے ਸਾਰਾ ਕੁਝ ਲਿਖ ਵੀ ਦਿੱਤਾ ਵਾ ਹਿੰਦੀ ਦਿਵਸ ਮਾਰਕਸ ਐਸ ਐਜ਼ सेलिब्रेटिंग ਐਸ ਦਾ ਬਰਥਡੇ ਆ ਬਹੁਤ ਇੰਪੋਰਟੈਂਟ ਕੁਸ਼ਣ ਹੈ ਯਾਰ ਹਿੰਦੀ ਦਿਵਸ ਕਿਹਦਾ ਬਰਥਡੇ ਮਨਾਇਆ ਜਾਂਦਾ ਹੈ ਹਿੰਦੀ ਦਿਵਸ ਕਦੋਂ ਮਨਾਇਆ ਜਾਂਦਾ ਹੈ ਜਲਦੀ ਜਲਦੀ ਕਮੈਂਟ ਸੈਕਸ਼ਨ ਦੇ ਵਿੱਚ ਡੇਟ ਦੱਸੋ ਸਾਰਿਆਂ ਨਾਲੋਂ ਪਹਿਲਾਂ ਦੂਸਰੀ ਚੀਜ਼ ਤੇ ਆਵਾਂਗੇ ਕਿ ਹਿੰਦੀ ਦਿਵਸ ਕੇ ਦਾ ਬਰਥਡੇ ਸੈਲੀਬ੍ਰੇਸ਼ਨ ਦੇ ਵਿੱਚ ਮੰਨਿਆ ਜਾਂਦਾ ਹੈ অপਸ਼ਨਸ ਭਾਰਤendu ਹਰੀਚੰਦਰਾ ਬਿਵਹਾਰ ਰਜਿੰਦਰਾ ਸਿੰਘਾ ਕੁਮਾਰ ਹਰੀ ਜਾਂ ਜਤਿੰਦਰ ਨਾਥ ਤਿਆਗੀ ਬਹੁਤ ਇੰਪੋਰਟੈਂਟ ਕੁਐਸਚਨ ਦਾ ਮੋਸਟ ਇੰਪੋਰਟੈਂਟ ਕੁਐਸਚਨ ਹੈ ਹਾਂਜੀ ਹਿੰਦੀ ਡੇ ਕਿਹਦੇ ਜਨਮ ਦਿਨ ਤੇ ਮਨਾਇਆ ਜਾਂਦਾ ਹੈ 14th ਆਫ ਦਾ ਸਪਟੰਬਰ ਤੋਂ ਇਹ ਮਨਾਨੇ ਆਪਾਂ ਔਰ ਕਿਹਦੇ ਜਨਮ ਦਿਨ ਤੇ ਬਾਕੀ ਬਾਚੋ ਹੋਰ ਕੁਐਸਚਨ ਵੀ ਕਰਾਂਗੇ ਤੋ ਇੱਥੇ ਆਪਣੇ ਕਰੈਕਟ ਆਨਸਰ ਕੀ ਰਹੇਗਾ ਬੀ ਆਪਸ਼ਨ ਕਾਫੀ ਸਾਰੇ ਬੱਚਿਆਂ ਦਾ ਆਨਸਰ ਕਰੈਕਟ ਬੀ ਰਿਹਾ ਹੈ ਤੋ ਆਪਾਂ ਹਿੰਦੀ ਡੇ ਆਹ ਬਿਹਾਰ ਰਜਿੰਦਰਾ ਸੀਮਾ ਇਹਨਾਂ ਦੀ ਬਰਥਡੇ ਸੈਲੀਬ੍ਰੇਸ਼ਨ ਲਈ ਮਨਾਨੇ ਆ ਹੁਣ ਇਹਨਾਂ ਦੇ ਬਰਥਡੇ ਸੈਲੀਬ੍ਰੇਸ਼ਨ ਲਈ ਕਿਉਂ ਕਿਉਂਕਿ ਆ ਉਹੀ ਪਰਸਨ ਨੇ ਜਿਨ੍ਹਾਂ ਨੇ ਦੇਵਨਾਗਰੀ ਸਕ੍ਰਿਪਟ ਨਾਲ ਹਿੰਦੀ ਹੈ ਜਿਹੜੀ ਬਣਾ ਛੱਡੀ ਜਿਹੜੀ ਜਿਨ੍ਹਾਂ ਨੇ ਦੇਵਨਾਗਰੀ ਸਕ੍ਰਿਪਟ ਨੂੰ ਜਿਹੜਾ ਯੂਜ਼ ਕਰਕੇ ਆ ਲੈਂਗੁਏਜ ਜਿਹੜੀ ਹੈ ਹਿੰਦੀ ਨੂੰ ਡਿਵੈਲਪ ਕੀਤੀ ਆ ਪਹਿਲੇ ਪਰਸਨ ਤੁਸੀਂ ਦੇਖ ਰਹੇ ਨੇ ਦੇਖ ਰਹੇ ਹੋ ਇਹਨਾਂ ਨੂੰ ਫਾਦਰ ਆਫ ਹਿੰਦੀ ਲੈਂਗੁਏਜ ਵੀ ਕਿਹਾ ਜਾਂਦਾ ਹੈ ਫਾਦਰ ਆਫ ਹਿੰਦੀ ਲਿਟਰੇਚਰ ਕਿਹਾ ਜਾਂਦਾ ਹੈ ਠੀਕ ਹੈ ਫਾਦਰ ਆਫ ਹਿੰਦੀ ਲਿਟਰੇਚਰ ਵੀ ਕਿਹਾ ਜਾਂਦਾ ਕਿਉਂ ਕਿਹਾ ਜਾਂਦਾ ਹੈ ਭਾਰਤਿੰਦੂ ਹਰਿਸ਼ ਚੰਦਰਾ ਆਹ ਬਹੁਤ ਵੱਡੇ ਹਿੰਦੀ ਦੇ ਵਿਦਵਾਨ ਹੋਏ ਨੇ ਕਲੀਅਰ ਤੋ ਥੇ ਆਨਸਰ ਆਪਣੇ ਕੋਲ ਬੀ ਆਪਸ਼ਨ ਹੈ ਹੁਣ ਕੁਝ ਕੁਐਸਚਨ ਇਹਦੇ ਵਿੱਚ ਆਪਾਂ ਕਰਾਂਗੇ ਇੱਕ ਤਾਂ ਕਰਾਂਗੇ ਆਰਟੀਕਲ 343 ਆਰਟੀਕਲ 343 ਕੀ ਕਹਿੰਦਾ ਹੈ ਕਿ ਹਿੰਦੀ ਸਾਡੇ ਕਨਸਟੀਟਿਊਸ਼ਨ ਦੇ ਵਿੱਚ ਇੱਕ ਹਿੰਦੀ ਨੂੰ ਇੱਕ ਜਗ੍ਹਾ ਦਿੱਤੀ ਗਈ ਆ ਐਜ਼ ਏ ਲੈਂਗੁਏਜ ਠੀਕ ਹੈ ਅਡਾਪਟ ਕੀਤੀ ਇਹਦੇ ਨਾਲ ਨਾਲ ਇੰਗਲਿਸ਼ ਵੀ ਅਡਾਪਟ ਕੀਤੀ ਹੋਈ ਆ ਕਲੀਅਰ ਤੋਂ ਆਰਟੀਕਲ 343 ਦੇ ਅੰਤਰਗਤ ਜਿਹੜੀ ਆ ਹਿੰਦੀ ਜਿਹੜੀ ਆ ਆਪਣੀ ਨੈਸ਼ਨਲ ਲੈਂਗੁਏਜ ਇਹਦੇ ਨਾਲ ਨਾਲ ਇੰਗਲਿਸ਼ ਵੀ ਜਿਹੜੀ ਅਡਾਪਟ ਕੀਤੀ ਹੋਈ ਆ ਓਕੇ ਉਹ ਹਿੰਦੀ ਨੂੰ ਅਡਾਪਟ ਕਦੋਂ ਕੀਤਾ ਠੀਕ ਹੈ ਤਾਂ 14 ਸਪਟੰਬਰ ਤਰੀਕ ਦੇਖੋ ਜੀ 14 ਸਪਟੰਬਰ ਦੂਸਰਾ 14 ਸਪਟੰਬਰ 1949 ਦੇ ਵਿੱਚ ਕਨਸਟੀਟਿਊਸ਼ਨ ਦੇ ਵਿੱਚ ਇਹਨੂੰ ਅਡਾਪਟ ਕੀਤਾ ਗਿਆ ਓਕੇ ਓਕੇ ਪਰਸਨ ਦਾ ਨਾਮ ਜਿਹੜਾ ਮੈਂ ਤੁਹਾਨੂੰ ਦੱਸਿਆ ਰਜਿੰਦਰਾ ਸਿੰਘਾ ਇਹਨਾਂ ਦੇ ਇਹਨਾਂ ਦੇ ਦੁਆਰਾ ਜਿਹੜੀ ਦੇਵਨਾਗਰੀ ਸਕ੍ਰਿਪਟ ਨੂੰ ਜਿਹੜਾ ਰਿਡਿਊਸ ਕੀਤਾ ਗਿਆ ਸੀਗਾ ਠੀਕ ਹੈ ਚਲੋ ਜੀ ਆਪਣੀ ਅਫੀਸ਼ੀਅਲ ਲੈਂਗੁਏਜ ਹੋ ਚੁੱਕੀ ਹੈ ਆਪਣੀ ਅਫੀਸ਼ੀਅਲ ਲੈਂਗੁਏਜ ਹੋ ਚੁੱਕੀ ਹੈ ਔਰ ਅਫੀਸ਼ੀਅਲ ਲੈਂਗੁਏਜ ਜਿਹੜੀ ਹੈ 14 ਸਪਟੰਬਰ 1916 ਨੂੰ ਜਿਹੜੀ ਇਹ ਬੋਨ ਹੋਈ ਸੀ ਹਿੰਦੀ ਦਾ ਜਨਮ ਮਤਲਬ ਕਹਿ ਸਕਦੇ ਹਾਂ ਹਿੰਦੀ ਜਿਆਦਾ ਯੂਜ਼ ਦੇ ਵਿੱਚ ਅਫੀਸ਼ੀਅਲੀ ਆਈ 1916 ਦੇ ਵਿੱਚ ਵਿਚ ਆਰਗੇਨਾਈਜੇਸ਼ਨ ਵਾਸ ਰਿਲੀਜ਼ਡ ਦਾ ਫਿਊਚਰ ਆਫ ਦਾ ਪ੍ਰੋਗਰੈਸ ਰਿਪੋਰਟ ਫਿਊਚਰ ਆਫ ਦਾ ਪ੍ਰੋਗਰੈਸ ਠੀਕ ਹੈ ਤਾਂ ਆਹ ਕੁਸ਼ਣ ਬਹੁਤ ਇੰਪੋਰਟੈਂਟ ਹੈ ਪਿਛਲੇ ਕੁਸ਼ਣ ਦੇ ਵਿੱਚ ਹਿੰਦੀ ਨੂੰ ਕਨਸਟੀਟਿਊਸ਼ਨ ਦੇ ਵਿੱਚ ਕਦੋਂ ਅਡਾਪਟ ਕੀਤਾ ਗਿਆ तो चौदह सितंबर नाइनटीन फोर्टी नाइन केडोप्ट किया गया आश्चन बहुत इंपोर्टेंट है भी। तो फ्यूचर ऑफ प्रोग्रेस रिपोर्ट के द्वारा डिवेलप की गई या कि द्वारा रिलीज की गई बिल ए बिल गेट्स की जी फाउंडेशन है बिल एंड मलिंडा गेट्स फाउंडेशन, हुरुन इंडिया इंटरशनल फूड पॉलिसी रिसर्च इंस्टीट्यूट या वर्ल्ड बैंक ਹਾਂਜੀ ਕੀ ਆਨਸਰ ਰਹੇਗਾ ਕੀ ਆਨਸਰ ਰਹੇਗਾ ਇਥੇ கரੈਕਟ ਆਨਸਰ ਕੀ ਆਏਗਾ ਕਾਫੀ سارے ਬੱਚਿਆਂ ਦਾ ਜਿਹੜਾ ਆਨਸਰ ਹੈ ਜਿਹੜਾ ਫੂਡ ਤੇ ਕਹਾਣੀ ਆ ਰਹੀ ਹੈ ਇੰਟਰਨੈਸ਼ਨਲ ਫੂਡ ਪੋਲਿਸੀ ਨਹੀਂ ਆਹ ਜਿਹੜਾ ਸਪੈਸ਼ਲੀ ਆ ਜਿਹੜੀ ਫਿਊਚਰ ਪ੍ਰੋਗਰੈਸ ਜਿਹੜੀ ਰਿਪੋਰਟ ਆ ਇਹਦੇ ਅੰਤਰਗਤ ਪ੍ਰਾਈਜ਼ ਵੀ ਦਿੱਤੇ ਜਾਂਦੇ ਨੇ ਇਹਦੇ ਅੰਤਰਗਤ ਪ੍ਰਾਈਜ਼ ਵੀ ਦਿੱਤੇ ਜਾਂਦੇ ਨੇ ਜੇ ਜਿਹੜੀ ਹੁਣੀ ਮੈਂ ਤੁਹਾਡੇ ਨਾਲ ਡਿਸਕਸ਼ਨ ਵੀ ਕਰੂੰਗਾ ਆਨਸਰ ਕੀ ਹੈ ਬਿਲ ਐਂਡ ਮਲਿੰਡਾ ਗੇਟਸ ਫਾਊਂਡੇਸ਼ਨ ਤੋ ਦਾ ਫਿਊਚਰ ਆਫ ਪ੍ਰੋਗਰੈਸ ਰਿਪੋਰਟ ਬਿਲ ਐਂਡ ਮਲਿੰਡਾ ਗੇਟਸ ਦੇ ਦੁਆਰਾ ਦਿੱਤੀ ਗਈ। ਔਰ ਆਹ ਜਿਹੜੀ ਰਿਪੋਰਟ ਦੇ ਅੰਤਰਗਤ ਜਿਹੜਾ ਇੱਕ ਪ੍ਰਾਈਜ਼ ਦਿੱਤਾ ਜਾਂਦਾ ਜਿਹਦੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀਗਾ ਉਹ ਜਿਹੜਾ ਪ੍ਰਾਈਜ਼ ਹੈ ਜਿਹਨੂੰ ਆਪਾਂ ਕੀ ਕਵਾਂਗੇ ਇਸ ਰਿਪੋਰਟ ਦੇ ਵਿੱਚ ਇੱਕ ਪ੍ਰਾਈਜ਼ ਹੈ ਜਿਹਨੂੰ ਆਪਾਂ ਕਹਿੰਦੇ ਆ ਥੈਟ ਇਜ਼ ਦਾ ਗਲੋਬਲ ਗੋਲ ਕੀਪਰ ਗਲੋਬਲ ਗੋਲ ਕੀਪਰ ਅਵਾਰਡ ਗਲੋਬਲ ਗੋਲ ਕੀਪਰ ਅਵਾਰਡ ਉਹ ਕਿਹਨੂੰ ਦਿੱਤਾ ਗਿਆ ਉਹ ਦਿੱਤਾ ਗਿਆ ਯਾਨੀ yursura wore their lemon yursura wore they lemon theek hai germany to he belong karde hain a report kali is foundation ne jehdi nahi release kiti ede vich kise hor da sahyog vi riya kida kida sahyog riya malala yusuf da sahyog vi riya aur malala yusuf de dwara ditta gaya award da naam hai champion award ਯਾਨੀ ਪੈਸਾ ਖਰਚ ਮਨਾਲਾ ਯੂਸਫ ਨੇ ਕੀਤਾ ਚੈਂਪੀਅਨ ਅਵਾਰਡ ਜਿਹੜਾ ਕਿਨੂੰ ਦਿੱਤਾ ਗਿਆ ਵੈਨੇਸਾ ਨਕਾਟੇ ਜਿਹੜੇ ਕਿ ਉਗਾਂਡਾ ਦੇ ਨੇ ਉਹਨਾਂ ਨੂੰ ਇਹ ਅਵਾਰਡ ਦਿੱਤਾ ਗਿਆ ਚੈਂਪੀਅਨ ਅਵਾਰਡ ਠੀਕ ਹੈ ਉਹਦੇ ਬਾਅਦ ਚੇਂਜ ਮੇਕਰ ਅਵਾਰਡ ਚੇਂਜ ਮੇਕਰ ਅਵਾਰਡ ਐਂਜਲੀਨਾ ਜੋਲੀ ਦੇ ਦੁਆਰਾ ਦਿੱਤਾ ਗਿਆ ਕਿਨੂੰ ਦਿੱਤਾ ਗਿਆ ਹਾਂਜੀ ਜਾਹਰਾ ਜੋਏ ਜਿਹੜੇ ਕਿ ਜਾਹਰਾ ਜੋਆ ਜਿਹੜੇ ਕਿ ਅਫਗਾਨਿਸਤਾਨ ਦੇ ਉਹਨਾਂ ਨੂੰ ਦਿੱਤਾ ਗਿਆ ਪ੍ਰੋਗਰੈਸ ਅਵਾਰਡ ਇੰਡੀਆ ਦਾ ਹੁਣ ਆਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਸਾਰਾ ਕੁਝ ਮਟਾਣੇ ਆ ਔਰ ਇੱਥੇ ਇੰਡੀਆ ਤੇ ਆ ਮੇ ਫਿਊਚਰ ਆਫ ਦਾ ਪ੍ਰੋਗਰੈਸ ਫਿਊਚਰ ਆਫ ਦਾ ਪ੍ਰੋਗਰੈਸ ਦੇ ਵਿੱਚ ਪ੍ਰੋਗਰੈਸ ਅਵਾਰਡ ਇੱਕ ਇੰਡੀਅਨ ਦੇ ਦੁਆਰਾ ਇੱਕ ਇੰਡੀਅਨ ਨੂੰ ਦਿੱਤਾ ਗਿਆ ਇੰਡੀਅਨ ਜਿਨ੍ਹਾਂ ਨੇ ਇਹ ਅਵਾਰਡ ਦਿੱਤਾ ਯਾਨੀ ਕਿ ਕੰਟਰੀਬਿਊਸ਼ਨ ਕੀਤਾ ਪੈਸੇ-ਪੁਸੇ ਦਿੱਤੇ ਨਾਮ ਉਹਨਾਂ ਦਾ ਕੀ ਹੈ ਲੀ ਸਿੰਘ ਔਰ ਇਹ ਅਵਾਰਡ ਦਿੱਤਾ ਕਿਹਨੂੰ ਗਿਆ ਰਾਧਿਕਾ ਬੱਤਰਾ ਨੂੰ ਦਿੱਤਾ ਗਿਆ ਡਾਕਟਰ ਰਾਧਿਕਾ ਡਾਕਟਰ ਰਾਧਿਕਾ ਬੱਤਰਾ ਨੂੰ ਇਹ ਅਵਾਰਡ ਦਿੱਤਾ ਗਿਆ ਠੀਕ ਹੈ ਇਥੋਂ ਦੀ ਆਪਣੇ 4 ਕੁਸ਼ਨ ਜਿਹੜੇ ਨਿਕਲਦੇ ਨੇ ਹਾਂ ਕੁਸ਼ਨ ਥੋੜਾ ਜਿਆਦਾ ਟਫ ਸੀਗਾ

ਆਪਸ਼ਨਸ ਦੇਖਦੇ ਹਾਂ ਜੀ ਕਾਮਨ ਕੁਐਸਚਨ ਔਰ ਬਹੁਤ ਈਜ਼ੀ ਕੁਐਸਚਨ ਪਿਛਲਾ ਕੁਐਸਚਨ ਟਫ ਸੀਗਾ ਬਟ ਇਹ ਕੁਐਸਚਨ ਜਿਹੜਾ ਈਜ਼ੀ ਕੁਐਸਚਨ ਹੈ ਇੱਕ ਵਾਰੀ ਆ ਨੋਟਸ ਤੁਸੀਂ ਪੜ੍ਹ ਲੂਗੇ ਤੇ ਫਿਰ ਤੁਹਾਨੂੰ ਆਪੀ ਜਿਹੜਾ ਸੋਖਾ ਲੱਗ ਜਾਊਗਾ ਕੁਛ ਨਹੀਂ ਇੱਕ ਰਿਪੋਰਟ ਹੈ ਰਿਪੋਰਟ ਇਹਦੇ ਦੁਆਰਾ ਪਬਲਿਸ਼ ਕੀਤੀ ਗਈ ਹੈ ਠੀਕ ਹੈ ਔਰ ਇਹਨਾਂ ਦੇ ਦੁਆਰਾ ਜਿਹੜੇ ਚਾਰ ਪ੍ਰਾਈਜ਼ ਦਿੱਤੇ ਗਏ ਨੇ ਆਹ ਚਾਰ ਪ੍ਰਾਈਜ਼ ਤੁਹਾਡੇ ਮੈਂ ਲਿਖ ਦਿੱਤੇ ਨੇ ਗੋਲਕੀਪਰ ਅਵਾਰਡ ਜਿਹੜਾ ਕਿ ਮਲਿੰਡਾ ਫਾਊਂਡੇਸ਼ਨ ਦੇ ਦੁਆਰਾ ਦਿੱਤਾ ਗਿਆ ਚੈਂਪੀਅਨ ਅਵਾਰਡ ਜਿਹੜਾ ਕਿ ਮਲਾਲਾ ਯੂਸਫ ਦੇ ਦੁਆਰਾ ਦਿੱਤਾ ਗਿਆ ਔਰ ਕਿਹਨੂੰ ਦਿੱਤਾ ਗਿਆ ਵੈਨੇਸਾ ਨਗਾਟੇ ਨੂੰ ਦਿੱਤਾ ਗਿਆ ਚੇਂਜ ਮੇਕਰ ਅਵਾਰਡ ਜਿਹੜਾ ਕਿ ਐਂਜਲੀਨਾ ਜੋਲੀ ਦੇ ਦੁਆਰਾ ਦਿੱਤਾ ਗਿਆ ਜ਼ਾਹਰਾ ਲੋਹਾ ਨੂੰ ਦਿੱਤਾ ਗਿਆ ਉਹਦੇ ਬਾਅਦ ਪ੍ਰੋਗਰੈਸ ਅਵਾਰਡ ਇੰਡੀਅਨ ਦੇ ਦੁਆਰਾ ਲੀਲੀ ਸਿੰਘ ਦੇ ਦੁਆਰਾ ਰਾਧਿਕਾ ਬਤਰਾ ਨੂੰ ਦਿੱਤਾ ਗਿਆ ਕੁਝ ਓខਾ ਨਹੀਂ ਸੀਗਾ ਇੱਕ ਵਾਰੀ ਪੜ੍ਹੂਗੀ ਤੇ ਆ ਜੂਗਾ ਹੁਣ ਆਹ ਕੁਸ਼ਣ ਦੇਖਦੇ ਆ ਪੇਪਰ ਦੇ ਵਿੱਚ ਆਹ ਕੁਸ਼ਣ ਕਿਵੇਂ ਗਲਤ ਹੋ ਸਕਦਾ ਹੈ ਕਿਵੇਂ ਗਲਤ ਹੋ ਸਕਦਾ ਹੈ ਇਸ ਤਰ੍ਹਾਂ ਗਲਤ ਹੋ ਸਕਦਾ ਕਿਉਂ ਕਿ ਇੱਥੇ ਆਪਾਂ ਨਾਮ ਦੇਖੀਏ ਤੇ ਲਿਖਿਆ ਹੋਇਆ ਥੈਟ ਇਜ਼ ਦਾ ਹਰਮਨ ਕੈਸਟਰਨ ਅਵਾਰਡ ਹਰਮਨ ਕੈਸਟਰਡ ਅਵਾਰਡ ਮੈਂ ਤੁਹਾਨੂੰ ਦੱਸ ਦਿੱਤਾ ਤੁਹਾਨੂੰ ਜਰਮਨ ਪੈਨ ਅਵਾਰਡ ਵੀ ਕਹਿੰਦੇ ਆ ਇਸ ਕਰਕੇ ਤੁਹਾਡਾ ਆਨਸਰ ਈਜ਼ਲੀ ਆ ਗਿਆ ਅਦਰਵਾਈਜ਼ ਪੇਪਰ 'ਚ ਫਸ ਜਾਂਦੇ ਤਾਂ ਇੱਥੇ ਆਨਸਰ ਕੀ ਆ ਮੀਨਾ ਹਾਂਜੀ ਮੀਨਾ ਕੰਦਾ ਸਾਮੀ ਇੱਥੇ ਆਪਣਾ ਬਿਲਕੁਲ ਕਰੈਕਟ ਆਨਸਰ ਆ ਏ ਆਪਸ਼ਨ ਆਪਣਾ ਬਿਲਕੁਲ ਕਰੈਕਟ ਆਨਸਰ ਹੈ ਇਹਨਾਂ ਨੂੰ ਤਾਂ ਤੁਸੀਂ ਜਾਣਦੇ ਹੋ ਨਾ ਐਨੀਰਨੌਕਸ ਨੂੰ ਐਨੀਰਨੌਕਸ ਨੂੰ ਸਾਰੇ ਜਾਣਦੇ ਹੋ ਤੇ ਫਿਰ ਜਲਦੀ ਦੱਸੋ ਐਨੀਰਨੌਕਸ ਕੜੇ ਨੇ ਐਨੀਰ ਨੌਕਸ ਇਹਨਾਂ ਨੂੰ ਪ੍ਰਾਈਜ਼ ਜਿਹੜਾ ਦਿੱਤਾ ਗਿਆ ਕਿਹੜਾ ਪ੍ਰਾਈਜ਼ ਦਿੱਤਾ ਗਿਆ ਐਨੀਰ ਨੌਕਸ ਨੂੰ ਪ੍ਰਾਈਜ਼ ਦਿੱਤਾ ਗਿਆ ਨੋਬਲ ਪ੍ਰਾਈਜ਼ ਫੋਰ ਲਿਟਰੇਚਰ ਨੋਬਲ ਪ੍ਰਾਈਜ਼ ਫੋਰ ਲਿਟਰੇਚਰ ਗੀਤਾ ਅੰਜਲੀ ਸ਼ਰੀ ਗੀਤਾ ਅੰਜਲੀ ਸ਼ਰੀ ਨੂੰ ਕਿਹੜਾ ਹਾਂਜੀ ਕਿਹੜਾ ਪ੍ਰਾਈਜ਼ ਦਿੱਤਾ ਗਿਆ ਇਹਨਾਂ ਨੇ ਬੁੱਕ ਲਿਖੀ ਸੀ ਟੋਮਬ ਆਫ ਸੈਂਡ ਟੋਮਬ ਆਫ ਸੈਂਡ ਲਈ ਇਹਨਾਂ ਨੂੰ ਇੰਟਰਨੈਸ਼ਨਲ ਬੁਕਰ ਅਵਾਰਡ ਦਿੱਤਾ ਗਿਆ इंटरैशनल बुकर प्राइज याद रखो अवार्ड इंटरनेशनल लिखा हुआ मैं होशनल बुकर प्राइज जता गया ठीक है इतना आंसर अपना मीना का स्वामी जरा इतना अपना करैक्ट आंसर है चलो जी अगले क्वेश्चन चलते हैं अगला क्वेश्चन हो अमंग फॉलोइंग द रेसीपियट अच्छा क्वेश्चन अपना रिपीट हो गया वा चलो जी अगले क्वेश्चन पर चलते हैं द गवमेंट ऑफ इंडिया हैज अनाउंस टू चेंज द नेम ऑफ द राजपथ एंड सेंट्रल विस्टा लॉन्स सरकार के द्वारा ਰਾਜਪਥ ਜਿਹੜਾ ਵੇਅ ਆਏ ਕੀ ਤਰ੍ਹਾਂ ਨਾਲ ਕਹਿ ਸਕਦੇ ਨੇ ਸੜਕ ਆ ਔਰ ਸੈਂਟਰਲ ਵਿਸਟਾ ਲੌਨਸ ਆ ਜਿਹੜੇ ਦੋ ਨਾਮ ਆ ਚੇਂਜ ਕਰਕੇ ਇਹਨਾਂ ਨੂੰ ਕੀ ਨਾਮ ਦੇ ਦਿੱਤਾਗਾ ਸ਼ਹੀਦ ਮਾਰਗ ਕਰਤੱਬਯ ਪਾਥ ਲੋਕ ਕਲਿਆਣ ਮਾਰਗ ਜਾਂ ਨਿਰਵਾਚਨ ਪਾਥ ਹਾਂ ਇੰਟਰਨੈਸ਼ਨਲ ਬੁਕਰ ਪ੍ਰਾਈਜ਼ ਉਹ ਵੱਖਰਾ ਵਾ ਜਿਹੜਾ ਕਿ ਗੀਤਾਂਜਲੀ ਸ਼ਰੀ ਨੂੰ ਮਿਲਿਆ ਔਰ ਜਿਹੜਾ ਮੈਨ ਬੁਕਰ ਪ੍ਰਾਈਜ਼ ਆ ਜਿਹੜਾ ਉਹ ਦਾ ਸੈਵਨ ਮੂਨ ਔਫ ਮੈਲੀ ਅਲਮੀਦਾ ਉਹ ਪ੍ਰਾਈਜ਼ ਜਿਹੜਾ ਸ਼ੈਨਨ ਨੂੰ ਜਿਹੜਾ ਮਿਲਿਆ ਸੀਗਾ ਅੱਗੇ ਕੁਐਸਚਨ ਹੈ ਜਿਹੜਾ ਉਹ ਵੀ ਆਊਗਾ ਠੀਕ ਹੈ ਆਊਗਾ ਕੁਐਸਚਨ ਡੋਨਟ ਵਰੀ ਤੋਂ ਇੱਥੇ ਆਪਣਾ கரੈਕਟ ਆਨਸਰ ਕੀ ਹੈ ਕਰਤੱਵ ਪਾਧ ਅੱਛਾ ਕਰਤੱਵ ਪਾਧ ਦੇ ਨਾਲ ਇੱਕ ਹੋਰ ਕੁਐਸਚਨ ਆਪਾਂ ਯਾਦ ਦਿਮਾਗ ਦੇ ਵਿੱਚ ਰੱਖੀਏ ਕਰਤੱਵ ਪਾਧ ਦੇ ਨਾਲ ਇੱਕ ਹੋਰ ਕੁਐਸਚਨ ਆਪਾਂ ਯਾਦ ਰੱਖੀਏ ਕਿਹੜਾ ਲੋਕ ਕਲਿਆਣ ਮਾਰਗ ਲੋਕ ਕਲਿਆਣ ਮਾਰਗ ਪਹਿਲਾਂ ਇਹਨੂੰ ਇਹਦਾ ਇਹ ਨਾਮ ਹੈ ਜਿਹੜਾ ਇਹ ਵੀ ਚੇਂਜ ਕੀਤਾ ਗਿਆ ਸੀਗਾ ਤਾਂ ਸਰਕਾਰ ਦੇ ਦੁਆਰਾ ਪ੍ਰਾਈਮ ਮਿਨਿਸਟਰ ਦਾ ਜਿਹੜਾ ਰੈਜ਼ੀਡੈਂਸ ਵਾਲਾ ਜਿਹੜਾ ਰਸਤਾ ਹੈਗਾ ਹੈ ਠੀਕ ਹੈ ਜਿਹਦਾ ਜਿਹਦਾ ਨਾਮ ਸੀਗਾ ਦੈਟ ਵਾਸ ਦਾ ਰੇਸ ਕੋਰਸ ਰੇਸ ਕੋਰਸ ਰੋਡ ਰੇਸ ਕੋਰਸ ਰੋਡ ਦਾ ਨਾਮ ਚੇਂਜ ਕਰਕੇ ਲੋਕ ਕਲਿਆਣ ਮਾਰਗ ਰੱਖਿਆ ਗਿਆ ਰੇਸ ਕੋਰਸ ਰੋਡ ਲੋਕ ਕਲਿਆਣ ਮਾਰਗ ਕਰਤਾਵੇ ਪਾਥ ਰਾਜਪੱਤੇ ਸੈਂਟਰਲ ਵਿਸਟਾ ਲਾਂਚ ਟੂ ਆਨਰ ਟੀਚਰਸ ਐਂਡ ਐਡਵਾਂਸ ਦਾ ਨਿਊ ਨੈਸ਼ਨਲ ਐਜੂਕੇਸ਼ਨ ਪਾਲਿਸੀ ਮਿਨਿਸਟਰ ਠੀਕ ਹੈ ਮਿਨਿਸਟਰ ਆਫ ਐਜੂਕੇਸ਼ਨ ਲਾਂਚਡ ਡੈਸ਼ ਟੀਚਰਸ ਨੂੰ ਆਨਰ ਕਰਨ ਵਾਸਤੇ ਤੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਐਨ ਈ ਪੀ 2020 ਜਿਦੇ ਵਿੱਚ ਐਜੂਕੇਸ਼ਨ ਦੇ ਕੁਝ ਚੀਜ਼ਾਂ ਦੇ ਵਿੱਚ ਬਦਲਾਅ ਕੀਤੇ ਗਏ ਨੇ ਠੀਕ ਹੈ ਆਹ ਇਹਨੂੰ ਇਹਦੇ ਵਾਸਤੇ ਜਿਹੜੇ ਇੱਕ ਪ੍ਰੋਗਰਾਮ ਜਿਹੜਾ ਲਾਂਚ ਕੀਤਾ ਗਿਆ ਸ਼ਿਕਸ਼ਕ ਪਰਵ ਸ਼ਿਕਸ਼ਕ ਸਨਮਾਨ ਸ਼ਿਕਸ਼ਕ ਮਾਰਗ ਜਾਂ ਕੀਰਤੀ ਮਾਰਗ हाँ जी की आंसर रहेगा शिक्षक पर्व शिक्षक सम्मान या शिक्षक मार्ग ये नैशनल एजुकेशन पॉलिसी दे अंडर यानी कि आह एक एडवांस प्रोग्राम के अंडर कुछ टीचर्स टीचर्सू जो सम्मान सम्मानित किया गया तो आंसर की आएगा दैट इज़ द शिक्षक पर्व शिक्षक पर्व इत अपना करैक्ट आंसर रहेगा क्लीयर चलो जी अगले क्वेश्चन के दे चलते हैं जी ठीक है अगला क्वेश्चन क्या वट इज़ द परपज ऑफ द जलदूत ऐप ਜਲਦੂਤ ਐਪ ਦਾ ਕੀ ਪਰਪਸ ਹੈ ਜਲਦੂਤ ਐਪ ਕਿਹਦੇ ਦੁਆਰਾ ਬਣਾਈ ਗਈ ਰੂਰਲ ਮਿਨਿਸਟਰੀ ਆਫ ਰੂਰਲ ਡਿਵੈਲਪਮੈਂਟ ਦੇ ਦੁਆਰਾ ਇਸ ਐਪ ਨੂੰ ਬਣਾਇਆ ਗਿਆ ਓਕੇ ਔਰ ਯੂਜ਼ ਕਿੱਥੇ ਕੀਤਾ ਜਾਏਗਾ ਕੰਟਰੀ ਦੇ ਵਿੱਚ ਸਾਰੀ ਕੰਟਰੀ ਦੇ ਵਿੱਚ ਵਾਟਰ ਲੈਵਲ ਚੈੱਕ ਕਰਨ ਲਈ ਯੂਜ਼ ਕੀਤਾ ਜਾਏਗਾ ਠੀਕ ਹੈ ਤਾਂ ਮੈਂ ਕੀ ਕਹਾਤਾ ਵਾਟਰ ਲੈਵਲ ਚੈੱਕ ਕਰਨ ਲਈ ਹੁਣ ਦੇਖਦੇ ਆਪਸ਼ਨਸ ਕੀ ਹੈ ਟੂ ਪ੍ਰੋਵਾਈਡ ਐਕੂਰੇਟ ਇਨਫੋਰਮੇਸ਼ਨ ਰਿਗਾਰਡਿੰਗ ਦਾ ਰੇਨ ਠੀਕ ਹੈ ਇੱਥੇ ਕਾਂਡਾ ਮਾਰ ਦਿੰਦੇ ਆ ਰੇਨ ਦੀ ਕੋਈ ਇਨਫੋਰਮੇਸ਼ਨ ਲੈਣ ਦੇਣ ਦਾ ਸਿਸਟਮ ਨਹੀਂ ਆ ਜਲਦੂਤ ਨਾਲ to provide the safe drinking water for the rural households ab cut kar do jal dutto matlab jal da level dassan wala dut okay to provide the adequate water of the irrigation ab nahi main sidha ik adet da water da level to capture the water level par water level keda wells da of the selected wells in a village clear to ethe apna d option apna correct answer rahega ਅਗਲੇ ਕੁਐਸਚਨ ਤੇ ਚੱਲਦੇ ਆ ਜੀ ਨੇਮ ਦਾ ਆਪਰੇਸ਼ਨ ਲਾਂਚਡ ਟੂ ਡਿਟੈਕਟ ਦਾ ਕੇਸਿਸ ਆਫ ਇੰਟਰਨੈਟ ਡਿਸਟ੍ਰਿਬਿਊਸ਼ਨ ਆਫ ਚਾਈਲਡ ਸੈਕਸ਼ੂਅਲ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਓਕੇ सीबीआई ਦੇ ਦੁਆਰਾ ਇਸ ਆਪਰੇਸ਼ਨ ਨੂੰ ਲਾਂਚ ਕੀਤਾ ਗਿਆ ਪਹਿਲੀ ਪਹਿਲਾ ਪਹਿਲਾ ਕੁਐਸਚਨ ਸਮਝ ਲਓ ਇਸ ਆਪਰੇਸ਼ਨ ਨੂੰ ਲਾਂਚ ਕਿਸ ਦੇ ਦੁਆਰਾ ਕੀਤਾ ਗਿਆ सीबीआई ਦੇ ਦੁਆਰਾ ਕੀਤਾ ਗਿਆ ਕਿਸ ਦੇ ਦੁਆਰਾ सीबीआई ਦੇ ਦੁਆਰਾ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਦੁਆਰਾ ਇਸ ਆਪਰੇਸ਼ਨ ਨੂੰ ਲਾਂਚ ਕੀਤਾ ਗਿਆ ਇਸ ਆਪਰੇਸ਼ਨ ਦੇ ਵਿੱਚ ਜਿਹੜੇ ਵੀ ਇੰਟਰਨੈਟ ਡਿਸਟ੍ਰਿਬਿਊਸ਼ਨ ਯਾਨੀ ਇੰਟਰਨੈਟ ਦੇ ਥਰੂ ਜਿਹੜੇ ਵੀ ਚਾਈਲਡ ਸੈਕਸ਼ੂਅਲ ਅਬਿਊਜ਼ ਮਟੀਰੀਅਲ ਜਿਹੜਾ ਵਿਕ ਰਿਹਾ ਹੈ ਜਾਂ ਇੰਟਰਨੈਟ ਤੇ ਪ੍ਰੋਵਾਈਡ ਹੈ ਉਹਨੂੰ ਟੈਕਲ ਕਰਨ ਲਈ ਉਹਨਾਂ ਬੰਦਿਆਂ ਨੂੰ ਪਕੜਨ ਵਾਸਤੇ ਆਪਰੇਸ਼ਨ ਮੇਘਦੂਤ ਆਪਰੇਸ਼ਨ ਮੇਗਾ ਚੱਕਰ ਆਪਰੇਸ਼ਨ ਬਚਪਨ ਬਚਾਓ ਆਪਰੇਸ਼ਨ ਵਿਜਾਈ ਆਪਰੇਸ਼ਨ ਵਿਜੈਤ ਤੋਂ ਆਨਸਰ ਸਾਰਿਆਂ ਦਾ ਕਰੈਕਟ ਆਉਣਾ ਚਾਹੀਦਾ ਹੈ ਬੀ ਆਪਸ਼ਨ ਸਾਰੇ ਆਨਸਰ ਦਿੱਤਾ ਬੀ ਆਪਸ਼ਨ ਸਿਰਫ ਇੱਕ ਦੋ ਬੱਚਿਆਂ ਦੇ ਆਨਸਰ ਥੋੜੇ ਗਲਤ ਆਏ ਨੇ। ਤੋਂ ਇੱਥੇ ਆਪਣਾ ਆਨਸਰ ਬੀ ਆਪਸ਼ਨ ਬਿਲਕੁਲ ਕਰੈਕਟ ਹੈ। ਮੇਗਾ ਚੱਕਰ ਤੋਂ ਮੈਂ ਯਾਦ ਕਰਨ ਦੀ ਇੱਕ ਛੋਟੀ ਜਿਹੀ ਟ੍ਰਿਕ ਦੱਸ ਦੇਣਾ। ਤੋਂ ਜਿਹੜੇ ਵੀ ਬੱਚਿਆਂ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਸੀ। ਉਹ ਇਸ ਚੱਕਰ ਦੇ ਵਿੱਚ ਫਸ ਗਏ ਨੇ, ਸੀਬੀਆਈ ਦੇ ਇਸ ਚੱਕਰ ਦੇ ਵਿੱਚ ਫਸ ਗਏ ਨੇ। ਔਰ ਬੜਾ ਵੱਡਾ ਚੱਕਰ ਸੀਗਾ ਸਾਰੇ ਨੂੰ ਚੱਕ ਕੇ ਜੇਲ੍ਹ ਦੇ ਵਿੱਚ ਜਿਹੜੇ ਪਾ ਦਿੱਤੇ ਗਏ ਨੇ। ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਹਾਂ ਜੀ। ਅਗਲਾ ਕੁਐਸਚਨ। ਹਾਂ ਇਹ ਇਹ ਥੋੜਾ ਜਿਹਾ ਦੱਸ ਦੇਣਾ। ਇਹ ਇਹਦੇ ਵਿੱਚ 20 ਸਟੇਟਸ ਐਂਡ ਯੂਟੀਜ਼ ਜਿਹੜੇ ਕਵਰ ਕੀਤੇ ਗਏ ਨੇ ਔਰ ਇਹਦੇ ਵਿੱਚ 56 56 ਲੋਕੇਸ਼ਨਸ ਦੇ ਉੱਤੇ ਜਿਹੜੀ ਛਾਪੇਮਾਰੀ ਜਿਹੜੀ ਆ ਉਹ ਕੀਤੀ ਗਈ ਹੈ। ਕਲੀਅਰ ਮੇਗਾ ਚੱਕਰ ਆਪਰੇਸ਼ਨ ਦੇ ਅੰਡਰ। ਤੁਹਾਡੇ ਲਈ ਸਿਰਫ ਇਹੀ ਇੰਪੋਰਟੈਂਟ ਹੈ ਆਪਰੇਸ਼ਨ ਦਾ ਨਾਮ ਔਰ ਆਪਰੇਸ਼ਨ ਦਾ ਏਮ ਕੀ ਸੀ ਔਰ ਕਿਹਦੇ ਦੁਆਰਾ ਚਲਾਇਆ ਗਿਆ? ਸੀਬੀਆਈ ਦੇ ਦੁਆਰਾ ਚਲਾਇਆ ਗਿਆ ਆਪਰੇਸ਼ਨ ਮੇਗਾ ਚੱਕਰ ਤਾਂਕਿ ਬੱਚਿਆਂ ਲਈ ਜਿਹੜਾ ਇੰਟਰਨੈਟ ਤੇ ਮਟੀਰੀਅਲ ਜਿਹੜਾ ਸੈਕਸ਼ੂਅਲੀ ਅਬਿਊਜ਼ ਮਟੀਰੀਅਲ ਹੈ ਉਹ ਉੱਤੇ ਬੈਨ ਲਗਾਇਆ ਜਾ ਸਕੇ ਉਹਨੂੰ ਰੋਕਿਆ ਜਾ ਸਕੇ। ਇੰਡੀਆ ਇਸ ਟੂ ਹੋਸਟ ਇਟਸ ਮੈਡਨ ਮੋਟੋ ਜੀਪੀ ਵਰਲਡ ਚੈਂਪੀਅਨਸ਼ਿਪ ਰੇਸ ਮੋਟੋ ਜੀਪੀ ਵਰਲਡ ਚੈਂਪੀਅਨਸ਼ਿਪ ਰੇਸ ਜਿਹੜਾ ਕਿ ਇੰਡੀਆ ਹੋਸਟ ਕਰਨ ਜਾ ਰਿਹਾ ਕਦੋਂ 2023 ਦੇ ਵਿੱਚ ਹੋਸਟ ਕਰਨ ਜਾ ਰਿਹਾ ਰੇਸ ਐਟ ਕਿੱਥੇ ਕਰਨ ਜਾ ਰਿਹਾ ਬੁੱਧ ਇੰਟਰਨੈਸ਼ਨਲ ਸਰਕਟ ਬੁੱਧ ਇੰਟਰਨੈਸ਼ਨਲ ਸਰਕਟ ਕਿੱਥੇ ਹੈ ਜੀ ਗ੍ਰੇਟਰ ਨੋਇਡਾ ਔਰ ਕਦੋਂ ਕਰਨ ਜਾ ਰਿਹਾ ਹੈ ਮੇਰੇ ਮੂੰਹ ਚੋਂ ਆਨਸਰ ਨਿਕਲ ਗਿਆ ਠੀਕ ਹੈ ਹਾਂਜੀ 2023 ਬਿਲਕੁਲ 2023 ਦੇ ਵਿੱਚ ਆਹ ਜਿਹੜਾ ਇਵੈਂਟ ਜਿਹੜਾ ਹੋਸਟ ਹੋਊਗਾ 2023 ਇੱਥੇ ਆਪਣਾ கரੈਕਟ ਆਨਸਰ ਉਹ ਤੁਸੀਂ ਯਾਦ ਕੀ ਰੱਖਣਾ ਕਿੱਥੇ ਹੋਏਗਾ ਗ੍ਰੇਟਰ ਨੌਇਡ ਆ ਗ੍ਰੇਟਰ ਨੌਇਡਾ ਦੇ ਵਿੱਚ ਕੀ ਹੈ ਜੀ ਬੁੱਧ ਇੰਟਰਨੈਸ਼ਨਲ ਸਰਕਟ ਜਿੱਥੇ ਕਿ ਮੋਟੋ ਜੀਪੀ ਰੇਸਿੰਗ ਜਿਹੜੀ ਆ ਹੋਊਗੀ ਓਕੇ ਚਲੋ ਜੀ ਅਗਲੇ ਕੁਸ਼ਣ ਤੇ ਹੂ ਅਮੰਗ ਦਾ ਫਾਲੋਇੰਗ ਇਜ਼ ਨੋਟ ਦਾ ਨੋਟ ਯਾਦ ਰੱਖੋ ਇਸ ਵਾਰੀ ਵੀ ਜਿਹੜਾ ਪੀ ਪੀਟੀ ਪਲੱਸ ਬੀ ਦਾ ਫੋਰਸ ਗਾਰਡ ਦਾ ਪੇਪਰ ਆਇਆ ਸੀ ਉਹਦੇ ਵਿੱਚ ਨੋਟ ਬੜਾ ਲੱਗਿਆ ਹੋਇਆ ਸੀ ਠੀਕ ਹੈ ਤੋ ਹੂ ਅਮੰਗ ਦਾ ਫਾਲੋਇੰਗ ਇਜ਼ ਨ ਟਰਸਟੀਸ ਆਫ ਦਾ ਪੀਐਮ ਕੇਅਰ ਫੰਡ ਪੀਐਮ ਕੇਅਰ ਫੰਡ ਦੇ ਇਨ੍ਹਾਂ ਵਿੱਚੋਂ ਕਿਹੜੇ ਟਰਸਟੀ ਨਹੀਂ ਨੇ ਆਪਸ਼ਨ ਦੇਖਦੇ ਹਾਂ ਕੇਟੀ ਥੋਮਸ ਅਜੇ ਪਿਰਾਮਲ ਕਾਰੀਆ ਮੁੰਡਾ ਜਾਂ ਰਤਨ ਟਾਟਾ ਓਕੇ ਦੇਖੋ ਜੀ ਇਹਦੇ ਵਿੱਚ ਹੈ ਕਿ ਆ ਪੈਸਾ ਜਿਹੜਾ ਪੀਐਮ ਕੇਅਰ ਫੰਡਸ ਜਿਹੜਾ ਕਿ ਕੋਵਿਡ ਦੇ ਦੌਰਾਨ ਇੱਕ ਫੰਡ ਜਿਹੜਾ ਬਣਾਇਆ ਗਿਆ ਸੀਗਾ ਉਹਦੇ ਚੇਅਰਮੈਨ ਕੌਣ ਹੋਣਗੇ ਐਕਸ ਆਫੀਸ਼ੀਓ ਚੇਅਰਮੈਨ ਐਕਸ ਆਫੀਸ਼ੀਓ ਐਕਸ ਅਫੀਸ਼ੀਓ ਚੇਅਰਮੈਨ ਜਿਹੜੇ ਉਹ ਪ੍ਰਾਈਮ ਮਿਨਿਸਟਰ ਖੁਦ ਹੋਣਗੇ ਜਿਵੇਂ ਕਿ ਇੱਥੇ ਇਹਦੇ ਚੇਅਰਮੈਨ ਨਰਿੰਦਰ ਮੋਦੀ ਨੇ ਕਲੀਅਰ ਨਰਿੰਦਰ ਮੋਦੀ ਨੇ ਹੁਣ ਟਰਸਟੀਜ਼ ਦੇ ਵਿੱਚ ਨਵੇਂ ਟਰਸਟੀਜ਼ ਜਿਹੜੇ ਤਿੰਨ ਆਏ ਸੀ ਇੱਕ ਟਰਸਟੀਜ਼ ਬਣਾਏ ਗਏ ਕਿਹੜੇ ਕਿਹੜੇ ਬਣਾਏ ਗਏ ਸੀਗੇ ਕੇਟੀ ਥੋਮਸ ਯੈਸ ਹੀ ਵਾਸ ਦਾ ਟਰਸਟੀ ਠੀਕ ਹੈ ਉਹਦੇ ਬਾਅਦ ਅਜੇ ਪੀਰਮਲ ਮੈਨੂੰ ਇਹਦੇ ਬਾਰੇ ਨਹੀਂ ਪਤਾ ਕੇਰੀਆ ਕਾਰਿਆ ਮੁੰਡਾ ਹਾਂ ਇਹ ਵੀ ਟਰਸਟੀ ਸੀਗੇ रतन टाटा ਵੀ ટ્રસ્ટી ਸੀਗੇ કોણ ਨਹੀਂ ਸੀਗੇ અજે પિરામલવાસ નોટ ધ ટ્રસ્ટી આ ટ્રસ્ટી એઝ અ ટ્રસ્ટી અપોઇન્ટ નહીં કીતેગે ਇਸ ਕਰકે બી ઓપ્શન અપના સહી આન્સર આઉગા હા જેડે કન્ફ્યુઝ હી હો ગઈ કન્ફ્યુઝન દૂર કન્ફ્યુઝન દૂર હો ગઈ આ રતન टाटा તો હેગે ને સુરજીત રતન टाटा હેગે ને દેખો રતન टाटा કેટી થોમસ એન્ડ કેરિયા કારિયા મુંડા આ તિન ટ્રસ્ટી હેગે ને પીએમ કેર્સ ફંડ દે ਔਰ ਪੀਐਮ ਕੇਅਰ ਫੰਡਸ ਦੇ ਜਿਹੜੇ ਚੇਅਰਮੈਨ ਹੁੰਦੇ ਨੇ ਉਹ ਪੀਐਮ ਹੀ ਚੇਅਰਮੈਨ ਹੁੰਦੇ ਨੇ ਯਾਨੀ ਐਕਸ ਅਫੀਸ਼ੀਅਲ ਚੇਅਰਮੈਨ ਇਜ਼ ਦਾ ਪੀਐਮ ਤੋਂ ਇਸ ਹਮੇ ਪੀਐਮ ਨਰਿੰਦਰ ਮੋਦੀ ਚੇਅਰਮੈਨ ਨੇ ਔਰ ਆਹ ਤਿੰਨ ਆਪਣੇ ਟਰਸਟੀਆਂ ਨੇ ਇੱਕ ਹੋਰ ਇਹਦੇ ਵਿੱਚ ਗੱਲ ਮੈਂ ਐਡ ਕਰ ਦਿੰਦਾ ਜਿਹੜੀ ਵੀ ਅ ਮਿਨਿਸਟਰਸ ਜਾਂ ਡਿਫੈਂਸ ਮਿਨਿਸਟਰ ਹੋਗੇ ਹੋਮ ਮਿਨਿਸਟਰ ਹੋਗੇ ਫਾਈਨੈਂਸ ਮਿਨਿਸਟਰ ਹੋਗੇ ਠੀਕ ਹੈ ਆਹ ਜਿਹੜੇ ਮਿਨਿਸਟਰਸ ਐਂਡ ਜਿਹੜੇ ਡਿਫੈਂਸ ਮਿਨਿਸਟਰ ਹੋਮ ਮਿਨਿਸਟਰ ਫਾਈਨੈਂਸ ਮਿਨਿਸਟਰ ਆਹ ਜਿਹੜੇ ਹੁੰਦੇ ਨੇ ਇਹ ਵੀ ਐਕਸ ਅਫੀਸ਼ੀਅਲ ਟਰਸਟੀ ਹੀ ਹੁੰਦੇ ਕਲੀਅਰ ਅਜੇ ਪਹਿਲਾਂ ਮਿਲੇ تھے ਟਰਸਟੀ ਨਹੀਂ ਹੈਗੇ ਓਕੇ ਚੇਅਰਮੈਨ ਆ ਲਿਖਿਆ ਹੋਇਆ ਡਿਫੈਂਸ ਮਿਨਿਸਟਰ ਹੋਮ ਮਿਨਿਸਟਰ ਫਾਈਨਾਂਸ ਮਿਨਿਸਟਰ ਆਹ ਐਕਸ ਅਫੀਸ਼ੀਓ ਚੇਅਰਮੈਨ ਐਸ ਐਕਸ ਅਫੀਸ਼ੀਓ ਟਰਸਟੀ ਹੁੰਦੇ ਨੇ ਆ ਸਪੈਸ਼ਲੀ ਅਪਾਇੰਟ ਕੀਤੇ ਗਏ ਆਟੋਮੈਟਿਕਲੀ ਇਸ ਕੇਅਰ ਫੰਡ ਦੇ ਜਿਹੜੇ ਟਰਸਟੀ ਬਣਗੇ ਉਹ ਕੌਣ ਹੋਣਗੇ ਹੋਮ ਮਿਨਿਸਟਰ ਫਾਈਨਾਂਸ ਮਿਨਿਸਟਰ ਤੇ ਦੂਸਰੇ ਡਿਫੈਂਸ ਮਿਨਿਸਟਰ ਚਲੋ ਜੀ ਅਗਲੇ ਕੁਸ਼ਣ ਤੇ ਚੱਲਦੇ ਆ ਜੀ ਅਗਲਾ ਕੁਸ਼ਣ ਆਪਣੇ ਕੋਲ ਕੀ ਆਏਗਾ who is appointed as the president of aibd who is the president of aibd ha ji jaldi jaldi dekhde hain ki ida answer apne kol ki janda ओके तो क्वेश्चन अपने को हु इज अपॉइंटेड एज द प्रेजिडेंट ऑफ ए आई बी डी ए आई बी डी फुलफॉर्म इज द एशिया पैसिफिक एशिया पैसिफिक इंस्टीट्यूट आई तो इंस्टीट्यूट इंस्टीट्यूट बी तो है ब्रॉडकास्टिंग इंस्टीट्यूट ऑफ ऑफ ब्रॉडकास्टिंग ब्रॉडकास्टिंग डेवलपमेंट ओके आई हैगी اپنی ফুল ফর্ম ਮਿਆਂਕ ਕੁਮਾਰ ਅਗਰਵਾਲ ਨਰਾਇਣ ਸੋਰੀ ਨਿਰੰਜਨ ਜੋਤੀ ਫਾਗਨ ਸਿੰਘ ਕੁਲਸਾਤੇ ਜਾਂ ਕਮਲ ਕੁਮਾਰ ਇੱਥੇ ਆਪਣੇ ਕੋਲ கரੈਕਟ ਆਨਸਰ ਕੀ ਹੈ ਏ ਆਈ ਬੀ ਡੀ ਮੈਂ ਦੱਸ ਦਿੰਦਾ ਹਿਮਾਂਚੂ ਏਸ਼ੀਆ ਪੈਸੀਫਿਕ ਇੰਸਟੀਟਿਊਟ ਆਫ ਬ੍ਰੋਡਕਾਸਟਿੰਗ ਡਿਵੈਲਪਮੈਂਟ ਆਹ ਜਿਹੜਾ ਇੰਸਟੀਟਿਊਟ ਹੈ ਇਹਦੇ ਨਵੇਂ ਜਿਹੜੇ ਪ੍ਰੈਜ਼ੀਡੈਂਟ ਅਪਾਇੰਟ ਹੋਏ ਨੇ ਇੰਡੀਅਨ ਹੋਏ ਨੇ ਹਨਾ ਫਸਟ ਟਾਈਮ ਹੋਇਆ ਕੋਈ ਇੰਡੀਅਨ ਜਿਹੜੇ ਅਪਾਇੰਟ ਹੋਏ ਨੇ ਨਿਰੰਜਨ ਜੋਤੀ ਇੱਥੇ ਆਪਣਾ ਬਿਲਕੁਲ ਸੋਰੀ ਮੈਂ ਗਲਤ ਬੋਲ ਗਿਆ ਮਿਆਂਕ ਕੁਮਾਰ ਅਗਰਵਾਲ ਇੱਥੇ ਆਪਣਾ ਬਿਲਕੁਲ கரੈਕਟ ਆਨਸਰ ਹੈ क्लियर निरंजन ज्योति नहीं है अगरवाल तो मियंक कुमार अगरवाल इतने अपना बिल्कुल करेक्ट आंसर है ओके एशिया पैसिफिक इंस्टीट्यूट ऑफ ब्रॉडकास्टिंग डिवेलपमेंट ओके एक्सटेंशन जी एक साल की होर दे दी गई चलो जी अगले क्वेश्चन चलद येजीडेंसी कि इंडिया गोला यदि प्रैजीडेंसी कि इंडिया गोला अगला क्वेश्चन से चलते हैं वेयर इज द वर्ल्ड फस्ट चीता रीहैबिशन प्रोजैक्ट लॉन्च चीता रीहैबिशन प्रोजेक्ट कितने लॉन्च किया गया ਮੁਕੰਦਰਾ ਟਾਈਗਰ ਰਿਜ਼ਰਵ ਕੋਨੋ ਨੈਸ਼ਨਲ ਪਾਰਕ ਗਾਂਧੀ ਸਾਗਰ ਵਾਈਲਡਲਾਈਫ ਸੈਂਚਰੀ ਹਾਂਜੀ ਨੋਰਾਦੀ ਵਾਈਲਡਲਾਈਫ ਸੈਂਚਰੀ ਇਹਦਾ ਕੁਐਸਚਨ ਸਾਰਿਆਂ ਨੂੰ ਆਉਂਦਾ ਹੈ ਨਾਮਬੀਆ ਤੋਂ ਜਿਹੜੇ ਆਏ ਸੀਗੇ ਟਾਈਗਰ ਆਏ ਸੀਗੇ ਆ ਟੋਟਲ ਟਾਈਗਰ ਆਏ ਸੀ ਉਹਨਾਂ ਨੂੰ ਕੋਨੋ ਨੈਸ਼ਨਲ ਪਾਰਕ ਦੇ ਵਿੱਚ ਰੀਲੀਜ਼ ਕੀਤਾ ਗਿਆ ਇਸ ਕਰਕੇ ਜਿਹੜਾ ਚੀਤਾ ਰੀਹੈਬਿਲੇਸ਼ਨ ਪ੍ਰੋਜੈਕਟ ਹੈ ਉਹ ਕੋਨੋ ਦੇ ਵਿੱਚ ਬਣਾਇਆ ਗਿਆ ਆ ਠੀਕ ਹੈ ਕੁਨੂ ਨੈਸ਼ਨਲ ਪਾਰਕ ਜਿਹੜਾ ਕਿੱਥੇ ਪੈ ਗਿਆ ਜੀ ਮੱਧ ਪ੍ਰਦੇਸ਼ ਦੇ ਵਿੱਚ ਪੈ ਗਿਆ ਠੀਕ ਹੈ ਇਹਦੇ ਵਿੱਚ ਪੇਪਰ ਦੇ ਵਿੱਚ ਨਾ ਇੱਕ ਹੋਰ ਕੁਸ਼ਣ ਇਹਦੇ ਵਿੱਚ ਆਂਦਾ ਹੁੰਦਾ ਏਟ ਟਾਈਗਰ ਜਿਹੜੇ ਲੈਂਦੇ ਨੇ ਇਹਨੂੰ 3:5 ਚ ਵੰਡ ਲਿਓ ਕਿਉਂ ਕਿ 5 ਇਹਦੇ ਵਿੱਚ ਹੈਗੇ ਨੇ ਫੀਮੇਲ 5 ਫੀਮੇਲ ਨੇ ਔਰ ਮੇਲ ਇਹਦੇ ਵਿੱਚ 3 ਟਾਈਗਰ ਨੇ ਠੀਕ ਹੈ ਲੈਂਦੇ ਕਿਹੜੇ ਦੇਸ਼ ਤੋਂ ਨਾਮਬੀਆ ਤੋਂ ਨਾਮਬੀਆ ਓਕੇ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਹਾਂ ਫਿਰ ਅੱਛਾ ਇਸ ਥੋੜਾ ਜਿਹਾ ਇੱਕ ਹੋਰ ਚੀਜ਼ ਦੱਸ ਦਵਾਂ ਆ ਜਿਹੜਾ ਵਾਈਲਡ ਲਾਈਫ ਸੈਂਚਰੀ ਆ ਨੋਰਾ ਦੀ ਵਾਈਲਡ ਲਾਈਫ ਸੈਂਚਰੀ ਓਕੇ ਆ ਵੀ ਮੱਧ ਪ੍ਰਦੇਸ਼ ਦੇ ਵਿੱਚ ਆ ਓਕੇ ਉਹਦੇ ਬਾਅਦ ਗਾਂਧੀ ਸਾਗਰ ਆ ਵੀ ਮੱਧ ਪ੍ਰਦੇਸ਼ ਦੇ ਵਿੱਚ ਆ ਗਾਂਧੀ ਸਾਗਰ ਇਜ਼ ਆਲਸੋ ਇਨ ਮੱਧ ਪ੍ਰਦੇਸ਼ ਠੀਕ ਹੈ ਉਹਦੇ ਬਾਅਦ ਜਿਹੜੀ ਮੁਕੰਦਾ ਟਾਈਗਰ ਰਿਜ਼ਰਵ ਜਿਹੜਾ ਹੈਗਾ ਆਹ ਰਾਜਸਥਾਨ ਦੇ ਵਿੱਚ ਆ ਬਾਕੀ ਸਾਰੇ ਜਿਹੜੇ ਆਪਸ਼ਨ ਦਿੱਤੇ ਹੋਏ ਨੇ ਉਹ ਮੱਧ ਦੇ ਪ੍ਰਤੀਸ਼ਤ ਦੇ ਵਿੱਚ ਆਈ ਇੰਪੋਰਟੈਂਟ ਵਾਈਲਡ ਲਾਈਫ ਸੈਂਚਰੀ ਜਿਹੜੀਆਂ ਜਰੂਰੀ ਯਾਦ ਕਰ ਲਿਓ ਕਿਉਂਕਿ ਇਹ ਨਿਊਜ਼ ਦੇ ਵਿੱਚ ਰਹਿ ਚੁੱਕੀਆਂ ਇਹਦੇ ਵਿੱਚੋਂ ਕੁਐਸਚਨ ਬਣ ਜਾਏਗਾ ਹਾਂ ਹਾਂ ਬਿਲਕੁਲ ਲਖਵਿੰਦਰ ਸਿੰਘ ਜਿਹੜੇ ਮਿਆਂਕ ਅਗਰਵਾਲ ਆ ਉਹ ਪ੍ਰਸਾਰ ਭਾਰਤੀ ਦੇ ਜਿਹੜੇ ਡਾਇਰੈਕਟਰ ਜਨਰਲ ਵੀ ਨੇ ਔਰ ਪ੍ਰੈਜ਼ੀਡੈਂਸੀਨ ਦੇ ਕੋਲ ਆ ਆਈ ਆਈ ਬੀ ਡੀ ਦੀ ਆ ਏਸ਼ੀਆ ਪੈਸੀਫਿਕ ਇੰਸਟੀਟਿਊਟ ਆਫ ਬ੍ਰੋਡਕਾਸਟਿੰਗ ਡਿਵੈਲਪਮੈਂਟ ਦੀ ਪ੍ਰੈਜ਼ੀਡੈਂਸੀ ਆ ਔਰ ਇਸ ਪ੍ਰੈਜ਼ੀਡੈਂਸੀ ਨੂੰ 1 ਸਾਲ ਦੀ ਐਕਸਟੈਂਸ਼ਨ ਮਿਲ ਗਈ ਆ ਮਤਲਬ ਇੰਡੀਆ ਦਾ ਹੀ ਪ੍ਰੈਜ਼ੀਡੈਂਟ ਰਹੇਗਾ 1 ਸਾਲ ਹੋਰ ਕਿਹੜੇ ਕਿਹੜੇ ਕੋਸ਼ਣ ਦੇ ਵਿੱਚ ਕਿੱਥੇ ਕਨਫਿਊਜ਼ਨ ਹੈ ਮੈਂ ਦੱਸ ਦਿੱਤਾ ਆ ਪਿਛਲੇ ਕੁਸ਼ਣ ਤੇ ਵਾਪਸ ਆ ਜੰਨੇ ਆ ਕਨਫਿਊਜ਼ਨ ਦੇ ਤੇ ਹੁਣੀ ਦੂਰ ਕਰ ਦਿੰਨੇ ਆ ਠੀਕ ਹੈ ਸਾਰਾ ਕੁਝ ਫੇਰ ਤੋਂ ਲਿਖ ਦਿੰਨੇ ਆ ਓਕੇ ਮੀਨਕ ਕੁਮਾਰ ਅਗਰਵਾਲ ਆਹ ਪ੍ਰੈਜ਼ੀਡੈਂਟ ਨੇ ਕਿਹਦੇ AIBD ਦੇ ਥੈਟ ਇਜ਼ ਦਾ ਏਸ਼ੀਆ ਪੈਸੀਫਿਕ ਇੰਸਟੀਚਿਊਟ ਆਫ ਬ੍ਰੋਡਕਾਸਟਿੰਗ ਡਿਵੈਲਪਮੈਂਟ ਠੀਕ ਹੈ ਕਿਉਂ ਇਹ ਨਿਊਜ਼ ਦੇ ਵਿੱਚ ਕਿਉਂ ਮਿਲਿਆ ਕਿਉਂਕਿ ਇਹਦੀ ਪ੍ਰੈਜ਼ੀਡੈਂਸੀ ਇਹ ਇਕੱਲੀ ਇੰਡੀਆ ਦੀ ਤਾਂ ਹੈ ਨਹੀਂ ਪੂਰੇ ਇਸ਼ੀਆ ਪੈਸੀਫਿਕ ਰੀਜਨ ਦਾ ਇਹਦੀ ਪ੍ਰੈਜ਼ੀਡੈਂਸੀ ਕਿਹਦੇ ਕੋਲ ਹੈ ਜੀ ਇੰਡੀਆ ਕੋਲ ਆ ਔਰ ਇੰਡੀਆ ਨੂੰ ਇੱਥੇ 1 ਸਾਲ ਦੀ ਐਕਸਟੈਂਸ਼ਨ ਮਿਲ ਗਈ 1 ਸਾਲ ਦੀ ਐਕਸਟੈਂਸ਼ਨ ਮਿਲ ਗਈ ਪਹਿਲਾ ਪੁਆਇੰਟ ਦੂਸਰਾ ਪੁਆਇੰਟ ਆ ਜਿਹੜੇ ਪਰਸਨ ਤੁਸੀਂ ਦੇਖ ਰਹੇ ਨੇ ਮੈਂਕੁਮਾਰ ਅਗਰਵਾਲ ਇਹ ਪ੍ਰਸਾਰ ਭਾਰਤੀ ਦੇ ਜਿਹੜੇ ਚੀਫ ਐਗਜ਼ੀਕਿਊਟਿਵ ਆਫੀਸਰ ਵੀ ਨੇ ਇਹਨੂੰ ਦੇਖੋ ਸੀਈਓ ਕਹਦੇ ਪ੍ਰਸਾਰ ਭਾਰਤੀ ਇਹਦੇ ਨਾਲ ਨਾਲ ਇਹ ਡਾਇਰੈਕਟਰ ਜਨਰਲ ਵੀ ਨੇ ਕਹਦੇ ਦੂਰਦਰਸ਼ਨ ਦੇ ਹੁਣ ਹੁਣ ਕਲੀਅਰ ਹੋ ਗਿਆ ਹੁਣ ਕਲੀਅਰ ਹੋ ਗਿਆ ਨਾਉ ਇਜ਼ ਇਟ ਓਕੇ ਚਲੋ ਜੀ ਨੈਕਸਟ ਕੁਐਸਚਨ ਤੇ ਚਲਦੇ ਆਂ ਅਗਰ ਹੁਣ ਓਕੇ ਹੋ ਚੁੱਕਿਆ ਤੇ ਅਗਲਾ ਕੁਐਸਚਨ ਆਪਣੇ ਕੋਲ ਕੀ ਹੈ ਜੀ ਥੇਅਰ ਇਜ਼ ਦਾ ਫਰਸਟ ਫੋਰੈਸਟ ਯੂਨੀਵਰਸਿਟੀ ਟੂ ਓਪਨ ਪਹਿਲੀ ਫੋਰੈਸਟ ਯੂਨੀਵਰਸਿਟੀ ਕਿੱਥੇ ਓਪਨ ਕੀਤੀ ਜਾ ਰਹੀ ਹੈ ਦੁਨੀਆ ਦੀ ਗੱਲ ਕਰੀਏ ਦੁਨੀਆ ਦੇ ਵਿੱਚ ਸਿਰਫ ਦੋ ਫੋਰੈਸਟ ਯੂਨੀਵਰਸਿਟੀਆਂ ਪਹਿਲਾਂ ਸਨਗੀਆਂ ਠੀਕ ਹੈ ਹੁਣ ਦੁਨੀਆ ਦੇ ਵਿੱਚ ਤਿੰਨ ਫੋਰੈਸਟ ਯੂਨੀਵਰਸਿਟੀਆਂ ਹੋ ਜਾਣਗੀਆਂ ਜਿਹਦੇ ਵਿੱਚੋਂ ਇੱਕ ਜਿਹੜੀ ਫੋਰੈਸਟ ਯੂਨੀਵਰਸਿਟੀ ਆ ਉਹ ਉਹ ਇੰਡੀਆ ਦੀ ਆ ਕਲੀਅਰ ਇੱਕ ਇੰਡੀਆ ਦੀ ਫੋਰੈਸਟ ਯੂਨੀਵਰਸਿਟੀ ਹੋਏਗੀ ਹੁਣ ਐਕਚੁਅਲੀ ਜਿਹੜੀ ਆ ਫੋਰੈਸਟ ਯੂਨੀਵਰਸਿਟੀ ਆ ਪਹਿਲੇ ਹੀ ਗੱਲ ਕਰੀ ਉੱਥੇ ਫੋਰੈਸਟ ਸੰਬੰਧੀ ਇੱਕ ਇੰਸਟੀਚਿਊਟ ਸੀਗਾ ਇੱਕ ਰਿਸਰਚ ਸੈਂਟਰ ਵੀ ਸੀਗਾ ਉਹਨੂੰ ਹੀ ਇੱਕ ਯੂਨੀਵਰਸਿਟੀ ਦਾ ਨਾਮ ਦੇ ਦਿੱਤਾ ਗਿਆ ਔਰ ਉਹਦੀ ਜਿਹੜੀ ਸੀਮਾ ਥੋੜੀ ਵਧਾ ਦਿੱਤੀ ਗਈ ਆ ਹੈਗੀ ਕਿਥੇ ਆ ਜੀ ਤੇਲੰਗਾਨਾ ਦੇ ਵਿੱਚ ਤੇਲੰਗਾਨਾ ਦੇ ਵਿੱਚ ਹైదరాబాద్ ਦੇ ਵਿੱਚ ਏ ਫੋਰੈਸਟ ਯੂਨੀਵਰਸਿਟੀ ਖੋਲੀ ਗਈ ਆ ਬਹੁਤ ਇੰਪੋਰਟੈਂਟ ਕੁਸ਼ਨ ਹੈ ਕਿਉਂ ਕਿ ਪੂਰੀ ਦੁਨੀਆ ਦੇ ਵਿੱਚ ਵਰਲਡ ਦੇ ਵਿੱਚ ਸਿਰਫ ਤਿੰਨ ਨੇ ਤਿੰਨ ਕਿਹੜੀਆਂ-ਕਿਹੜੀਆਂ ਨੇ ਹਨਾ ਤੋਂ ਤਿੰਨ ਕਿਹੜੀਆਂ-ਕਿਹੜੀਆਂ ਨੇ ਤੋਂ ਇੱਕ ਰਸ਼ੀਆ ਦੇ ਵਿੱਚ ਆ ਇੱਕ ਚਾਈਨਾ ਦੇ ਵਿੱਚ ਆ ਤੇ ਤੀਸਰਾ ਕਿਹੜਾ ਆ ਗਿਆ ਇੰਡੀਆ ਤੀਸਰਾ ਕਿਹੜਾ ਆ ਗਿਆ ਇੰਡੀਆ ਔਰ ਆ ਜਿਹੜੀ ਫੋਰੈਸਟ ਯੂਨੀਵਰਸਿਟੀ ਬਣੀ ਆ ਇਹਦਾ ਨਾਮ ਪਹਿਲਾਂ ਸੀਗਾ ਐਫ ਸੀ ਆਰ ਆਈ ਐਫ ਸੀ ਆਰ ਆਈ ਯਾਨੀ ਕਿ ਫੋਰੈਸਟਰੀ ਕਾਲਜ ਐਂਡ ਰਿਸਰਚ ਇੰਸਟੀਚਿਊਟ ਫੋਰੈਸਟਰੀ ਕਾਲਜ ਐਂਡ ਰਿਸਰਚ ਇੰਸਟੀਚਿਊਟ ਹੋਣੇ ਕੀ ਬਣ ਗਈ ਆ ਫੋਰੈਸਟ ਯੂਨੀਵਰਸਿਟੀ ਕਿੱਥੇ ਆ ਹਾਈਦਰਾਬਾਦ ਹਾਈਦਰਾਬਾਦ ਕੀ ਧੀ ਕੈਪੀਟਲ ਆ ਤੇਲੰਗਾਨਾ ਦੀ ਟੋਟਲ ਦੁਨੀਆ ਦੇ ਵਿੱਚ ਕਿੰਨੀਆਂ ਫੋਰੈਸਟ ਯੂਨੀਵਰਸਿਟੀਆਂ ਨੇ ਤਿੰਨ ਕਿਹੜੇ ਕਿਹੜੀਆਂ ਕਿੱਥੇ ਕਿੱਥੇ ਨੇ ਰਸ਼ੀਆ ਦੇ ਵਿੱਚ ਆ ਚਾਈਨਾ ਦੇ ਵਿੱਚ ਆ ਕਿ ਤੀਸਰਾ ਹੁਣ ਇੰਡੀਆ ਦੇ ਵਿੱਚ ਆ ਚਲੋ ਜੀ ਵੇਅਰ ਇਜ਼ ਦਾ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਇਜ਼ ਗੋਇੰਗ ਟੂ ਓਪਨ ਨੈਸ਼ਨਲ ਹੈਰੀਟੇਜ ਕੰਪਲੈਕਸ ਕਿੱਥੇ ਖੁੱਲਣ ਜਾ ਰਿਹਾ ਹੈ ਹਾਂਜੀ ਭਾਵਨਗਰ ਸਾਬਰਕੰਥਾ ਲੋਥਲ ਸੂਰਤ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਦੀ ਗੱਲ ਕੀਤੀ ਜਾ ਰਹੀ ਹੈ ਇਹਨੂੰ ਓਪਨ ਕੀਤਾ ਜਾਏਗਾ ਇੱਕ ਗੁਜਰਾਤ ਦੇ ਅਹਮਦਾਬਾਦ ਗੁਜਰਾਤ ਦੇ ਅਹਮਦਾਬਾਦ ਜ਼ਿਲ੍ਹੇ ਦੇ ਵਿੱਚ ਅਹਮਦਾਬਾਦ ਤੁਹੇ ਪੇਪਰ ਚ ਆਜੇ ਨਾ ਅਹਮਦਾਬਾਦ ਸਪੋਜ਼ ਕਰੋ ਲੋਥਲ ਨਹੀਂ ਦਿੱਤਾ ਅਹਮਦਾਬਾਦ ਆ ਗਿਆ ਤੇ ਅਹਮਦਾਬਾਦ ਤੇ ਟਿਕ ਲੱਗਦੀ ਹੈ ਕਿਉਂਕਿ ਅਹਮਦਾਬਾਦ ਵਿੱਚ ਹੀ ਲੋਥਲ ਇੱਕ ਟਾਊਨ ਆ ਲੋਥਲ ਬਹੁਤ ਫੇਮਸ ਆ ਕਿਉਂ ਕਿ ਜਦੋਂ ਆਪਾਂ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਕਰਦੇ ਆ ਇੰਡਸ ਵੈਲੀ ਸਿਵਲਾਈਜੇਸ਼ਨ ਦੀ ਗੱਲ ਕਰਦੇ ਆ ਠੀਕ ਹੈ ਉਹਦੇ ਵਿੱਚ ਆਪਾਂ ਪੋਰਟ ਸਿਟੀ ਦੀ ਗੱਲ ਕਰਦੇ ਆ ਇੰਡਸ ਵੈਲੀ ਸਿਵਲਾਈਜੇਸ਼ਨ ਦੇ ਵਿੱਚ ਪੋਰਟ ਸਿਟੀ ਜਿੱਥੇ ਬੰਦਰਗਾਹ ਸੀਗੀ ਇੰਡਸ ਵੈਲੀ ਦੇ ਟਾਈਮ ਹੜੱਪਨ ਸਿਵਲਾਈਜ਼ੇਸ਼ਨ ਦੇ ਟਾਈਮ ਜਿੱਥੇ ਬੰਦਰਗਾਹ ਸੀਗੀ ਉਹ ਕਿਹੜਾ ਸੀਗਾ ਲੋਥਲ ਦਾ ਪੋਰਟ ਔਰ ਲੋਥਲ ਦਾ ਪੋਰਟ ਕਿੱਥੇ ਲੋਥਲ ਪੋਰਟ ਕਿੱਥੇ ਪੈਂਦਾ ਇਹ ਪੈਂਦਾ ਜੀ ਗੁਜਰਾਤ ਦੇ ਵਿੱਚ ਤੋ ਕੀ ਬਣ ਗਿਆ ਇੱਕ ਬੰਦਰਗਾਹ ਮਤਲਬ ਮੈਰੀਟਾਈਮ ਯਾਨੀ ਸਮੁੰਦਰ ਦੇ ਲਾਗੇ ਦੀ ਜਿਹੜੀ ਜਗ੍ਹਾ ਉਹਦੇ ਲਈ ਵਰਡ ਜਿਹੜਾ ਮੈਰੀਟਾਈਮ ਯੂਜ਼ ਕੀਤਾ ਗਿਆ ਇਸ ਕਰਕੇ ਨੈਸ਼ਨਲ ਮੈਰੀਟਾਈਮ ਹੈਰੀਟੇਜ ਕੰਪਲੈਕਸ ਇੱਥੇ ਬਣੇਗਾ ਕਿੱਥੇ ਲੋਥਲ ਦੇ ਵਿੱਚ ਕਿੱਥੇ ਗੁਜਰਾਤ ਦੇ ਵਿੱਚ ਕਿਹੜੀ ਜਗ੍ਹਾ ਅਹਮਦਾਬਾਦ ਦੇ ਵਿੱਚ ਪੈਂਦੀ ਆ ਕਲੀਅਰ ਚਲੋ ਜੀ ਅਗਲੇ ਕੁਸ਼ਣ ਤੇ ਚੱਲਦੇ ਆ ਜੀ ਅਗਲਾ ਕੁਸ਼ਣ ਆਪਣੇ ਕੋਲ ਹਾਂ ਇੱਕ ਇੱਕ ਕੁਸ਼ਣ ਹੋਰ ਬਹੁਤ ਇੰਪੋਰਟੈਂਟ ਕੁਸ਼ਣ ਇਹ ਪੇਪਰ ਦੇ ਵਿੱਚ ਆ ਵੀ ਕੁਸ਼ਣ ਆ ਸਕਦਾ ਹੈ ਲੋਥਲ ਕਿਸ ਰਿਵਰ ਦੇ ਕੰਡੇ ਤੇ ਹੈ ਰਿਵਰ ਕਿਹੜੀ ਰਿਵਰ ਹੈਗੀ ਆ ਭੋਗਵਾ 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 ਰਿਵਰ ਜਿਹੜੀ ਉਹਦੇ ਕੰਡੇ ਤੇ ਆਹ ਟਾਊਨ ਹੈ ਲੋਥਲ ਟਾਊਨ ਕਿਸ ਰਿਵਰ ਤੇ ਆ ਭੋਗਵਾ ਰਿਵਰ ਦੇ ਕੰਡੇ ਤੇ ਚਲੋ ਜੀ ਅਗਲੇ ਕੁਛ ਹਿੱਤੇ ਚਲਦੇ ਆ ਤਾਂ ਮਿਨਿਸਟਰੀ ਆਫ ਆਯੂਸ਼ ਸੈਲੀਬ੍ਰੇਟਸ ਆਯੁਰਵੇਦਾ ਡੇ ਐਵਰੀ ਇਅਰ ਔਨ ధਨਵੰਤਰੀ ਜਨਮਤੀ ਭਗਵਾਨ ధਨਵੰਤਰੀ ਜਿਹੜੇ ਉਹਨਾਂ ਨੂੰ ਆਯੁਰਵੇਦਾ ਦੇ ਭਗਵਾਨ ਵੀ ਕਿਹਾ ਜਾਂਦਾ ਆਯੁਰਵੇਦਾ ਦੇ ਫਾਊਂਡਰ ਕਿਹਾ ਜਾਂਦਾ ధਨਵੰਤਰੀ ਪੋਥ ਯੁਗਾ 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 ਤੋਂ ਪਹਿਲਾਂ ਮਤਲਬ ਬਹੁਤ ਸਾਰੇ ਕਹਿ ਸਕਦੇ ਤ੍ਰੇਤਾ ਯੁੱਗ ਆਇਆ ਦਵਾਪਰ ਯੁਗ ਆਇਆ ਹੈਨਾ ਕਾਫੀ ਸਾਰੇ ਯੁਗ ਆ ਹੁਣ ਕਾਲ ਯੁਗ ਚੱਲਦਾ ਪਿਆ ਤੋ ਯੁਗਾ ਤੋਂ ਜਦੋਂ ਸ਼ੁਰੂਆਤ ਹੋਈ ਆ ਆਯੁਰਵੇਦਾਂ ਦੀ ਸ਼ੁਰੂਆਤ ਭਗਵਾਨ ਦਵੰਤਰੀ ਦਨਵੰਤਰੀ ਦੇ ਦੁਆਰਾ ਕੀਤੀ ਗਈ ਸੀ ਕਲੀਅਰ ਪਹਿਲਾ ਕੁਸ਼ਣ ਇਹ ਹੋ ਗਿਆ ਦੂਸਰਾ ਕੁਸ਼ਣ ਇਹ ਆ ਕਿ ਆਹ ਸੈਲੀਬ੍ਰੇਟ ਕਦੋਂ ਕੀਤਾ ਜਾਏਗਾ ਆਯੁਰਵੇਦ ਦਾ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਏਗਾ ਆਪਸ਼ਨ 3 ਅਕਤੂਬਰ 23 ਅਕਤੂਬਰ 23 ਸਤੰਬਰ 23 12 ਸਤੰਬਰ ਤੋ ਆਨਸਰ ਕਾਫੀ ਸਾਰੇ ਬੱਚਿਆਂ ਦਾ கரੈਕਟ ਵੀ ਆ ਕੁਝ ਕੁਝ ਬੱਚਿਆਂ ਦਾ ਆਨਸਰ ਮੈਨੂੰ ਲੱਗ ਰਿਹਾ ਗਲਤ ਵੀ ਆ ਹਾਂਜੀ ਤੋ ਕਾਫੀ ਸਾਰੇ ਬੱਚੇ 23 ਅਕਤੂਬਰ ਤੇ 23 ਸਤੰਬਰ ਦੇ ਵਿੱਚ ਕਨਫਿਊਜ਼ ਹੋ ਗਏ ਹੋਣੇ ਨੇ ਤੋ ਕਰੈਕਟ ਆਨਸਰ ਅਕਤੂਬਰ ਹੈ ਤੋ 23 ਅਕਤੂਬਰ ਨੂੰ ਆਯੁਰਵੇਦਾ ਡੇ ਜਿਹੜਾ ਸੈਲੀਬ੍ਰੇਟ ਕੀਤਾ ਜਾਏਗਾ ਔਰ ਆ ਜਿਹੜਾ ਆਯੁਰਵੇਦਾ ਡੇ ਯਾਨੀ 2022 ਵਾਲਾ ਇਸ ਇਹਦਾ ਥੀਮ ਕੀ ਹੋਏਗਾ 2022 ਦਾ ਹਰ ਦਿਨ ਹਰ ਘਰ ਆਯੁਰਵੇਦਾ ਯਾਦ ਰੱਖਿਓ ਮੈਂ ਕਰਵਾਇਆ ਵੀ ਹੋਇਆ ਪੁਰਾਣੀ ਕਲਾਸਿਸ ਦੇ ਵਿੱਚ ਹਰ ਦਿਨ ਹਰ ਘਰ ਆਯੁਰਵੇਦਾ ਔਰ ਆਯੁਰਵੇਦਾ ਵੀਕ 12 ਸਤੰਬਰ ਤੋਂ ਲੈ ਕਰਕੇ 23 ਸਤੰਬਰ ਤੱਕ ਸੋਰੀ 23 ਅਕਤੂਬਰ ਤੱਕ 23 ਅਕਤੂਬਰ ਤੱਕ ਜਿਹੜਾ ਚੱਲੇਗਾ ਇਹ 6 ਵੀਕ 6 ਵੀਕ ਪ੍ਰੋਗਰਾਮ ਚੱਲੇਗਾ 12 ਸਤੰਬਰ ਤੋਂ 23 ਅਕਤੂਬਰ ਤੱਕ 6 ਵੀਕ ਦਾ ਲੰਬਾ ਇਹ 6 ਵੀਕ ਲੰਬਾ ਇੱਕ ਪ੍ਰੋਗਰਾਮ ਚੱਲੇਗਾ ਜਿਹਦੇ ਵਿੱਚ ਆਯੁਰਵੇਦਾ ਵੀਕਸ ਜਿਹੜੇ ਸੈਲੀਬ੍ਰੇਟ ਕੀਤੇ ਜਾਣਗੇ ਠੀਕ ਹੈ ਚਲੋ ਜੀ ਅਗਲੇ ਕੁਸ਼ਨ ਤੇ ਚੱਲਦੇ ਆ ਵੇਅਰ ਦਾ ਨੈਸ਼ਨਲ ਲੀਗਲ ਸਰਵਿਸਿਜ਼ ਅਥਾਰਟੀ ਯਾਨੀ ਕਿ ਨਾਲਸਾ ਸੈਂਟਰ ਫੋਰ ਸਿਟੀਜ਼ਨ ਸਰਵਿਸਿਜ਼ ਵਾਸ ਸੈਟ ਅਪ ਆਹ ਕੁਐਸਚਨ ਬਹੁਤ ਇੰਪੋਰਟੈਂਟ ਆ ਨਾਲਸਾ ਨਾਲਸਾ ਜਿਹੜਾ ਸੈਂਟਰ ਸਿਟੀਜ਼ਨ ਸੀਨੀਅਰ ਸਿਟੀਜ਼ਨਸ ਲਈ ਜਿਹੜਾ ਸੋਰੀ ਸਿਟੀਜ਼ਨਸ ਲਈ ਜਿਹੜਾ ਖੁੱਲਿਆ ਗਿਆ ਨਾਟ ਸੀਨੀਅਰ ਫੋਰ ਸਿਟੀਜ਼ਨ ਸਰਵਿਸ ਲਈ ਜਿਹੜਾ ਨਾਲਸਾ ਖੁੱਲਿਆ ਗਿਆ ਜਿਹਨੂੰ ਜਿਹਦੀ ਫੁੱਲ ਫਾਰਮ ਕੀ ਹੈ ਦੈਟ ਇਜ਼ ਅ ਨੈਸ਼ਨਲ ਹਾਂਜੀ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਆਹ ਕਿੱਥੇ ਖੁੱਲਿਆ ਗਿਆ ਓਪਨ ਦੇ ਵਿੱਚ ਜੈਸਲਮੇਰ ਦੇ ਵਿੱਚ ਓਜੇਨ ਦੇ ਵਿੱਚ ਅਹਮਦਾਬਾਦ ਦੇ ਵਿੱਚ ਹੁਣ ਆਹ ਸੈਂਟਰ ਦੀ ਅਗਰ ਕਿਸੇ ਨੇ ਕਰੰਟ ਅਫੇਅਰਸ ਪੜ੍ਹੇ ਹੋਣ ਤੋਂ ਨਿਊਜ਼ ਕੀ ਆਈ ਸੀ ਕਿ ਕਿ ਨਾਲਸਾ ਨੇ ਆਪਣੀ ਬਿਲਡਿੰਗ ਸ਼ਿਫਟ ਕਰ ਲਈ ਆ ਔਰ ਉਹ ਜਿਹੜੀ ਬਿਲਡਿੰਗ ਆ ਤੋਂ ਨਾਲਸਾ ਨੇ ਇੱਕ ਸੈਂਟਰ ਉੱਥੇ ਓਪਨ ਕੀਤਾ ਹੈ ਜਿਹੜਾ ਕਿ ਸਿਟੀਜ਼ਨ ਸਰਵਿਸ ਸੈਂਟਰ ਹੋਏਗਾ ਉਹ ਹੈਗਾ ਜੀ ਜੈਸਲਮੇਰ ਹਾਊਸ ਉਹ ਹੈਗਾ ਕਿ ਜੈਸਲਮੇਰ ਹਾਊਸ ਹੁਣ ਕੁਝ ਬੱਚੇ ਜੈਸਲਮੇਰ ਹਾਊਸ ਦੇਖ ਕਰਕੇ ਪੇਪਰ ਦੇ ਵਿੱਚ ਸੰਭਾਵਨਾ ਉਹ ਜੈਸਲਮੇਰ ਟਿਕ ਕਰਕੇ ਆ ਜਾਣ ਠੀਕ ਹੈ ਉਹ ਉਹਨਾਂ ਦਾ ਗਲਤ ਹੋ ਜਾਏਗਾ ਆਪਾਂ ਜਦੋਂ ਛੋਟੇ ਹੁੰਦੇ ਠੀਕ ਹੈ ਜੀ ਤਾਂ ਤੁਹਾਡੇ ਸਕੂਲਾਂ ਚ ਵੀ ਹੋਏਗਾ ਤਾਂ ਸਕੂਲਾਂ ਦੇ ਵਿੱਚ ਕੀ ਕੀ ਹੁੰਦੇ ਸੀਗੇ ਸਕੂਲ ਤਾਂ ਉਹੀ ਸੀਗਾ ਜੋ ਕਿਸੇ ਦਾ ਜਿਹੜਾ ਵੀ ਸਕੂਲ ਆ ਸਕੂਲਾਂ ਦੇ ਵਿੱਚ ਅਲੱਗ-ਅਲੱਗ ਹਾਊਸਿਸ ਬਣੇ ਹੁੰਦੇ ਸੀ ਜਿਵੇਂ ਮੇਰਾ ਸੀਗਾ ਸ਼ਹੀਦ ਭਗਤ ਸਿੰਘ ਹਾਊਸ ਠੀਕ ਹੈ ਇਹਦਾ ਸ਼ਹੀਦ ਭਗਤ ਸਿੰਘ ਹਾਊਸ ਠੀਕ ਹੈ ਆ ਲਾਲਾ ਲਾਇਪਤਰਾਏ ਹਾਊਸ ਸੀਗਾ ਇੱਕ ਇੱਕ ਸ਼ਹੀਦ ਉਦਮ ਸਿੰਘ ਹਾਊਸ ਸੀਗਾ ਤੋਂ ਇਸ ਤਰ੍ਹਾਂ ਹਾਊਸ ਬਣੇ ਹੁੰਦੇ ਸੀ ਮਤਲਬ ਇੱਕ ਗਰੁੱਪ ਬਣੇ ਹੁੰਦੇ ਸੀ ਅਲੱਗ-ਅਲੱਗ ਬਿਲਡਿੰਗਾਂ ਇਸ ਤਰ੍ਹਾਂ ਬਣੀਆਂ ਹੁੰਦੀਆਂ ਸੀ ਤੋਂ ਉਸ ਤਰ੍ਹਾਂ ਕਰਕੇ ਦਿੱਲੀ ਦੇ ਵਿੱਚ ਹੀ ਸੁਪਰੀਮ ਕੋਰਟ ਦੀ ਸੀਟ ਕਿੱਥੇ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਹੀ ਜਿਹੜਾ ਜੈਸਲ ਮਿਲ ਹਾਊਸ ਆ ਉੱਥੇ ਹੀ ਸਿਟੀਜ਼ਨ ਸਰਵਿਸ ਸੈਂਟਰ ਜਿਹੜਾ ਬਣਾਇਆ ਗਿਆ ਇਸ ਕਰਕੇ ਕਦੀ ਕਨਫਿਊਜ਼ ਨਾ ਹੋ ਜਿਓ ਓਕੇ ਹੁਣ ਇੱਥੇ ਸਿਟੀਜ਼ਨ ਸਰਵਿਸ ਸੈਂਟਰ ਦੇ ਨਾਲ-ਨਾਲ ਟ੍ਰੇਨਿੰਗ ਸੈਂਟਰ ਔਰ ਸੈਂਟਰ ਫਾਰ ਦਾ ਐਨਆਰਆਈਜ਼ ਔਰ ਡਿਜੀਟਲ ਕਮਾਂਡ ਸੈਂਟਰ ਇਹ ਸਾਰੇ ਸੈਂਟਰ ਵੀ ਇੱਥੇ ਜਿਹੜੇ ਦਿੱਤੇ ਗਏ ਨੇ ਅਗਲੇ ਕੁਐਸਚਨ ਤੇ ਵੰਦੇ ਭਾਰਤ ਟ੍ਰੇਨ ਤੋਂ ਕੋਸ਼ਨਾ ਮੋਸਟ ਪ੍ਰੋਬੇਬਲ ਚਾਂਸ ਹੈ ਵੰਦੇ ਭਾਰਤ ਤੋਂ ਕੋਸ਼ਨਾ ਆਏਗਾ ਵੰਦੇ ਭਾਰਤ ਥਰਡ ਵੰਦੇ ਭਾਰਤ ਟ੍ਰੇਨ ਇਨ ਦਾ ਨੇਸ਼ਨ ਵਾਸ ਵੇਵਡ ਆਫਟ ਬਾਏ ਦਾ ਪ੍ਰਾਈਮ ਮਿਨਿਸਟਰ ਪ੍ਰਾਈਮ ਮਿਨਿਸਟਰ ਦੇ ਦੁਆਰਾ ਤੀਸਰੀ ਵੰਦੇ ਭਾਰਤ ਟ੍ਰੇਨ ਨੂੰ ਹਰੀ ਚੰਡੀ ਦੇ ਦਿੱਤੀ ਗਈ ਔਰ ਆਹ ਟ੍ਰੇਨ ਦਾ ਰੂਟ ਕੀ ਹੋਏਗਾ ਯਾਨੀ ਕਿਹੜੇ ਦੋ ਸਟੇਸ਼ਨਸ ਨੂੰ ਕਨੈਕਟ ਕਰਨ ਗਿਆ ਦਿਸ ਟ੍ਰੇਨ ਕਨੈਕਟਸ ਵਿਚ ਆਫ ਦਾ ਫਾਲੋਇੰਗ ਸਿਟੀਜ਼ ਕਿਹੜੇ ਦੋ ਸਿਟੀਜ਼ ਨੂੰ ਕਨੈਕਟ ਕਰਨ ਗਿਆ ਨਿਊ ਦਿੱਲੀ ਜਾਂ ਸ਼੍ਰੀ ਮਾਤਾ ਵੈਸ਼ਨੂ ਦੇਵੀ ਕਟੜਾ ਜਾਂ ਵਾਰਾਨਸੀ ਨਿਊ ਦਿੱਲੀ ਜਾਂ ਗਾਂਧੀ ਨਗਰ ਮੁੰਬਈ ਜਾਂ ਦਿੱਲੀ ਮੁੰਬਈ ਇਹਦਾ ਆਨਸਰ ਤਾਂ ਮੈਨੂੰ ਲੱਗਦਾ ਸਾਰੇ ਦੇ ਸਕਦੇ ਨੇ ਯੂ ਆਲ ਹੈਨਾ ਤੁਸੀਂ ਸਾਰੇ ਦਾ ਕਰੈਕਟ ਆਨਸਰ ਦੇ ਸਕਦੇ ਹੋ ਕਿਉਂਕਿ ਆ ਸਾਰਿਆਂ ਨੇ ਦੇਖਿਆ ਹੋਇਆ ਵੀ ਹੈਨਾ ਮੈਨੂੰ ਲੱਗਦਾ ਇਨੋਗਰੇਸ਼ਨ ਨੇ ਸਾਰਿਆਂ ਨੇ ਦੇਖੀ ਹੋਣੀ ਆ ਕਾਫੀ ਸਾਰੇ ਬੱਚੇ ਮੈਨੂੰ ਦੇਖ ਰਹੇ ਆ ਮੈਂ ਕੀ ਹੁਣ ਗਲਤ ਦੇ ਰਹੇ ਨੇ ਠੀਕ ਆ ਹੁਣ ਮੈਨੂੰ ਅਣਾਈ ਪੀਗਾ ਮੈਦਾਨ ਦੇ ਵਿੱਚ ਵੰਦੇ ਭਾਰਤ ਦੀਆਂ ਤਿੰਨ ਟ੍ਰੇਨਾਂ ਹੁਣ ਤੱਕ ਲਾਂਚ ਹੋਈਆਂ ਨੇ ਹਨਾ ਉਹਨਾਂ ਨੂੰ ਹਰੀ ਚੰਡੀ ਤਿੰਨ ਨੂੰ ਦਿੱਤੀ ਗਈ ਆ ਪਹਿਲੀ ਥਿਸ ਵਾਸ ਦਾ ਫਰਸਟ ਟ੍ਰੇਨ ਜਿਹੜੀ ਕਿ ਨਿਊ ਦਿੱਲੀ ਤੋਂ ਕਟੜੇ ਚਲੀ ਆ ਦੂਸਰੀ ਟ੍ਰੇਨ ਸੀਗੀ ਜਿਹੜੀ ਵਾਰਾਨਸੀ ਦਿੱਲੀ ਦੇ ਵਿੱਚ ਚਲੀ ਹੁਣ ਜਿਹੜੀ ਨਵੀਂ ਟ੍ਰੇਨ ਜਿਹੜੀ ਵੇਵ ਆਫ ਕੀਤੀ ਗਈ ਆ ਉਹ ਗਾਂਧੀ ਨਗਰ ਤੇ ਮੁੰਬਈ ਨੂੰ ਜੋੜ ਰਹੀ ਹੈ ਇਸ ਕਰਕੇ ਇਹ ਥਰਡ ਟ੍ਰੇਨ ਹੈ ਤਾਂ ਵੰਦੇ ਭਾਰਤ ਦੀ ਤੀਸਰੀ ਟ੍ਰੇਨ ਕਿਨੂੰ ਕਨੈਕਟ ਕਰਦੀ ਆ ਗਾਂਧੀ ਨਗਰ ਤੇ ਮੁੰਬਈ ਨੂੰ सी ऑप्शन इज द करेक्ट क्लियर यस सी ऑप्शन इज द करेक्ट ओके चलो जी अगले क्वेश्चन चल रहे हैं। अगला क्वेश्चन इन विच हॉस्पिटल इंडिया फर्स्ट फुल आर्म ट्रांसप्लांट वॉज परफॉर्म्ड तो फुल आर्म ट्रांसप्लांट करने वाले ਅਹ ਇੰਡੀਆ ਤੀਸਰਾ ਕੰਟਰੀ ਆ ਠੀਕ ਹੈ ਇੱਕ ਤੱਕ ਕੀਤਾ ਸੀਗਾ ਮੈਕਸੀਕੋ ਨੇ ਕੀਤਾ ਸੀਗਾ ਠੀਕ ਹੈ ਇਕਸ਼ਾ ਚਾਇਨਾ ਨੇ ਕੀਤਾ ਤੇ ਤੀਸਰਾ ਇੰਡੀਆ ਬਣਿਆ ਤੋਂ ਪੂਰੀ ਦੀ ਪੂਰੀ ਜਿਹੜੀ ਬਾਹ ਆ ਕਿਸੇ ਦੀ ਕਿਸੇ ਨੂੰ ਲਗਾਣੀ ਬਹੁਤ ਵੱਡਾ ਟਾਸਕ ਆ ਅ ਤਕਰੀਬਨ 18 ਘੰਟੇ ਦੀ ਸਰਜਰੀ ਚੱਲੀ ਸੀ ਇੱਥੇ ਔਰ 18 ਘੰਟੇ ਦੇ ਵਿੱਚ ਬਹੁਤ ਸਾਰੇ ਡਾਕਟਰ ਜਿਹੜੇ ਇਨਵੋਲਵ ਹੋਏ ਔਰ ਉਹਨਾਂ ਨੇ ਸਕਸੈਸਫੁਲੀ ਇੰਡੀਆ ਦੀ ਪਹਿਲੀ ਆਰਮ ਟ੍ਰਾਂਸਪਲੈਂਟ ਸਰਜਰੀ ਨੂੰ ਅੰਜਾਮ ਦਿੱਤਾ ਔਰ ਸਕਸੈਸਫੁਲੀ ਜਿਹੜੇ ਇਹਦੇ ਵਿੱਚ ਸਕਸੈਸਫੁਲ ਵੀ ਰਹੇ ਨੇ ਕਿਸ ਹਸਪੀਟਲ ਦੇ ਵਿੱਚ ਇਹ ਸਰਜਰੀ ਕੀਤੀ ਗਈ ਅਮ੍ਰਿਤਾ ਹਸਪੀਟਲ ਜਿਹੜਾ ਕਿ ਕੇਰਲਾ ਦਾ ਹੈ ਕਿ ਆ ਉੱਥੇ ਕੀਤੀ ਗਈ ਮੈਕਸ ਹਸਪੀਟਲ ਗੁੜਗਾਓਂ ਵਾਲਾ ਜਾਂ ਐਮਜ਼ ਦਿੱਲੀ ਜਾਂ ਕ੍ਰਿਸ਼ਨਾ ਹਸਪੀਟਲ ਕਰਨਾਟਕਾ ਯੈਸ ਅਮ੍ਰਿਤਾ ਹਸਪੀਟਲ ਬਿਲਕੁਲ ਕਰੈਕਟ ਆਨਸਰ ਹੈ ਜੀ ਅਮ੍ਰਿਤਾ ਹਸਪੀਟਲ ਜਿਹੜਾ ਕਿ ਕੇਰਲਾ ਵਾਲੀ ਜਿਹੜੀ ਜਿਹੜਾ ਹਸਪੀਟਲ ਹੈ ਉਹਦੇ ਵਿੱਚ ਆ ਸਰਜਰੀ ਜਿਹੜੀ ਪਰਫਾਰਮ ਕੀਤੀ ਗਈ ਥਿਸ ਇਜ਼ ਦਾ ਵਨ ਆਫ ਦਾ ਬਿਗੇਸਟ ਅਚੀਵਮੈਂਟ ਔਰ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਮੈਕਸੀਕੋ ਸੈਕੰਡ ਵਨ ਵਾਸ ਦਾ ਫਰਾਂਸ ਠੀਕ ਹੈ ਇਟ ਵਾਸ ਨੋਟ ਦਾ ਚਾਈਨਾ ਸੈਕੰਡ ਵਨ ਇਜ਼ ਦਾ ਫਰਾਂਸ ਮੈਕਸੀਕੋ ਤੇ ਫਰਾਂਸ ਨੇ ਹੀ ਹੱਲੇ ਤੱਕ ਫੁੱਲ ਆਰਮ ਟ੍ਰਾਂਸਪਲੈਂਟ ਸਰਜਰੀ ਕੀਤੀ ਹੋਈ ਹੈ ਤੀਸਰਾ ਇੰਡੀਆ ਬਣਿਆ ਥੇਅਰ ਵਿਲ ਬੀ ਦਾ ਵਰਲਡਸ ਲਾਰਜੈਸਟ ਮਿਊਜ਼ੀਅਮ ਆਫ ਹੜੱppa ਕਲਚਰ ਵਿਲ ਬਿਲਟ ਹਾਂਜੀ ਦੁਨੀਆ ਦਾ ਸਾਰਿਆਂ ਨਾਲੋਂ ਵੱਡਾ ਹੜੱppa ਕਲਚਰ ਸਿਵਿਲਾਇਜ਼ੇਸ਼ਨ ਦਾ ਦੁਨੀਆ ਦਾ ਸਾਰਿਆਂ ਨਾਲੋਂ ਵੱਡਾ ਮਿਊਜ਼ੀਅਮ ਕਿੱਥੇ ਬਣੇਗਾ ਆਪਸ਼ਨ ਪੰਜਾਬ ਦੇ ਵਿੱਚ ਯਾ ਗੁਜਰਾਤ ਦੇ ਵਿੱਚ ਯਾ ਰਾਜਸਥਾਨ ਚ ਯਾ ਹਰਿਆਣਾ ਚ ਆਹ ਕੁਐਸਚਨ ਕਿਹੋ ਜਿਹਾ ਜੀ ਕਿਸ ਕੈਟਾਗਰੀ ਚ ਲਖੀਏ ਦਾ ਮੋਸਟ ਇੰਪੋਰਟੈਂਟ ਕੈਟਾਗਰੀ ਦੇ ਵਿੱਚ ਰੱਖਦੇ ਆ ਇਹਨੂੰ ਕਿਉਂਕਿ ਹੜੱਪਾ ਹੜੱਪਾ ਸਿਵਲਾਈਜੇਸ਼ਨ ਨੂੰ ਦੱਸਣ ਵਾਸਤੇ ਹੜੱਪਾ ਸਿਵਲਾਈਜੇਸ਼ਨ ਲਈ ਜਿਹੜਾ ਇਹ ਮਿਊਜ਼ੀਅਮ ਬਣਾਇਆ ਜਾ ਰਿਹਾ ਦੁਨੀਆ ਦਾ ਸਾਰਿਆਂ ਨਾਲੋਂ ਵੱਡਾ ਮਿਊਜ਼ੀਅਮ ਆ ਕਲੀਅਰ ਸੋ ਕੋਈ ਦੱਸ ਸਕਦਾ ਹੈ ਪੰਜਾਬ ਦੇ ਵਿੱਚ ਤਾਂ 23 ਡਿਸਟ੍ਰਿਕਟ ਆ ਪੰਜਾਬ ਦੀ 22 ਡਿਸਟ੍ਰਿਕਟ ਹੈ ਹੀ ਨਹੀਂ ਪੰਜਾਬ ਦੀਆਂ 23 ਡਿਸਟ੍ਰਿਕਟ ਨੇ ਔਰ 23ਵੀਂ ਜਿਹੜੀ ਡਿਸਟ੍ਰਿਕਟ ਹੈ ਉਹ ਤਾਂ ਮਲੇਰਕੋਟਲਾ ਹੁਣ ਆ ਮਿਊਜ਼ੀਅਮ ਕਿੱਥੇ ਖੋਲਿਆ ਗਿਆ ਹਰਿਆਣਾ ਦੇ ਵਿੱਚ ਹਰਿਆਣਾ ਦੀ ਜਗ੍ਹਾ ਕਿਹੜੀ ਹੈ ਰਾਖੀਗੜੀ 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 ਇਸ ਜਗ੍ਹਾ ਤੇ ਇਹ ਮਿਊਜ਼ੀਅਮ ਜਿਹੜਾ ਓਪਨ ਕੀਤਾ ਜਾਏਗਾ ਹਰਿਆਣਾ ਯਾਦ ਰੱਖਿਓ ਪੇਪਰ ਦੇ ਵਿੱਚ ਆਊਗਾ ਆਰ ਐਸ ਪੰਜਾਬ ਦੀ 23ਵੀਂ ਡਿਸਟ੍ਰਿਕਟ ਮਲੇਰਕੋਟਲਾ ਔਰ 22ਵੀਂ ਜਿਹੜੀ 22ਵੀਂ ਜਿਹੜੀ ਡਿਸਟ੍ਰਿਕਟ ਬਣੀ ਸੀ ਇਟ ਵਾਸ ਦਾ ਪਠਾਨਕੋਟ ਠੀਕ ਹੈ ਉਹ ਪਠਾਨਕੋਟ ਸੀ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਹਾਂ ਜੀ ਰਾਖੀ ਗੜੀ ਰਾਖੀ ਗੜੀ ਜਿਹੜਾ ਇੰਡਸ ਵੈਲੀ ਸਿਵਲਾਈਜੇਸ਼ਨ ਦਾ ਇੱਥੇ ਖੋਲਣ ਜਾ ਰਿਹਾ ਦੈਟਸ ਇਟ ਵਿਚ ਪੁਲਿਸ ਸਟੇਸ਼ਨ ਵਿਚ ਪੁਲਿਸ ਹੈਜ਼ ਬਿਕਮ ਦਾ ਫਰਸਟ ਪੁਲਿਸ ਫੋਰਸ ਇਨ ਇੰਡੀਆ ਟੂ ਮੇਕ ਕਲੈਕਸ਼ਨ ਆਫ ਫੋਰੈਂਸਿਕ ਐਵਿਡੈਂਸਸ ਮੰਡੇਟਰੀ ਕਿਹੜੀ ਪੁਲਿਸ ਨੇ ਜਿਹੜੀ ਫੋਰੈਂਸਿਕ ਐਵੀਡੈਂਸ ਮੰਡੇਟਰੀ ਕਰ ਦਿੱਤੇ ਆ ਕਿਸੇ ਕੋਈ ਵੀ ਕੋਈ ਵੀ ਕੋਈ ਵੀ ਕ੍ਰਾਈਮ ਹੁੰਦਾ ਉਹਦੇ ਜਿਹੜੇ ਫੋਰੈਂਸਿਕ ਵਲਿਆਂ ਦਾ ਜਿਹੜੀ ਇਨਵੋਲਵਮੈਂਟ ਜਿਹੜੀ ਆ ਉਹ ਮੰਡੇਟਰੀ ਕਰ ਦਿੱਤੀ ਗਈ ਆ ਉਹ ਕਿਹਦੇ ਦੁਆਰਾ ਕੀਤੀ ਗਈ ਤੋ ਇਥੇ ਆਨਸਰ ਕੀ ਹੈ ਦਿੱਲੀ ਪੁਲਿਸ ਤੋ ਦਿੱਲੀ ਪੁਲਿਸ ਦੇ ਦੁਆਰਾ ਫੋਰੈਂਸਿਕ ਐਵੀਡੈਂਸ ਜਿਹੜੀ ਆ ਉਹ ਕਲੈਕਟ ਕਰਨਾ ਜਿਹੜੇ ਉਹ ਲਾਜ਼ਮੀ ਹੋ ਗਿਆ ਹੁਣ ਅਗਲੇ ਕੁਐਸਚਨ ਦੇ ਵਿੱਚ ਸਟੇਟ ਔਰ ਯੂਟੀ ਇਜ਼ ਡਿਕਲੇਅਰਡ ਐਸ ਦਾ ਫਰਸਟ ਸਵਛਲ ਸੁਜਲ ਪ੍ਰਦੇਸ਼ ਹੁਣ ਇਸ ਕੁਐਸਚਨ ਤੇ ਬਹੁਤ ਸਾਰੇ ਬੱਚਿਆਂ ਨੂੰ ਡਾਊਟ ਰਹਿੰਦਾ ਇਹਨੂੰ ਮੈਂ ਥੋੜਾ ਜਿਆਦਾ ਡੀਪਲੀ ਡਿਸਕਸ ਕਰੂੰਗਾ ਇਸ ਕੁਐਸਚਨ ਨੂੰ ਕਿਹੜੀ ਸਟੇਟ ਜਾਂ ਯੂਟੀ ਇੰਡੀਆ ਦੀ ਪਹਿਲੀ ਸਵੱਛ ਸੂਜਲ ਪ੍ਰਦੇਸ਼ ਬਣੀ ਆ ਗੋਆ ਤੇਲੰਗਾਨਾ ਆਂਧਮਾਨ ਨਿਕੋਬਰ ਆਈਲੈਂਡਸ ਜਾਂ ਕੇਰਲਾ ਹਾਂਜੀ ਅ ਜੋਤੀ ਦਾ ਜਿਵੇਂ ਕਿ ਆਨਸਰ ਆਇਆ ਗੋਆ ਹੈਨਾ ਸੱਚੀ ਤਾਂ ਆਨਸਰ ਆ ਆਂਧਮਾਨ ਨਿਕੋਬਰ ਅੱਛਾ ਹੋਰ 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 ਕੀ ਆਨਸਰ ਆਏਗਾ ਤੁਹਾਡੇ ਕੋਲ ਇਹ ਕਰੈਕਟ ਆਨਸਰ ਮੋਸਟ ਇੰਪੋਰਟੈਂਟ ਕੁਐਸਚਨ ਰਹੇਗਾ ਇਹ ਇਥੇ ਸਵੱਛ ਪਹਿਲਾ ਸਵੱਛ ਸੂਜਲ ਪ੍ਰਦੇਸ਼ ਜਿਹੜਾ ਉਹ ਆਂਦਮਾਨ ਨੀਕੋਬਾਰ ਬਣਿਆ ਥਿਸ ਇਜ਼ ਅ ਫਰਸਟ ਵਨ ਹੁਣ ਜਿਹੜੇ ਬੱਚਿਆਂ ਦਾ ਆਨਸਰ ਗੋਆ ਆ ਉਹ ਸੁਣ ਲੋ ਕੀ ਚੀਜ਼ ਆ ਜਦੋਂ ਆਪਾਂ ਪਾਣੀ ਦੀ ਗੱਲ ਕਰਾਂਗੇ ਨਾ ਕਿ ਸੇਫ ਡਰਿੰਕਿੰਗ ਵਾਟਰ ਯਾਨੀ ਕਿ ਸਵੱਛ ਜਲ ਜਿਹੜਾ ਘਰ-ਘਰ 'ਚ ਪ੍ਰੋਵਾਈਡ ਕਰਵਾ ਦਿੱਤਾ ਉੱਥੇ ਤੁਸੀਂ ਗੋਆ ਬੋਲ ਸਕਦੇ ਹੋ ਗੋਆ ਕਦੋਂ ਜਦੋਂ ਆਪਾਂ ਟੈਪ ਵਾਟਰ ਦੀ ਗੱਲ ਕਰਾਂਗੇ ਸੁੱਛ ਜਲ ਦੀ ਗੱਲ ਕਰਾਂਗੇ ਠੀਕ ਹੈ ਟੈਪ ਵਾਟਰ ਦੀ ਗੱਲ ਕਰਾਂਗੇ ਫਿਰ ਤੈਲਿੰਗਾਨਾ ਦੂਸਰੇ ਨੰਬਰ ਤੇ ਠੀਕ ਹੈ ਫਿਰ ਉਹ ਉੱਥੇ ਆਉਂਦੇ ਮੰਨ ਨਿਕੋਬਾਰ ਤੀਸਰੇ ਨੰਬਰ ਤੇ ਪਰ ਜਦੋਂ ਸਵਛ ਸੂਝਲ ਪ੍ਰਦੇਸ਼ ਦੀ ਗੱਲ ਕਰਾਂਗੇ ਉੱਥੇ ਪਹਿਲੇ ਨੰਬਰ ਤੇ ਹੁਣ ਤੁਹਾਡੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਹੋਏਗਾ ਸਰ ਇਹ ਇੱਥੇ ਪਹਿਲੇ ਨੰਬਰ ਤੇ ਕਿਸ ਤਰ੍ਹਾਂ ਕਿਉਂ ਕਿਉਂ ਪਹਿਲੇ ਨੰਬਰ ਤੇ ਕਿਉਂ ਆ ਇਹਦਾ ਰੀਜ਼ਨ ਦੇਖੋ ਕੀ ਆ ਕਿ ਸਵਚ ਸੂਜਲ ਪ੍ਰਦੇਸ਼ ਦੀ ਕੁਝ ਕੰਡੀਸ਼ਨਸ ਨੇ ਠੀਕ ਹੈ ਕੰਡੀਸ਼ਨਸ ਕਿਹੜੀਆਂ-ਕਿਹੜੀਆਂ ਨੇ ਇੱਕ ਤਾਂ ਡਰਿੰਕਿੰਗ ਵਾਟਰ ਸਪਲਾਈ ਹੈ ਜਿਹੜੀ ਸੇਫ ਡਰਿੰਕਿੰਗ ਵਾਟਰ ਹੈ ਸਾਰਿਆਂ ਨੂੰ ਜਿਹੜਾ ਉਹ ਦਿੱਤਾ ਜਾਏ ਠੀਕ ਹੈ ਉਹ ਤਿੰਨਾਂ ਨੇ ਅਚੀਵ ਕੀਤਾ ਹੋਇਆ ਗੋਆ ਨੇ ਵੀ ਤੇਲੰਗਾਨਾ ਨੇ ਵੀ ਅੰਡੇਮਾਨ ਨਿਕੋਬਰ ਨੇ ਵੀ ਓਕੇ ਦੂਸਰਾ ਕੀ ਹੈ ਓਡੀਐਸ ਯਾਨੀ ਕਿ ਓਪਨ ਡੈਫੇਕੇਸ਼ਨ ਫਰੀ ਓਪਨ ਡੈਫੇਕੇਸ਼ਨ ਫਰੀ ਠੀਕ ਹੈ ਓਡੀਐਸ ਸਸਟੇਨੇਬਿਲਟੀ ਠੀਕ ਹੈ ਓਪਨ ਡੈਫੇਕੇਸ਼ਨ ਦਾ ਸਮਝ ਸਮਝਿਓ ਨਾ ਕੋਈ ਬਾਹਰ ਕੋਈ ਘਰੋਂ ਬਾਹਰ ਨਾ ਜਾਏ ਕਾਰੇ ਬਸਤੇ ਤਸਵੀਰ ਦਾ ਜਿਹੜਾ ਆ ਕੰਮ ਜਿਹੜਾ ਜ਼ਰੂਰੀ ਕੰਮ ਜਿਹੜੀ ਹੁੰਦਾ ਉਹ ਕਰਨ ਕੋਈ ਬਾਹਰ ਨਾ ਜਾਏ ਠੀਕ ਹੈ ਘਰ ਦੇ ਵਿੱਚ ਹੀ ਬਾਥਰੂਮ ਵਗੈਰਾ ਫਲਸ਼ਾਂ ਵਗੈਰਾ ਬਣੇ ਹੋਣ ਉਹ ਆ ਗਿਆ ਤੁਹਾਡਾ ਓਪਨ ਡੈਫੇਕੇਸ਼ਨ ਸਸਟੇਨੇਬਿਲਟੀ ਉਹਦੇ ਬਾਅਦ ਸੋਲਿਡ ਐਂਡ ਲਿਕਵਿਡ ਵੇਸਟ ਮੈਨੇਜਮੈਂਟ ਇੱਥੋਂ ਦੀ ਯਾਦ ਰੱਖੋ ਸੋਲਿਡ ਐਂਡ ਲਿਕਵਿਡ ਵੇਸਟ ਮੈਨੇਜਮੈਂਟ ਇਹ ਹੀ ਵੀ ਇੱਕ ਕ੍ਰਾਈਟੇਰੀਆ ਹੈ ਸਵਚ ਸੂਜਲ ਪ੍ਰਦੇਸ਼ ਲਈ ਤੀਸਰੀ ਇੱਕ ਹੋਰ ਚੀਜ਼ ਆ ਜੀ ਕ੍ਰੋਸ ਕਟਿੰਗ ਇੰਟਰਵੈਂਸ਼ਨਸ ਲਾਈਕ ਕਨਵਰਜੈਂਸ ਆਈਈਸੀ ਐਂਡ ਐਕਸ਼ਨ ਪਲੈਨਿੰਗ ਤੋਂ ਆ ਜਿਹੜਾ ਤੀਸਰਾ ਪੁਆਇੰਟ ਆ ਠੀਕ ਆ ਆ ਤਿੰਨੋਂ ਜਿਹੜੀਆਂ ਚੀਜ਼ਾਂ ਕਵਰ ਕਰਦਾ ਹੈ ਆਂਦੇਮਨ ਨਿਕੋਬਾਰ ਇਸ ਕਰਕੇ ਇਹ ਫਸਟ ਸਵਛ ਸੂਜਲ ਪ੍ਰਦੇਸ਼ ਬਣਿਆ ਨਾ ਕਿ ਗੋਆ ਨਾ ਕਿ ਤਿਲੰਕਾਣਾ ਅਗਲੇ ਕੁਐਸਚਨ ਤੇ ਦਾ ਯੂਐਸ ਏਜੰਸੀ ਫੋਰ ਇੰਟਰਨੈਸ਼ਨਲ ਡਿਵੈਲਪਮੈਂਟ ਐਂਡ ਯੂਨੀਸੈਫ ਲਾਂਚਡ ਦਾ ਦੂਰਦਰਸ਼ਨ ਐਂਡ ਦਾ ਯੂਟਿਊਬ ਸੀਰੀਜ਼ ਟਾਈਟਲਡ ਡੈਸ਼ फॉर इंटरनेशनल डेवलपमेंट यानी कि यू ए आई डी एजेंसी प्लस यूनिसेफ आ द्वारा इंडिया इंडिया दूरदर्शन से यूट्यूब सीरीज जी लॉन्च की जो नाम कि दूर से नमस्ते आ सीरीज जीडी लॉन्च की गई है ਇਹਦਾ ਜਿਹੜਾ ਇਸ ਸੀਰੀਜ਼ ਦੇ ਵਿੱਚ ਕੋਵਿਡ ਵਗੈਰਾ ਨੂੰ ਲੈ ਕਰਕੇ ਔਰ ਕੁਝ ਜਿਹੜੀ ਕੋਵਿਡ ਲਈ ਜਿਹੜੀ ਪ੍ਰੋਮੋਸ਼ਨਸ ਵਗੈਰਾ ਹੈਗੀਆਂ ਵੈਕਸੀਨ ਸਾਰੇ ਲਗਵਾਲਣ ਟਿਕਾ ਕਰਨ ਸਾਰਿਆਂ ਦਾ ਹੋ ਜਾਏ ਇਸ ਇਨਾਂ ਚੀਜ਼ਾਂ ਨੂੰ ਲੈ ਕਰਕੇ ਜਿਹੜੀਆਂ ਸਟੋਰੀਜ਼ ਜਿਹੜੀਆਂ ਇੱਥੇ ਦਿੱਤੀਆਂ ਜਾਂਦੀਆਂ ਨੇ ਅਗਲਾ ਵਿੱਚ ਸਿਟੀ ਇਸ ਨੋਟ ਇਨਕਲੂਡਡ ਇਨ ਦਾ ਯੂਨੈਸਕੋ ਗਲੋਬਲ ਨੈਟਵਰਕ ਆਫ ਲਰਨਿੰਗ ਯੂਨੈਸਕੋ ਗਲੋਬਲ ਨੈਟਵਰਕ ਆਫ ਲਰਨਿੰਗ ਸਿਟیز ਦੀ ਲਿਸਟ ਦੇ ਵਿੱਚ ਇਨਾਂ ਵਿੱਚੋਂ ਕਿਹੜੀ ਸਿਟੀ ਨਹੀਂ ਹੈ ਹੁਣ ਆਪਾਂ ਗੱਲ ਕਰੀਏ आ लिस्ट की आप गल करा इंडिया की गल करा तो इंडिया टोटल तीन सिटीज थ्री सिटीज तीन सिटीज य ठीक है तीन सिटीज हाँ जी ਆਪਾਂ ਕੀ ਦੱਸਣਾ ਹੈ ਕਿ ਇਹਨਾਂ ਵਿੱਚੋਂ ਕਿਹੜੀ ਨਹੀਂ ਹੈ অপਸ਼ਨ ਦੇਖਦੇ ਹਾਂ ਥਿਰਸੂਰ ਨੀਲਾੰਬੂਰ ਰੈਂਗਲ ਤੇ ਕਟਕ ਇੱਥੇ ਕਲੈਕਟ ਅਨਸਰ ਕੀ ਹੈ ਵਿਚ ਇਜ਼ ਨੋਟ ਇਨ ਦਾ ਯੂਨੈਸਕੋ ਗਲੋਬਲ ਨੈਟਵਰਕ ਆਫ ਲਰਨਿੰਗ ਸਿਟੀਜ਼ ਅਨਸਰ ਕੀ ਰਹੇਗਾ ਕਟਕ ਇਜ਼ ਦਾ ਕਰੈਕਟ ਅਨਸਰ ਇਹ ਇਹਦਾ ਪਾਰਟ ਨਹੀਂ ਹੈ ਇਹ ਇਹਦਾ ਪਾਰਟ ਨਹੀਂ ਹੈ ਕਲੀਅਰ ਇਹਦਾ ਪਾਰਟ ਨਹੀਂ ਹੈ ਤੋ ਟੋਟਲ ਕਿਹੜੀ ਕਿਹੜੀ ਤਿੰਨ ਸਿਟੀਜ਼ ਐ ਜਿਹੜੀ ਕਿ ਯੂਨੈਸਕੋ ਲਰਨਿੰਗ ਸਿਟੀਜ਼ ਦੀ ਕਿ ਮਨ ਲਿਸਟ ਦੇ ਵਿੱਚ ਐ ਉਹ ਹੈਗੀ ਜੀ ਥਰੂਸੋਰ ਨੀਲਾਮਪੁਰ ਰੈਂਗਲ ਆ ਤਿੰਨ ਸਿਟੀਜ਼ ਜਿਹੜੀਆਂ ਇਹਦੇ ਵਿੱਚ ਇਨਕਲੂਡਡ ਨੇ ਓਕੇ ਚਲੋ ਜੀ ਅ ਥੈਟਸ ਇਟ ਇਸ ਦੇ ਵਿੱਚ ਇਹੀ ਚੀਜ਼ ਇੰਪੋਰਟੈਂਟ ਐ ਟੋਟਲ 44 ਕੰਟਰੀਜ਼ ਆ 44 ਕੰਟਰੀਜ਼ ਦੇ ਵਿੱਚੋਂ 77 ਕੰਟਰੀਜ਼ ਜਿਹੜੀਆਂ ਹੋ ਸਿਲੈਕਟ ਕੀਤੀਆਂ ਗਈਆਂ ਨੇ ਓਕੇ ਰੈਂਗਲ ਜਿਹੜੀ ਹੈਗੀ ਆ ਤੇਲੰਗਾਨਾ ਦੀ ਹੋਗੀ ਆ ਦੋ ਜਿਹੜੀਆਂ ਹੈਗੀਆਂ ਕੇਰਲਾ ਦੀਆਂ ਹੋਗੀਆਂ ਠੀਕ ਆ ਵੀ ਦੱਸ ਦਿੱਤਾ ਉੱਪਰ ਲੀਆਂ ਦੋ ਕੇਰਲਾ ਦੀਆਂ ਨੇ ਕਲੀਅਰ ਆ ਮੈਥੇ ਲਿਖ ਦੇਣਾ ਤੁਹਾਨੂੰ ਕੇਰਲਾ ਦੀਆਂ ਦੋ ਸਿਲੈਕਟ ਹੋਈਆਂ ਨੇ ਕੇਰਲਾ ਦੀਆਂ ਦੋ ਸਿਲੈਕਟ ਤੇ ਆਹ ਜਿਹੜੀ ਤੇਲੰਗਾਨਾ ਦੀ ਆ ਅਗਲਾ ਕੁਐਸਚਨ ਹੂ ਇਜ਼ ਨੋਨ ਐਸ ਮੋਜ਼ਾਰਟ ਆਫ ਮਦਰਾਸ ਮੋਜ਼ਾਰਟ ਆਫ ਮਦਰਾਸ ਕਿਨੂੰ ਕਿਹਾ ਜਾਂਦਾ ਹੈ ਹੂ ਇਜ਼ ਨੋਨ ਐਸ ਮੋਜ਼ਾਰਟ ਮੋਜ਼ਾਰਟ ਆਫ ਮਦਰਾਸ ਏ ਆਰ रहमान ਵਿਜੇ ਲక్ష్ਮੀ ਜ਼ਾਕਿਰ हुसैन ਜਾਂ ਅਨੁਰਾਦਾ ਪਾਲ ਇਹਦਾ ਆਪਣੇ ਕੋਲ கரੈਕਟ ਆਨਸਰ ਹੈ ਏ ਆਰ रहमान ਏ ਆਰ रहमान ਨੂੰ ਮਜ਼ਾਟ ਆਫ ਮਦਰਾਸ ਕਿਹਾ ਜਾਂਦਾ ਹੈ ਹੁਣ ਆਹ ਕੁਐਸਚਨ ਕਿਉਂ ਬਣਿਆ ਕਿਉਂਕਿ ਇਹ ਨਿਊਜ਼ ਦੇ ਵਿੱਚ ਸੀ ਨਿਊਜ਼ ਦੇ ਵਿੱਚ ਕਿਉਂ ਸੀਗਾ ਕਿਉਂਕਿ ਰੀਸੈਂਟਲੀ ਕੈਨੇਡਾ ਦੇ ਦੁਆਰਾ ਰੀਸੈਂਟਲੀ ਕੈਨੇਡਾ ਦੇ ਦੁਆਰਾ ਏ ਆਰ रहमान ਨੂੰ ਇੱਕ ਇੱਕ ਕਹਿ ਸਕਦੇ ਆ ਓਨਰ ਦਿੱਤਾ ਗਿਆ ਓਨਰ ਕਿਸ ਰੂਪ ਨਾਲ ਦਿੱਤਾ ਗਿਆ ਉਰਥੋਂ ਦੀ ਇੱਕ ਸਟਰੀਟ ਆ ਜਿਹਦਾ ਨਾਮ ਜਿਹੜਾ ਏ ਆਰ ਰਹਿਮਾਨ ਜੀ ਦੇ ਨਾਮ ਤੋਂ ਰੱਖ ਦਿੱਤਾ ਗਿਆ ਸਟਰੀਟ ਦਾ ਨਾਮ ਕੀ ਸੀਗਾ ਮਾਰਖਮ ਸਟਰੀਟ ਮਾਰਖਮ ਸਟਰੀਟ ਮਾਰਖਮ ਸਿਟੀ ਦੀ ਇੱਕ ਸਟਰੀਟ ਸੀਗੀ ਜਿਹਦਾ ਨਾਮ ਏ ਆਰ ਰਹਿਮਾਨ ਤੋਂ ਰੱਖ ਦਿੱਤਾ ਗਿਆ ਆ ਓਨਰ ਉਹਨਾਂ ਨੂੰ ਜਿਹੜਾ ਦਿੱਤਾ ਗਿਆ ਠੀਕ ਹੈ ਕੈਨੇਡਾ ਦੇ ਦੌਰਾਨ ਚਲੋ ਜੀ ਅਗਲੇ ਕੁਸ਼ਨ ਤੇ ਚੱਲਦੇ ਆ ਜੀ ਹੂ ਇਜ਼ ਦਾ ਰਾਈਟਰ ਆਫ ਦਾ ਬੁੱਕ ਲਤਾ ਲਤਾ ਅ ਲਾਈਫ ਇਨ 뮤직 ਇਸ ਬੁੱਕ ਦੇ ਰਾਈਟਰ ਕੌਣ ਨੇ ਏ ਆ ਰਹਿਮਾਨ ਇੰਡੀਆ ਤੇ ਯੂਕੇ ਬਿਜ਼ਨਸ ਦੇ ਜਿਹੜੇ ਬਿਜ਼ਨਸ ਕਨਕਲੀਵ ਸੀਗੀ ਉਹਦੇ ਬ੍ਰਾਂਡ ਐਮਬੈਸਡਰ ਵੀ ਸੀਗੇ ਵੈਰੀ ਗੁੱਡ ਸ਼ਾਬਾਸ਼ ਹਾਂਜੀ ਚਲੋ ਜੀ ਇਸ ਕੁਸ਼ਨ ਤੇ ਆਜੋ ਜੀ ਵਾਪਸ ਹੂ ਇਜ਼ ਦਾ ਰਾਈਟਰ ਆਫ ਦਾ ਬੁੱਕ ਲਤਾ a life in music অপশন দেখਦੇ ਆ ਜੀ ਯਤਿੰਦਰਾ ਮਿਸ਼ਰਾ ইরা पांडे ਮਹੇਸ਼ যাদব ਜਾਂ ਗਨੇਸ਼ ਸ਼ਰਮਾ ਇਹ ਇਸ ਕੁਸ਼ਣ ਦਾ ਆਨਸਰ ਕੀ ਰਹੇਗਾ ਸਕਿਪ ওকে ਲਤਾ a life in music ਆ ਕਿਤਾਬ ਜਿਹੜੀ ਯਤਿੰਦਰਾ ਮਿਸ਼ਰਾ ਦੇ ਦੁਆਰਾ ਲਿਖੀ ਗਈ ਆ ਹੁਣ ਨਿਊਜ਼ ਦੇ ਵਿੱਚ ਕਾਫੀ ਸੀ ਕਿਉਂਕਿ ਇਹਦੀ ਇੰਗਲਿਸ਼ ਟ੍ਰਾਂਸਲੇਸ਼ਨ ਆ ਜਿਹੜੀ ਇੰਗਲਿਸ਼ ਦੇ ਵਿੱਚ ਇਹਨੂੰ ਟਰਾਂਸਲੇਟ ਕੀਤਾ ਗਿਆ ਉਹ ਈਰਾ ਪਾਂਡੇ ਦੇ ਦੁਆਰਾ ਕੀਤਾ ਗਿਆ ਤੇ ਇਸ ਬੁੱਕ ਦਾ ਨਾਮ ਹੈ ਜਿਹੜਾ ਲਤਾ ਸੁਰਗਾਥਾ ਨਾਮ ਰੱਖਿਆ ਗਿਆ ਸੁਰਗਾਥਾ ਮਤਲਬ ਸੁਰਾਂ ਦੀ ਗਾਥਾ ਜਿਹੜੀ ਹੈ ਉਹਦੇ ਸਾਰੀ ਦੱਸੇਗੀ ਠੀਕ ਹੈ ਇੱਥੇ ਆਨਸਰ ਈਰਾ ਪਾਂਡੇ ਨਹੀਂ ਆਏਗਾ ਇੱਥੇ ਜਤਿੰਦਰਾ ਮਿਸ਼ਰਾ ਜਿਹੜਾ ਆਪਣਾ ਕਰੈਕਟ ਆਨਸਰ ਆਏਗਾ ਇੱਕ ਕਿਤਾਬ ਲਿਖੀ ਉਹਨਾਂ ਨੇ ਸੀ ਈਰਾ ਪਾਂਡੇ ਜਿਹੜੇ ਤੁਸੀਂ ਦੇਖ ਰਹੇ ਹੋ ਉਹਨਾਂ ਨੇ ਇੰਗਲਿਸ਼ ਦੇ ਵਿੱਚ ਨੂੰ ਟਰਾਂਸਲੇਟ ਕੀਤਾ ਸੀਗਾ ਓਕੇ ਚਲੋ ਜੀ ਦੈਟਸ ਇਟ ਹੂ ਇਜ਼ ਦਾ ਰਾਈਟਰ ਆਫ ਦਾ ਬੁੱਕ ਵਿਲ ਪਾਵਰ ਦਾ ਇਨਸਾਈਡ ਸਟੋਰੀ ਆਫ ਇਨਕ੍ਰੈਡੀਬਲ ਟਰਨ ਅਰਾਊਂਡ ਇਨ ਇੰਡੀਅਨ ਊਮਨਸ ਹਾਕੀ ਤੋ ਇੰਡੀਅਨ ਊਮਨ ਹਾਕੀ ਤੇ ਇੱਕ ਰਾਈਟਰ ਦੇ ਦੁਆਰਾ ਕਿਤਾਬ ਲਿਖੀ ਗਈ ਉਹ ਰਾਈਟਰ ਕੋਈ ਹੋਰ ਨਹੀਂ ਆ ਊਮਨ ਹਾਕੀ ਦੇ ਕੋਚ ਹੀ ਰਹਿ ਚੁਕੇ ਨੇ ਆ ਕੋਚ ਹੀ ਨੇ ਠੀਕ ਹੈ ਤੋ ਆ ਜਿਹੜੇ ਕੋਚ ਇਨ ਕੋਚ ਸਾਹਿਬ ਦੇ ਦੁਆਰਾ ਇੰਡੀਅਨ ਊਮਨ ਹਾਕੀ ਤੇ ਇੱਕ ਬੁੱਕ ਲਿਖੀ ਗਈ ਜਿਹਦਾ ਨਾਮ ਕੀ ਹੈ ਦਾ ਇਨਸਾਈਡਰ ਸਟੋਰੀ of incredible turn around in indian uh, women's hockey akede dwara likhi gayi to options apne kol ki hai jehdiyan dekh rahe ho harinder kaur navtej sarna ohde baad ede vich ae silent honda jor marjne ehithe apna bilkul correct answer hai a mar jane hai jehda bilkul correct answer hai eh option hai yani jor marjne ehithe apna sahi uttar hai aa kon hai ji a he is the coach ਆ ਕੋਚ ਵੀ ਨੇ ਇੰਡੀਅਨ ਹਾਕੀ ਦੇ ਔਮਨ ਹਾਕੀ ਦੇ ਇਹ ਕੋਚ ਵੀ ਰਹਿ ਚੁਕੇ ਨੇ ਨਵਤੇਜ ਸਰਨਾ ਤੇ ਥੋੜੀ ਜੀ ਮੈਂ ਗੱਲਬਾਤ ਕਰ ਲੈਣਾ ਨਵਤੇਜ ਸਰਨਾ ਦੇ ਦੁਆਰਾ ਇੱਕ ਬੁੱਕ ਲਿਖੀ ਗਈ ਜਿਹਦਾ ਨਾਮ ਹੈ ਕ੍ਰਿਮਸਨ ਸਪ੍ਰਿੰਗ ਕ੍ਰਿਮਸਨ ਸਪ੍ਰਿੰਗ ਦੇ ਵਿੱਚ 1900 19 ਦਾ ਜਿਹੜਾ ਜਲਿਆਂਵਾਲਾ ਬਾ ਕਾਂਡ ਹੋਇਆ ਸੀਗਾ ਉਹਦੇ ਤੋਂ ਰਿਗਾਰਡਿੰਗ ਜਿਹੜੀ ਆ ਕਿਤਾਬ ਲਿਖੀ ਹੋਈ ਆ ਠੀਕ ਹੈ ਉਹ ਤੋਂ ਅੱਗੇ ਦੀਆਂ ਗੱਲਾਂ ਵੀ ਲਿਖੀਆਂ ਥੋੜੀਆਂ ਪਿੱਛੇ ਦੀਆਂ ਵੀ ਲਿਖੀਆਂ ਹੋਈਆਂ ਔਰ ਇਸ ਬੁੱਕ ਨੂੰ ਜਿਹੜਾ ਪ੍ਰਾਈਜ਼ ਮਿਲਿਆ ਉਹ ਮਿਲਿਆ ਜੀਸੀਬੀ ਪ੍ਰਾਈਜ਼ ਇਸ ਬੁੱਕ ਕਰਕੇ ਨਵਤੇਜ ਸਰਨਾ ਜੀ ਨੂੰ ਜਿਹੜਾ ਪ੍ਰਾਈਜ਼ ਮਿਲਿਆ ਉਹ ਹੈਗਾ ਜੀਸੀਬੀ ਪ੍ਰਾਈਜ਼ ਫॉर ਲਿਟਰੇਚਰ ਕਲੀਅਰ ਦੋ ਕੁਸ਼ਨ ਇਹਦੇ ਨਾਲ ਆਪਾਂ ਹੈਂਡਲ ਕਰ ਲੇ ਵਿਚ ਇੰਡੀਆਜ਼ ਪ੍ਰਾਈਵੇਟ ਸਪੇਸ ਸਟਾਰਟਅਪ ਹਾਸ ਸਿਕਯੂਰਡ ਫਰਸਟ ਪੇਟੈਂਟ ਫॉर ਡਿਜ਼ਾਈਨ ਐਂਡ ਮੈਨੂਫੈਕਚਰਿੰਗ ਆਫ 3ਡੀ ਪ੍ਰਿੰਟਡ ਰੋਕੇਟ ਡਿਜ਼ਾਈਨ इंडिया ਦੀ ਕਿਹੜੀ ਇਹੋ ਜੀ ਸਪੇਸ ਸਟਾਰਟਅਪ ਹੈਗਾ ਜਿਹਦੇ ਦੁਆਰੇ ਦੁਆਰਾ 3D ਪ੍ਰਿੰਟਡ ਰੋਕੇਟ ਡਿਜ਼ਾਈਨ ਨੂੰ ਪੇਟੈਂਟ ਕਰਵਾ ਲਿੱਤਾ ਗਿਆ অপਸ਼ਨਸ ਦੇਖਨੇ ਜੀ ਅਗਨੀਕੁਲ ਕੋਸਮੋਸ ਐਂਟ੍ਰਿਕਸ ਕੋਪਰੇਸ਼ਨ ਸਕਾਈ ਰੂਟ 에어로ਸਪੇਸ ਜਾਂ ਮਨਾਤਸੂ ਸਪੇਸ ਤੇ ਇਥੇ ਆਪਣੇ ਕੋਲ ਆਨਸਰ ਕੀ ਆ ਅਗਨੀਕੁਲ ਕੋਸਮੋਸ ਆਪਣਾ ਕਰੈਕਟ ਆਨਸਰ ਆ ਆ ਪਹਿਲਾ ਇੰਡੀਅਨ ਇਹੋ ਜੀ ਕੰਪਨੀ ਬਣੀ ਆ ਜਿਹੜੀ ਕਿ ਇੱਕ ਸਟਾਰਟਅਪ ਆ ਜਿਹੜੀ ਕਿ ਰੋਕਟ ਵਗੈਰਾ ਜਿਹੜੇ ਡਿਜ਼ਾਈਨ ਕਰਦੀ ਆ ਬਣਾਉਂਦੀ ਆ ਔਰ ਇਹਨਾਂ ਦੇ ਦੁਆਰਾ ਪਹਿਲਾ 3D ਪ੍ਰਿੰਟਡ ਰੋਕਟ ਡਿਜ਼ਾਈਨ ਹੈ ਜਿਹੜਾ ਉਹਨੂੰ ਪੇਟੈਂਟ ਕਰਵਾ ਲਿੱਤਾ ਗਿਆ ਹੈ। ਕਲੀਅਰ ਏ ਆਪਸ਼ਨ ਕਰੈਕਟ ਹੈ ਜੀ ਏ ਏ ਆਪਸ਼ਨ ਕਰੈਕਟ ਹੈ। ਕਲੀਅਰ ਅਗਲੇ ਕੁਸ਼ਣ ਤੇ ਚੱਲਦੇ ਆ ਜੀ ਅਗਲਾ ਆਪਣਾ ਕੁਸ਼ਣ ਕੀ ਰਹੇਗਾ। ਵਿਚ ਇੰਡੀਆਜ਼ ਪ੍ਰਾਈਵੇਟ ਸਪੇਸ ਅੱਛਾ ਇਹ ਤਾਂ ਕੁਸ਼ਣ ਹੋ ਗਿਆ। ਵਿਚ ਕੰਪਨੀਆਂ ਇਸ ਇਸ ਐਸਟੈਬਲਿਸ਼ ਵਿਚ ਕੰਪਨੀ ਇਸ ਐਸਟੈਬਲਿਸ਼ਿੰਗ ਇਟਸ ਫਰਸਟ ਸੋਲਰ ਪ੍ਰੋਜੈਕਟ ਇਨ ਇੰਡੀਆ। ਤੋ ਪਹਿਲਾ ਆਪਣਾ ਸੋਲਰ ਪ੍ਰੋਜੈਕਟ ਇਹਦੇ ਵਿੱਚੋਂ ਕਿਹੜੀ ਕੰਪਨੀ ਲਗਾ ਰਹੀ ਹੈ ਤੋ ਗੂਗਲ ਮਾਈਕਰੋਸਾਫਟ ਐਮਾਜ਼ੋਨ ਯਾ ਅਲੀ ਬਾਬਾ ਇਥੇ ਐਮਾਜ਼ੋਨ ਆਪਣਾ ਕਰੈਕਟ ਆਨਸਰ ਆ ਆਹ ਪਹਿਲੀ ਈ-ਕਾਮਰਸ ਕੰਪਨੀ ਜਿਹੜੀ ਕਿ ਇੰਡੀਆ ਦੇ ਵਿੱਚ ਸੋਲਰ એનર્ਜੀ ਦੇ ਉੱਤੇ ਸੋਲਰ ਪ੍ਰੋਗਰਾਮ ਦੇ ਉੱਤੇ ਪ੍ਰੋਜੈਕਟ ਲਗਾ ਰਹੀ ਹੈ ਔਰ ਇਹਦਾ ਜਿਹੜਾ ਸਾਥ ਦਿੱਤਾ ਜਾ ਰਿਹਾ ਹੈ ਉਹ ਇੱਕ ਕੰਪਨੀ ਦੇ ਦੁਆਰਾ ਦਿੱਤਾ ਜਾ ਰਿਹਾ ਥੈਟ ਇਜ਼ ਦਾ ਐਮਪ એનર્ਜੀ ਐਮਪ એનર્ਜੀ ਪਹਿਲਾ ਕੁਸ਼ਨ ਹੀ ਨਿਕਲਦਾ ਹੈ ਇਹਦਾ ਸਾਥ ਕਿਹਦੇ ਦੁਆਰਾ ਦਿੱਤਾ ਜਾ ਰਿਹਾ ਐਮਾਜ਼ੋਨ ਦਾ ਐਮਪ એનર્ਜੀ ਦੂਸਰਾ ਇਹ ਪ੍ਰੋਜੈਕਟ ਕਿੱਥੇ ਲੱਗ ਰਹੇ ਨੇ ਇਹ ਪ੍ਰੋਜੈਕਟ ਰਾਜਸਥਾਨ ਦੇ ਵਿੱਚ ਲੱਗ ਰਹੇ ਨੇ ਠੀਕ ਹੈ ਦੋ ਕੁਸ਼ਨ ਇਥੋਂ ਨਿਕਲਣਗੇ Amazon ਦੇ ਦੁਆਰਾ ਸੋਲਰ ਪ੍ਰੋਜੈਕਟ ਦੂਸਰਾ ਐਮ ਪਾਵਰ ਜੀ ਦੂਸਰਾ ਜਗ੍ਹਾ ਕਿਹੜੀ ਜਿੱਥੇ ਪ੍ਰੋਜੈਕਟ ਲੱਗਣ ਜਾ ਰਹੇ ਨੇ ਇਹ ਰਾਜਸਥਾਨ ਦੇ ਵਿੱਚ ਜਿਹੜੀ ਪ੍ਰੋਜੈਕਟ ਲੱਗਣ ਜਾ ਰਹੇ ਨੇ ਅਗਲੇ ਕੁਸ਼ਨ ਤੇ ਡਬਲ ਐਸਟਰੋਇਡ ਰੀਡ ਰੀਡਾਇਰੈਕਸ਼ਨ ਟੈਸਟ ਜਿਹਨੂੰ ਆਪਾਂ ਡਾਟ ਕਹਿੰਦੇ ਆ ਆ ਬਹੁਤ ਇੰਪੋਰਟੈਂਟ ਕੁਸ਼ਨ ਹੈ ਡਾਟ ਮਿਸ਼ਨ ਡਾਟ ਮਿਸ਼ਨ ਕਿਸ ਸਪੇਸ ਏਜੰਸੀ एसोशिएटिड है डबल ए डबल एसट्रॉयड रीडायरैक्शन टैसट यानी कि डार्ट मिशन टैस इज़ एसोशिएट विद विच स्पेस एजेंसी तो डार्ट मिशन हूनी हूनी न्यूज़ आई सभी आ जड़ा मिशन ठीक है आज जल्दी ही ख़त्म हो होजूगा आ मिशन चलाया कि नासा के द्वारा इस मिशन चलाया गया ओके और डाट मिशन हूँ खत्म हो जूगा क्योंकि एंड होजूगा ਔਰ ਇਹੇ ਜੂਪੀਟਰ ਦੀ ਸੁਪਰਵਾਈਜ਼ਨ ਕਰ ਰਿਹਾ ਸੀਗਾ ਠੀਕ ਹੈ ਹੁਣ ਇੱਕ ਕਲਾਈਡ ਇੱਕ ਐਸਟੈਰੋਇਡ ਦੇ ਨਾਲ ਜਿਹੜੀ ਇਹਦੀ ਕੋਲੀਜ਼ਨ ਹੋ ਜੇਗੀ ਜਿਹਦੇ ਕਰਕੇ ਇਹਦੀ ਲਾਈਫ ਹੁਣ ਇਸ ਮਿਸ਼ਨ ਦੀ ਖਤਮ ਹੋ ਜੇਗੀ ਠੀਕ ਹੈ ਵਿਚ ਵਨ ਆਫ ਦਾ ਫੋਲੋਇੰਗ ਪਲੈਨਟ ਇਜ਼ ਐਸੋਸੀਏਟਿਡ ਵਿਦ ਨਾਸਾਜ਼ ਐਕਸਪੈਰੀਮੈਂਟ ਮੌਕਸੀ ਯਾਨੀ ਨਾਸਾ ਦੇ ਦੁਆਰਾ ਮੌਕਸੀ ਮਿਸ਼ਨ ਮੌਕਸੀ ਐਕਸਪੈਰੀਮੈਂਟ ਕਹਿ ਸਕਦੇ ਹੋ ਮਿਸ਼ਨ ਕਹਿ ਸਕਦੇ ਹੋ ਤੋਂ ਮੌਕਸੀ ਐਕਸਪੈਰੀਮੈਂਟ ਹੈ ਉਹ ਕਿਸ ਪਲੈਨਟ ਦੇ ਨਾਲ ਐਸੋਸੀਏਟਿਡ ਹੈ Jupiter Mercury Mars ya Moon NASA ਦਾ ડાર્ટ મિશન ਵੀ યાદ રાખਣਾ પેપર ਦੇ ਵਿੱਚ ਇਸ ਵਾਰੀ ਵੀ NASA ਤੇ ਕੁਸ਼ਨ ਆਇਆ ਸੀਗਾ ਓਕੇ ਔਰ MOXIE ਪ੍ਰੋਗਰਾਮ ਵੀ યાદ રાખਣਾ ਐਕਸਪੈਰੀਮੈਂਟ MOXIE ਦੇ ਨਾਲ ਨਾਲ ਵੀ ਇਹ ਫੇਮਸ ਆ ਦੋਵੇਂ યાદ ਰੱਖਣੇ ਆ ਜੇ ਮੈਂ ਡਾਰਟ ਮਿਸ਼ਨ ਦੀ ਗੱਲ ਕਰਾਂ ਇਹ Jupiter ਦੇ ਸੰਬੰਧੀ ਸੀਗਾ ਓਕੇ ਔਰ ਐਸਟਰੋਇਡ ਨੂੰ ਜਿਹੜਾ ਡੀਡਾਇਰੈਕਟ ਕਰਨ ਲਈ ਇਹ ਟੈਸਟ ਜਿਹੜਾ ਲਾਂਚ ਕੀਤਾ ਗਿਆ ਸੀਗਾ ਐਸਟਰੋਇਡ ਕੋਲੀਜਨ ਦੀ وجہ ਦੇ ਨਾਲ ਉਹ ਮਿਸ਼ਨ ਜਿਹੜਾ ਹੁਣ ਇਟ ਇਟ ਇਜ਼ ਅਬਾਊਟ ਟੂ ਐਂਡ ਠੀਕ ਹੈ ਖਤਮ ਹੋ ਜਾਊਗਾ ਹੁਣ ਇਹਦੀ ਆਪਾਂ ਗੱਲ ਕਰਾਂਗੇ ਇੱਥੇ ਆਪਣੇ ਕੋਲ ਜੂਪੀਟਰ ਆ ਮਰਕਰੀ ਆ ਮਾਰਸ ਆ ਤੇ ਇੱਥੇ ਆਪਣੇ ਕੋਲ ਆਨਸਰ ਆ ਮਾਰਸ ਰਹੇਗਾ ਮਾਰਸ will be the correct answer ਔਰ MOXIE ਮਿਸ਼ਨ ਜਿਹੜਾ ਮਾਰਸ ਆ ਇਹਦੇ ਵਿੱਚ ਮਿਸ਼ਨ ਦਾ ਥੋੜੇ ਬਾਰੇ ਦੱਸ ਦਿੰਨਾ ਤੋਂ ਇਹਦੇ ਵਿੱਚ ਕੀ ਆ ਕਿ ਆ ਛੋਟਾ ਜਾਂ ਇੱਕ ਲੰਚ ਬਾਕਸ ਜਿੰਨਾ ਇਸ ਸਾਈਜ਼ ਦਾ ਇੱਕ ਗੈਜਟ ਆ ਜਿਹਦਾ ਨਾਮ ਆ MOXIE ਠੀਕ ਆ ਲੰਚ ਬਾਕਸ ਸਾਈਜ਼ ਦਾ ਇੱਕ ਗੈਜਟ ਆ ਜਿਹਦਾ ਨਾਮ ਕੀ ਆ MOXIE ਓਕੇ ਇਹਨੂੰ ਮਾਰਸ ਦੇ ਵਿੱਚ ਲੈ ਕੇ ਜਾਇਆ ਗਿਆ ਜਿਹਦੇ ਵਿੱਚ ਜਿਹਦੇ ਨਾਲ ਇਸ ਐਕਸਪੈਰੀਮੈਂਟ ਦੇ ਨਾਲ ਉੱਥੇ ਇੱਕ ਦਰਖਤ ਲਗਾਉਣ ਲਈ ਜਿਹੜੀ ਆ ਛੋਟਾ ਜਿਹਾ ਦਰਖਤ ਲਗਾਉਣ ਦੀ ਜਿਹੜੀ ਆ ਇੱਕ ਐਕਸਪੈਰੀਮੈਂਟ ਜਿਹੜਾ ਕੀਤਾ ਜਾ ਰਿਹਾ ਅਗਰ ਸਫਲ ਹੋ ਗਿਆ ਅਗਰ ਮਾਰਸ ਦੇ ਉੱਤੇ ਆ ਛੋਟਾ ਜਿਹਾ ਟਰੀ ਅਗਰ ਲੱਗ ਗਿਆ ਇਹਦਾ ਮਤਲਬ ਉੱਥੇ ਜੀਵਨ ਆ ਜਿਹੜਾ ਉਹਦਾ ਸੰਗਲਪ ਜੀਵਨ ਦੀ ਜਿਹੜੀ ਆ ਪੋਸੀਬਿਲਟੀ ਉੱਥੇ ਹੈਗੀ ਆ ਤੇ ਉੱਥੇ ਆਹ ਵੇਲ ਟਾਈਂਗ ਦੇ ਵਿੱਚ ਜਿੱਦਾਂ ਆਪਾਂ ਜਗਾ ਹੁਣ ਇੱਥੇ ਹੀ ਖਰੀਦੇ ਆ ਠੀਕ ਹੈ ਫਿਰ ਪਲੈਨਟ ਦੇ ਵਿੱਚ ਜਗ੍ਹਾ ਖਰੀਦਿਆ ਖਰੀਦਾਂਗੇ ਮਾਰਸ ਦੇ ਵਿੱਚ ਮੂਨ ਦੇ ਵਿੱਚ ਤਾਂ ਇੱਥੇ ਆਪਣਾ ਕਰੈਕਟ ਆਨਸਰ ਮਾਰਸ ਚਲੋ ਵਿੱਚ ਸਪੇਸ ਏਜੰਸੀ ਸਕਸੈਸਫੁਲੀ ਟੈਸਟਡ ਆਈਏਡੀ ਟੈਕਨੋਲੋਜੀ ਆਪ ਕੋ ਕੁਐਸਚਨ ਕਾਫੀ ਇੰਪੋਰਟੈਂਟ ਹੈ ਹੁਣ ਹੀ ਆਈ ਆਈਏਡੀ ਟੈਕਨੋਲੋਜੀ ਤੇ ਗੱਲ ਕਰਾਂਗੇ ਕਿਸ ਸਪੇਸ ਏਜੰਸੀ ਦੇ ਦੁਆਰਾ ਆਈਏਡੀ ਟੈਕਨੋਲੋਜੀ ਨੂੰ ਟੈਸਟ ਕੀਤਾ ਗਿਆ ਠੀਕ ਹੈ ਲੰਚ ਬਾਕਸ ਸਾਈਜ਼ ਦਾ ਮੋਕਸੀ ਠੀਕ ਹੈ ਜੇ ਰੋਟੀ ਦੇ ਡੱਬੇ ਜਿੰਨਾ ਹੈ ਮੋਕਸੀ ਜਿਹਦੇ ਵਿੱਚ ਮਾਰਸ ਯਾਨੀ ਕਿ ਮੰਗਲ ਗ੍ਰਹਿ ਤੇ ਦਰਖਤ ਲਗਾਉਣ ਦੀ ਜਿਹੜੀ ਆ ਉਹ ਐਕਸਪੈਰੀਮੈਂਟ ਕੀਤਾ ਜਾ ਰਿਹਾ ਓਕੇ ਆਈਏਡੀ ਟੈਕਨੋਲੋਜੀ ਕਿਹਦੇ ਦੁਆਰਾ ਸਕਸੈਸਫੁਲੀ ਟੈਸਟ ਕੀਤੀ ਗਈ ਆਹ ਜਿਹੜੀ ਇਜ਼ਰੋ ਦੀ ਟੈਕਨੋਲੋਜੀ ਹੈ ਠੀਕ ਹੈ ਉਹਨਾਂ ਟੈਕਨੋਲੋਜੀ ਦੇ ਵਿੱਚ ਹੈ ਕੀ ਆ ਆਈਏਡੀ ਦੀ ਫੁੱਲ ਫਾਰਮ ਤੇ ਆਨੇ ਆ ਥੈਟ ਇਜ਼ ਇਨ ਇਥੈਲਿਕ ਲਿਕਵਿਡ ਨਮਾ ਨੀਚੇ ਵੀ ਲਿਖਿਆ ਹੋਇਆ ਥੈਟ ਇਜ਼ ਦੀ ਇਨਫਲੇਟੇਬਲ ਇਨਫਲੇਟੇਬਲ 에어로ਡਾਇਨਾਮਿਕ 에어로ਡਾਇਨਾਮਿਕ ਡੀ ਐਕਸਰਲੇਟਰ ਡੀ ਐਕਸਰਲੇਟਰ ਓਕੇ ਇਨੂੰ ਟੈਸਟ ਕਿਥੋਂ ਕੀਤਾ ਗਿਆ ਇਹਨੂੰ ਟੈਸਟ ਕੀਤਾ ਗਿਆ ਜੀ ਅ दैट इज ਫrom ਦਾ ਜਿਹੜਾ ਵਿਕਰਮ ਸਰਾਭਾਈ ਸਪੇਸ ਸੈਂਟਰ ਹੈ ਥੁੰਬਾ ਥੁੰਬਾ ਜਿਹੜਾ ਰੋਕਟ ਲਾਂਚਿੰਗ ਸਟੇਸ਼ਨ ਹੈ ਉਥੋਂ ਦੀ ਲਾਂਚ ਕੀਤਾ ਗਿਆ ਠੀਕ ਹੈ ਤਾਂ ਥਿਰੂ ਵੈਂਦ੍ਰਮਪੁਰਮ ਦੇ ਵਿੱਚ ਯਾਨੀ ਕਿ ਕੇਰਲਾ ਦੇ ਥਿਰੂ ਵੰਥਮਪੁਰਮ ਦੇ ਵਿੱਚ ਇਹ ਵਿਕਰਮ ਸਰਾਭਾਈ ਸਪੇਸ ਸੈਂਟਰ ਹੈ ਔਰ ਉੱਥੇ ਹੀ ਲੋਚਿੰਗ ਲਾਂਚਿੰਗ ਪੈਡ ਹੈ ਜਿਹਦਾ ਨਾਮ ਕੀ ਹੈ ਥੁੰਬਾ ਥੁੰਬਾ ਇਕਵੇਟੋਰੀਅਲ ਰਾਕਟ ਲਾਂਚਿੰਗ ਸਟੇਸ਼ਨ ਤੋਂ ਪੇਪਰ ਚ ਕੀ ਕੀ ਕੁਸ਼ਨ ਆ ਸਕਦਾ ਹੈ ਆਈਆਈਡੀ ਟੈਕਨੋਲੋਜੀ ਕਿਹਦੀ ਹੈ ਜੀ ਇਜ਼ਰੋ ਦੀ ਟੈਕਨੋਲੋਜੀ ਆ ਇਹਦੀ ਟੈਸਟਿੰਗ ਹੁਣ ਕਿੱਥੇ ਕੀਤੀ ਗਈ ਇਹਦੀ ਟੈਸਟਿੰਗ ਜੀ ਕੇਰਲ ਵਿੱਚ ਕੀਤੀ ਗਈ ਕੇਰਲ ਵਿੱਚ ਕਿਹੜੀ ਜਗ੍ਹਾ ਥਰੂ ਵੈਂਥਮਪੁਰਮ ਦੇ ਵਿੱਚ ਉਥੇ ਕੀ ਹੈ ਜੀ ਉਥੇ ਥੁੰਬਾ ਨਾਮ ਦਾ ਥੁੰਬਾ ਇਕਵੇਟੋਰੀਅਲ ਰਾਕਟ ਲਾਂਚਿੰਗ ਸਟੇਸ਼ਨ ਹੈ ਦੈਟਸ ਇਟ ਖਤਮ ਬਸ ਇੰਨਾ ਹੀ ਕੁਸ਼ਨ ਜਿਹੜਾ ਸਾਰਾ ਬੰਦਾ ਹਾਂ ਇਹ ਕੁਸ਼ਨ ਆਈ ਟੈਕਨੋਲੋਜੀ ਜਿਹੜਾ ਕਿਸ ਮਿਸ਼ਨ ਤੇ ਕੰਮ ਕਰੇਗਾ ਮਾਰਸ ਮਿਸ਼ਨ ਤੇ ਠੀਕ ਹੈ Mars and Venus Mars and Venus ਮਿਸ਼ਨ ਲਈ ਇਹ ਟੈਕਨੋਲੋਜੀ ਟੈਸਟ ਕੀਤੀ ਗਈ ਹੈ ਨੇਮ ਦਾ ਸਾਈਬਰ ਸਿਕਿਉਰਿਟੀ ਐਕਸਰਸਾਈਜ਼ ਨੇਮ ਦਾ ਸਾਈਬਰ ਸਿਕਿਉਰਿਟੀ ਐਕਸਰਸਾਈਜ਼ ਕੰਡਕਟਡ ਬਾਈ ਇੰਡੀਅਨ ਕੰਪਿਊਟਰ ਅਮਰਜੈਂਸੀ ਰਿਸਪੌਂਸ ਟੀਮ ਜਿਹਨੂੰ ਅਕਸਰ ਤੁਸੀਂ CERT ਦੇ ਨਾਮ ਨਾਲ ਦੇਖਦੇ ਹੋ ਠੀਕ ਹੈ ਕੰਪਿਊਟਰ ਅਮਰਜੈਂਸੀ ਰਿਸਪੌਂਸ ਟੀਮ CERT ਦੇ ਨਾਮ ਨਾਲ ਆਪਾਂ ਇਹਨੂੰ ਦੇਖਦੇ ਹਾਂ ISRO ਦਾ ਹੈੱਡਕੁਆਟਰ ਬੰਗਲੌਰੂ ਦੇ ਵਿੱਚ ਓਕੇ ਵੈਰੀ ਗੁੱਡ ਐਂਡ ਹੈੱਡ ਹਾਂ ISRO ਦੇ ਹੈੱਡ ਹਿਸ ਨੇ ਸੋਮਨਾਥ ਠੀਕ ਹੈ ਇذਰ ਉਹ ਦੇ ਹੈਡ ਜਿਹੜੇ ਸੋਮਨਾ ਤਾਂ ਇਸ ਕੁਐਸਚਨ ਤੇ ਵਾਪਸ ਆ ਜਓ ਜੀ ਸਾਈਬਰ ਸਕਿਉਰਿਟੀ ਐਕਸਰਸਾਈਜ਼ ਓਕੇ ਉਸ ਐਕਸਰਸਾਈਜ਼ ਦਾ ਨਾਮ ਦੱਸੋ ਜਿਹੜੀ ਕਿ ਸਾਈਬਰ ਸਕਿਉਰਿਟੀ ਐਕਸਰਸਾਈਜ਼ ਹੈ ਨਾਮ ਹੈਗਾ ਸਾਈਨਰਜੀ ਸਾਈਨਰਜੀ ਇਜ਼ ਦਾ ਕਰੈਕਟ ਆਨਸਰ ਠੀਕ ਹੈ ਸਾਈਨਰਜੀ ਆਪਣਾ ਬਿਲਕੁਲ ਕਰੈਕਟ ਆਨਸਰ ਹੈ ਚਲੋ ਜੀ ਅ ਕਿਸ ਕੇਦੇ ਦੁਆਰਾ ਚਲਾਈ ਗਈ ਇਹ ਕੰਡਕਟ ਕੇਦੇ ਦੁਆਰਾ ਕੀਤੀ ਗਈ ਇਨ ਇਹਨੂੰ ਆਪਾਂ ਕਹਿੰਦੇ ਆ ਇਨਸਰਟ ਠੀਕ ਹੈ ਇੰਡੀਅਨ ਕੰਪਿਊਟਰ ਅਮਰਜੈਂਸੀ ਰਿਸਪੌਂਸ ਟੀਮ ਜਿਹੜੀ ਕਿ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਆਈਟੀ ਦੇ ਅੰਡਰ ਕਮ ਕਰਦੀ ਹੈ ਉਹਦੇ ਦੁਆਰਾ ਇਹਨੂੰ ਕੀਤਾ ਗਿਆ ਕਿਸ ਕੰਟਰੀ ਦੀ ਕੋਲਾਬੋਰੇਸ਼ਨ ਦੇ ਨਾਲ ਸਿੰਗਾਪੁਰ ਦੀ ਕੋਲਾਬੋਰੇਸ਼ਨ ਦੇ ਨਾਲ ਸਿੰਗਾਪੁਰ ਇਹਦੇ ਵਿੱਚ ਇੱਕ ਯਾਦ ਰੱਖ ਲਿਓ ਕਿੰਨੀ ਕੰਟਰੀਜ਼ ਇਹਦੇ ਵਿੱਚ ਭਾਗ ਲਈਆਂ ਨੇ 13 ਕੰਟਰੀਜ਼ ਨੇ ਇਹਦੇ ਵਿੱਚ ਭਾਗ ਲਿਆ ਹੈ ਅਗਲੇ ਕੁਐਸਚਨ ਤੇ ਚੱਲਦੇ ਹਾਂ ਵਿਚ ਕੰਪਨੀ ਲਾਂਚਡ ਫਰਸਟ ਹਾਈ ਥਰੋਪਟ ਸੈਟਲਾਈਟ ਯਾਨੀ ਕਿ ਐਚਟੀਆ ਸੈਟਲਾਈਟ broadband internet service in the country ਤੁਸੀਂ ਹਾਲ ਦੀ ਘੜੀ ਦੇਖਦੇ ਹੋ ਆਪਣੇ ਕੋਲ ਜਿਹੜਾ ਇੰਟਰਨੈਟ ਕਿਸ ਤਰ੍ਹਾਂ ਆਉਂਦਾ ਹੈ অপਟੀਕਲ ਫਾਈਬਰਸ ਦੇ ਥਰੂ ਇੰਟਰਨੈਟ ਆਉਂਦਾ ਹੈ ਹੈਨਾ ਹੁਣ ਇੱਕ ਇਹੋ ਜੀ ਇਹੋ ਜੀ ਕੰਪਨੀ ਆ ਜਿਨੇ ਇੰਡੀਆ ਦਾ ਇੱਕ ਠੇਕਾ ਚੱਕ ਲਿਆ ਕਿ ਇਹ ਦੂਰ ਇਲਾਕਿਆਂ ਦੇ ਵਿੱਚ ਜਿਵੇਂ ਕਿ ਲੇਹ ਲਦਾਖ ਹੋ ਗਿਆ ਜਿੱਥੇ অপਟੀਕਲ ਫਾਈਬਰਸ ਜਿਹੜੀਆਂ ਪਾਣੀਆਂ ਜਿਹੜੀਆਂ ਬਹੁਤ ਔਖੀਆਂ ਨੇ ਲੇਹ ਲਦਾਖ ਦੇ ਜਿਹੜੇ ਗੂੜਲੇ ਪਿੰਡ ਹੋਗੇ ਜਾਂ ਹਿਮਾਲਿਆ ਦੇ ਜਿਹੜੇ ਗੂੜਲੇ ਪਿੰਡ ਹੋਗੇ ਉੱਥੇ ਇੰਟਰਨੈਟ ਸਰਵਿਸ ਕਿਸ ਤਰ੍ਹਾਂ ਪ੍ਰੋਵਾਈਡ ਕਰਵਾਈ ਜਾ ਸਕਦੀ ਹੈ ਇਸ ਤਰ੍ਹਾਂ ਕਰਵਾ ਸਕਦੀ ਹੈ ਫਾਈਬਰ ਪਾਣੀ ਦਾ ਬਹੁਤ ਔਖੀ ਆ ਉੱਥੇ ਤੱਕ ਲੈ ਕੇ ਜਾਣੀ ਇਸ ਕਰਕੇ ਉੱਥੇ ਸੈਟੇਲਾਈਟ ਦੀ ਦੀ ਮਦਦ ਦੇ ਨਾਲ ਬ੍ਰੋਡਬੈਂਡ ਸਰਵਿਸ ਜਿਹੜੀ ਦਿੱਤੀ ਜਾਏਗੀ ਪੂਰੇ ਇੰਡੀਆ ਦੇ ਵਿੱਚ ਬ੍ਰੋਡਬੈਂਡ ਇੰਟਰਨੈਟ ਸਰਵਿਸ ਜਿਹੜੀ ਕਿ ਹੁਣ ਸੈਟੇਲਾਈਟ ਦੇ ਨਾਲ ਦਿੱਤੀ ਜਾਏਗੀ ਜਿਹਦਾ ਨਾਂ ਕੀ ਇਟ ਇਜ਼ ਐਚਟੀਐਸ ਦੈਟ ਇਜ਼ ਅ ਹਾਈ ਥਰੋਪਟ ਸੈਟੇਲਾਈਟ ਇਹ ਸੈਟੇਲਾਈਟ ਦਾ ਯੂਜ਼ ਕਿਸ ਕੰਪਨੀ ਦੇ ਦੁਆਰਾ ਕੀਤਾ ਜਾ ਰਿਹਾ ਹੈ ਹਿਊਜ ਕਮਿਊਨੀਕੇਸ਼ਨਸ ਇੰਡੀਆ ਅ ਰਾਇਲੈਂਸ ਨਹੀਂ ਹੈਗਾ ਹਿਊਜ ह्यूज कम्यूनीकेशन इंडिया आ कंपनी का नाम है ना तो आप कह सकते हैं कि जियो के इंटरनेट नो भी अगे निकल जूगी हूँ यह चलो जी अगले क्वेश्चन तो चलते हैं अगला क्वेश्चन अपने को है जी वे आर इंडिया वे इंडियन आर्मीज खरगाको एंड इंडियन एयरफोर्स हैव कंडक्टिड ए जॉइंट एक्सरसाइज गगन स्ट्राइक तो गगन स्ट्राइक ये ज्वाइंट एक्सरसाइज रही इंडियन आर्मी की इंडियन एयरफोर्स की ਠੀਕ ਹੈ ਆਰਮੀ ਤੇ 에어 ਫੋਰਸ ਦੀ ਆ ਜੋਇੰਟ ਐਕਸਰਸਾਈਜ਼ ਰਹੀ ਔਰ ਕਿੱਥੇ ਕੰਡਕਟ ਕੀਤੀ ਗਈ ਇਹ ਪੰਜਾਬ ਦੇ ਵਿੱਚ ਕੰਡਕਟ ਕੀਤੀ ਗਈ ਅੰਬਾਲਾ ਬਾਰਡਰ ਦੇ ਇਹ ਕੰਡਕਟ ਕੀਤੀ ਜਾਂਦੀ ਹੈ ਪੰਜਾਬ ਦੇ ਵਿੱਚ ਓਕੇ ਤੋ ਇਹ ਪੰਜਾਬ ਦੇ ਵਿੱਚ ਕੰਡਕਟ ਕੀਤੀ ਗਈ ਦੈਟਸ ਇਟ ਚਾਰ ਦਿਨ ਦੀ ਇਹ ਐਕਸਰਸਾਈਜ਼ ਸੀ ਵੇਰ ਵਾਸ ਦਾ ਆਈ ਐਨ ਐਸ ਸਪੁੱਤਰਾ ਐਂਡ ਪੀ 8 ਆਈ ਮੈਰੀਟਾਈਮ ਪੈਟ੍ਰੋਲ 에어ਕ੍ਰਾਫਟ ਆਫ ਦਾ ਇੰਡੀਅਨ ਨੇਵੀ ਜੋਇੰਟ ਮਲਟੀਨੇਸ਼ਨਲ एक्सरसाइज काकाडू 2022 काकाडू 2022 ਦੇ ਵਿੱਚ ਕਿੰਨੀ ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ 21 ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ ਕਕਾਡੂ ਚ ਕਿੰਨੀ ਕੰਟਰੀਜ਼ ਨੇ ਪਾਰਟਿਸਿਪੇਟ ਕੀਤਾ 21 ਕੰਟਰੀ ਨੇ ਪਾਰਟਿਸਿਪੇਟ ਕੀਤਾ ਕਕਾਡੂ ਹੋਈ ਕਿੱਥੇ ਡਾਰਵਿਨ ਦੇ ਵਿੱਚ ਹੋਈ ਔਰ ਇਹ ਡਾਰਵਿਨ ਕਿੱਥੇ ਪੈ ਗਿਆ ਆਸਟ੍ਰੇਲੀਆ ਦੇ ਵਿੱਚ ਇਸ ਕਰਕੇ ਇਸ ਐਕਸਰਸਾਈਜ਼ ਦਾ ਹੋਸਟ ਕੌਣ ਸੀਗਾ ਆਸਟ੍ਰੇਲੀਆ ਦਾ ਹੋਸਟ ਸੀਗਾ ਕਲੀਅਰ ਚਲੋ ਜੀ ਇਸ ਐਕਸਰਸਾਈਜ਼ ਦਾ ਥੀਮ ਕੀ ਸੀਗਾ ਪਾਰਟਨਰਸ਼ਿਪ ਲੀਡਰਸ਼ਿਪ ਐਂਡ ਫਰੈਂਡਸ਼ਿਪ ਪਾਰਟਨਰਸ਼ਿਪ ਲੀਡਰਸ਼ਿਪ ਅਤੇ ਫਰੈਂਡਸ਼ਿਪ ਇਹਦਾ ਥੀਮ ਸੀਗਾ ਐਕਸਰਸਾਈਜ਼ ਦਾ ਚਲੋ ਜੀ ਅਗਲੇ ਕੁਸ਼ਣ ਤੇ ਚੱਲਦੇ ਆਂ ਵਿਚ ਕੰਟਰੀ ਜੁਆਇੰਟ ਇੰਡੀਆ ਨੇ ਮੈਸਿਵ ਅਭਿਆਸ ਡ੍ਰਿਲ ਐਕਸਰਸਾਈਜ਼ ਆ ਕੁਸ਼ਣ ਬਹੁਤ ਇੰਪੋਰਟੈਂਟ ਹੈ ਅਭਿਆਸ ਡ੍ਰਿਲ ਐਕਸਰਸਾਈਜ਼ ਦੇ ਵਿੱਚ ਕਿਸ ਕੰਟਰੀ ਦੇ ਦੁਆਰਾ ਇੰਡੀਆ ਨੂੰ ਜੁਆਇਨ ਕੀਤਾ ਗਿਆ ਅਭਿਆਸ ਡ੍ਰਿਲ ਕਿਹਦੇ ਕਿਹਦੇ ਵਿੱਚ ਘਾਰ ਹੋਈ ਆਪਸ਼ਨਸ ਦੇਖਦੇ ਆਂ ਜੀ ਯੂਏਈ ਨੇਪਾਲ ਯੂਐਸ ਜਾਂ ਰਸ਼ੀਆ ਆਹ ਆਪਣੇ ਕੋਲ ਚਾਰ ਆਪਸ਼ਨ ਹੈ ਹਨ ਜੀ ਅਹ ਚਲੋ ਜੀ ਕੁਸ਼ਣ ਦੇ ਵਾਪਸ ਆਨੇ ਆ ਜੀ ਵਿਚ ਵਿਚ ਕੰਟਰੀ ਜੁਆਇਨ ਇੰਡੀਆ ਇਨ ਦਾ ਮੈਸਿਵ ਅਭਿਆਸ ਡੀਲ ਅਭਿਆਸ ਡੀਲ ਨੇ ਜਿਹੜੀ ਇੰਡੀਆ ਤੇ ਯੂ ਐਸ ਦੇ ਵਿਚਕਾਰ ਹੋਈ ਆ ਇੰਡੀਆ ਤੇ ਯੂ ਐਸ ਦੇ ਵਿਚਕਾਰ ਅਭਿਆਸ ਡੀਲ ਹੋਈ ਆ ਔਰ ਇਹਦੇ ਵਿੱਚ ਇੰਡੀਆ ਦੇ ਇੰਡੀਅਨ ਕੋਸਟ ਗਾਰਡ ਜਿਹੜੇ ਉਹਨੇ ਪਾਰਟਿਸਿਪੇਟ ਕੀਤਾ ਜੀ ਕਲੀਅਰ ਤੋਂ ਇੰਡੀਅਨ ਕੋਸਟ ਗਾਰਡ ਤੋਂ ਕੋਸਟ ਗਾਰਡ ਆ ਇੰਡੀਆ ਦੇ ਜਿਹੜੇ ਠੀਕ ਹੈ ਔਰ ਇੰਡੀਅਨ ਯੂਨਾਈਟਿਡ ਸਟੇਟਸ ਦੇ ਜਿਹੜੇ ਕੋਸਟਲ ਹੈਗੇ ਨੇ ਉਹਨਾਂ ਉਹਨਾਂ ਦੇ ਦੁਆਰਾ ਜਿਹੜਾ ਪਾਰਟਿਸਿਪੇਟ ਕੀਤਾ ਗਿਆ ਆ ਡਰਿਲ ਹੋਈ ਕਿੱਥੇ ਆ ਜੀ ਚੇਨਈ ਦੇ ਵਿੱਚ ਇਹ ਡਰਿਲ ਹੋਈ ਆ ਇਸ ਵਰਡ ਨੂੰ ਵੀ ਯਾਦ ਰੱਖਣਾ ਕਿੱਥੇ ਹੋਈ ਹੈ ਜੀ ਚੇਨਈ ਦੇ ਵਿੱਚ ਤੋ ਇਥੋਂ ਤਿੰਗੋਸ਼ਨ ਬੜੇ ਅੱਛੇ ਨਿਕਲਦੇ ਨੇ ਅਭਿਆਸ ਡ੍ਰਿਲ ਹੋਈ ਕਿੱਥੇ ਚਨਈ ਦੇ ਵਿੱਚ ਹੋਈ ਇਹਦੇ ਵਿੱਚ ਇੰਡੀਆ ਦਾ ਕਿਹੜਾ ਸਹਿਯੋਗੀ ਸੀਗਾ ਯੂਐਸਏ ਦਾ ਸਹਿਯੋਗੀ ਸੀਗਾ ਔਰ ਅਭਿਆਸ ਡ੍ਰਿਲ ਦੇ ਵਿੱਚ ਇੰਡੀਅਨ ਦੀ ਕਹਿ ਸਕਦੇ ਆ ਕਿਹੜੀ ਡਿਫੈਂਸ ਆਰਗੇਨਾਈਜੇਸ਼ਨ ਨੇ ਪਾਰਟਿਸਿਪੇਟ ਕੀਤਾ ਤੋ ਇੰਡੀਅਨ ਕੋਸਟ ਗਾਰਡ ਦੇ ਦੁਆਰਾ ਇਹ ਡ੍ਰਿਲ ਹੈ ਜਿਹੜੀ ਕੀਤੀ ਗਈ ਚਲੋ ਅਗਲੇ ਕੁਐਸਚਨ ਤੇ ਚੱਲਦੇ ਆ ਜੀ ਤਾਂ ਫਰਸਟ ਇੰਡੀਅਨ ਡਿਫੈਂਸ ਮਿਨਿਸਟਰ ਟੂ ਵਿਜ਼ਿਟ ਮੰਗੋਲੀਆ ਕੋਣ ਆ ਜੀ ਰਾਜਨਾਥ ਸਿੰਘ ਵਾਸ ਗਿਫਟਡ ਅ ਮੈਜੈਸਟਿਕ ਹORS ਜਦੋਂ ਮੰਗੋਲੀਆ ਦੇ ਵਿੱਚ ਰਾਜਨਾਥ ਸਿੰਘ ਜਾਂਦੇ ਨੇ ਠੀਕ ਹੈ ਔਰ ਇਹਨਾਂ ਨੂੰ ਇੱਕ ਹੋਰਸ ਜਿਹੜਾ ਉਹ ਗਿਫਟ ਕੀਤਾ ਜਾਂਦਾ ਉਸ ਹੋਰਸ ਦਾ ਨਾਮ ਕੀ ਆ ਹੈਨਾ ਕੰਤਕਾ ਕੰਠਕਾ ਵੈਸੇ ਨਾਮ ਹੋਣਾ ਚਾਹੀਦਾ ਹੈ ਟੀ ਐਚ ਐਚ ਐਥੋਮਿਸ ਹੋਏਗਾ ਠੀਕ ਹੈ ਕੰਤਕਾ ਤੇਜਸ ਡਸਟਿਸ ਡਸਟੀ ਜਾਂ ਜੈਗਵਾਰ ਤੋਂ ਇਹਨਾਂ ਵਿੱਚੋਂ ਕਿਹੜਾ ਘੋੜਾ ਮੰਗੋਲੀਆ ਦੇ ਦੁਆਰਾ ਰਾਜਨਾਥ ਸਿੰਘ ਨੂੰ ਉਪਹਾਰ ਦੇ ਵਿੱਚ ਮਿਲਿਆ ਐਵੇਂ ਨਹੀਂ ਉਪਹਾਰ ਦਿੱਤਾ ਜੈਸੇ ਕੋ ਤੈਸਾ ਕਿਉਂਕਿ 2015 ਦੇ ਵਿੱਚ ਅਗਰ ਤੁਹਾਨੂੰ ਯਾਦ ਹੋਏ ਤਾਂ ਜਿਹੜੇ ਨਰਿੰਦਰ ਮੋਦੀ ਪ੍ਰਾਈਮ ਮਿਨਿਸਟਰ ਆ ਉਹ ਵੀ ਜਿਹੜੇ ਗਏ ਸੀਗੇ ਇੱਥੇ ਮੰਗੋਲੀਆ ਦੇ ਵਿੱਚ ਗਏ ਸਨ ਤੇ ਉਹਨਾਂ ਨੂੰ ਉਹਨਾਂ ਦੇ ਦੁਆਰਾ ਪ੍ਰਾਈਮ ਮਿਨਿਸਟਰ ਜੀ ਦੇ ਦੁਆਰਾ ਉੱਥੋਂ ਦਾ ਜਿਹੜਾ ਪ੍ਰੈਜ਼ੀਡੈਂਟ ਸੀਗਾ ਉਹਨੂੰ ਘੋੜਾ ਐਜ਼ ਅ ਗਿਫਟ ਦਿੱਤਾ ਗਿਆ ਸੀਗਾ ਜਿਹਦਾ ਨਾਮ ਸੀਗਾ ਕੰਤਕ ਠੀਕ ਹੈ ਆ ਕੰਟਕਾ ਜਿਹੜਾ ਘੋੜਾ ਦੇਖ ਰਹੇ ਹੋ ਆ 2015 ਨਾਲ ਰਿਲੇਟਡ ਆ ਤੇ ਹੁਣ ਜੈਸੇ ਕੋ ਤੈਸਾ ਘੋੜਾ ਦਿੱਤਾ ਸੀ ਘੋੜਾ ਵਾਪਸ ਮਿਲੂਗਾ ਤੋ ਕਿਹੜਾ ਤੇਜਸ ਘੋੜਾ ਮੰਗੋਲੀਆ ਦੇ ਪ੍ਰੈਜ਼ੀਡੈਂਟ ਦੇ ਦੁਆਰਾ ਜਿਹੜਾ ਐਜ਼ ਅ ਗਿਫਟ ਜਿਹੜਾ ਰਾਜਨਾਥ ਸਿੰਘ ਜੀ ਨੂੰ ਦਿੱਤਾ ਗਿਆ ਕੁਸ਼ਨ ਆਪਣਾ ਇੰਪੋਰਟੈਂਟ ਹੈ ਔਰ ਇੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਉਹਨਾਂ ਦਾ ਨਾਮ ਕੀ ਆ ਓਖ ਨਗਿੰ ਖੁਰਲੇ ਸੁਖੇ ਤੇ ਆਪਣਾ ਪ੍ਰੈਜ਼ੀਡੈਂਟ ਦਾ ਨਾਮ ਆ ਮੰਗੋਲੀਆ ਦੇ ਪ੍ਰੈਜ਼ੀਡੈਂਟ ਦਾ ਨਾਮ ਅਗਲੇ ਕੁਸ਼ਨ ਤੇ ਹੂ ਵਨ ਦਾ ਐਨੀ ਅਵਾਰਡਸ ਫੋਰ ਹਿਸ ਨਰੇਸ਼ਨ ਇਨ ਦਾ ਨੈਟਫਲਿਕਸ ਡਾਕੂਮੈਂਟਰੀ ਆਰ ਗ੍ਰੇਟ ਨੇਸ਼ਨ ਪਾਰਕਸ ਐਨੀ ਅਵਾਰਡ ਕਿੰਨਾਂ ਨੂੰ ਐਮੀ ਅਵਾਰਡ ਮਿਲਿਆ ਨੈਟਫਲਿਕਸ ਤੇ ਇੱਕ ਡਾਕੂਮੈਂਟਰੀ ਆਈ ਸੀ ਆਰ ਗ੍ਰੇਟ ਨੈਸ਼ਨਲ ਪਾਰਕਸ ਇਸ ਡਾਕੂਮੈਂਟਰੀ ਦੇ ਕਰਕੇ ਯੂਐਸ ਦੇ ਪੁਰਾਣੇ ਇੱਕ ਪ੍ਰੈਜ਼ੀਡੈਂਟ ਰਹਿ ਚੁਕੇ ਜਿਨ੍ਹਾਂ ਦਾ ਨਾਮ ਕੀ ਆ ਹਾਂਜੀ ਬਰਾਕ ਓਬਾਮਾ ਤੋਂ ਬਰਾਕ ਓਬਾਮਾ ਜੀ ਨੂੰ ਇਹ ਪ੍ਰਾਈਜ਼ ਜਿਹੜਾ ਮਿਲਿਆ ਸੀਗਾ ਇਹ ਆਪਸ਼ਨ ਆਪਣਾ ਬਿਲਕੁਲ ਕਰੈਕਟ ਆ ਜੀ ਓਕੇ ਚਲੋ ਜੀ ਅਗਲੇ ਕੁਸ਼ਣ ਤੇ ਆਨੇ ਆ ਹੂ ਇਜ਼ ਕੰਫਰਮਡ ਵਿਦ ਦਾ 31ਵਾਂ ਵਿਆਸ ਸਮਾਨ 2022 ਵਿਆਸ ਸਮਾਨ 2022 ਕਿਹਨੂੰ ਦਿੱਤਾ ਗਿਆ ਓਕੇ ਡਾਕਟਰ ਅਸਗਰ ਵਜਾਹਤ ਸਵਾਤੀ ਪੀਰਮਲ ਤਾਨੀਕੇਲਾ ਬਾਹਰਾਨੀ ਹਜ ਕਿਹ ਅਨਸਰ ਆਏਗਾ ਜੀ ਹਾਂ ਜੀ who is conferred with the ਵਿਆਸਮਾਨ 2022 2022 ਦਾ ਵਿਆਸਮਾਨ 31st ਜਿਹੜਾ ਵਿਆਸਮਾਨ ਸੀਗਾ ਜਿਹੜਾ ਕਿ ਡਾਕਟਰ ਅਸਗਰ ਵਜਾਹਤ ਨੂੰ ਇਹ ਸਮਾਨ ਜਿਹੜਾ ਦਿੱਤਾ ਗਿਆ ਜਦਕਿ ਸਵਾਤੀ ਸਵਾਤੀ ਪੀਰਮਲ ਨੂੰ ਇਹ ਜਿਹੜਾ ਸਵਾਤੀ ਪੀਰਮਲ ਹੈਗੇ ਨੇ ਆਈ ਥਿੰਕ ਅਜੇ ਅਜੇ ਪੀਰਮਲ ਦੀ ਡਾਟਰ ਆ ਠੀਕ ਹੈ ਇਹਨਾਂ ਨੂੰ ਨਾਈਟ ਆਫ ਹਿਲਿਜੀਨ ਆਨਰ ਆਹ ਜਿਹੜਾ ਅਵਾਰਡ ਜਿਹੜਾ ਦਿੱਤਾ ਗਿਆ ਸੀਗਾ ਔਰ ਇਹ ਅਵਾਰਡ ਜਿਹੜਾ ਫਰਾਂਸ ਦੇ ਦੁਆਰਾ ਦਿੱਤਾ ਜਾਂਦਾ ਹੈ ਨਾਈਟ ਆਫ ਲਿਜੀਨ ਓਨਰ ਜਿਹੜਾ ਫਰਾਂਸ ਦੇ ਦੁਆਰਾ ਦਿੱਤਾ ਗਿਆ ਓਕੇ ਔਰ ਜਿਹੜਾ ਤੁਸੀਂ ਇੱਥੇ ਆ ਨਾਮ ਦੇਖ ਰਹੇ ਹੋ ਤਾਨੀਕੇਲਾ ਬਹਾਰਾਨੀ ਇਹਨਾਂ ਨੂੰ ਸਾਹਿਤ्य ਪੁਰਸਕਾਰ ਫੋਰ ਲੋਕਨਾਇਕ ਫਾਊਂਡੇਸ਼ਨ ਇਹਨੂੰ ਲੋਕਨਾਇਕ ਅਵਾਰਡ ਵੀ ਕਹਿ ਦਿੰਨੇ ਆ ਲੋਕਨਾਇਕ ਅਵਾਰਡ ਆਹ ਵਾਲਾ ਲੋਕਨਾਇਕ ਅਵਾਰਡ ਜਿਹੜਾ ਤਾਨੀਕੇਲਾ ਬਹਾਰਾਨੀ ਨੂੰ ਮਿਲਿਆ ਤੋਂ ਆਪਣਾ ਇੱਥੇ ਵਿਆਸ ਮਾਨ ਜਿਹੜਾ ਅਸਗਰ ਵਜਾਹਤ ਨੂੰ ਮਿਲਿਆ ਹੈ ਅਗਲੇ ਕੁਸ਼ਣ ਦੇ ਹੂ ਹੈਜ਼ ਬੀਨ ਕਨਫਰਡ सिंगापुर प्रे प्रेसटीजियस मिलिट्री अवार्ड अवार्ड का नाम किया पिनगट पिंगट जासा गेमिलांग तो पिनगट जासा गेमिलांग यह अवार्ड सिंगापुर का हाईएस्ट मिलिट्री अवार्ड है और किनू दिता गया ऑप्शन देखते हैं एडमिरल सुनील लांबा एडमिरल आर हरी कुमार एडमिरल करमबीर सिंह और एडमिरल जॉन टॉलबर्ट सेविनाक हाल ਤੋ ਰੀਸੈਂਟਲੀ ਇਹ ਅਵਾਰਡ ਜਿਹੜਾ ਐਡਮਿਰਲ ਸੁਨੀਲ ਲਾਂਬਾ ਨੂੰ ਦਿੱਤਾ ਗਿਆ ਏ ਆਪਸ਼ਨ ਇੱਥੇ ਆਪਣਾ ਬਿਲਕੁਲ ਕਰੈਕਟ ਰਹੇਗਾ ਇਸ ਸਮੇ ਜਿਹੜੇ ਐਡਮਿਰਲ ਨੇ ਉਹ ਕਰੰਟ ਐਡਮਿਰਲ ਆਰ ਹਰੀ ਕੁਮਾਰ ਨੇ ਕਲੀਅਰ ਇਹਦੇ ਹੋਰ ਵੀ ਕਾਫੀ ਸਾਰੇ ਨਾਮ ਆ ਠੀਕ ਹੈ ਜਿਹੜਾ ਅਵਾਰਡ ਤੁਸੀਂ ਦੇਖ ਰਹੇ ਹੋ ਸਿੰਗਾਪੁਰ ਦਾ ਪ੍ਰੈਸਟੀਜੀਅਸ ਮਿਲਟਰੀ ਅਵਾਰਡ ਜਿਹਦਾ ਨਾਮ ਕੀ ਹੈ ਪਿੰਗਟ ਨਾਸਾ ਗੈਮਲਿੰਗ ਅਵਾਰਡ ਗੇਮੀ ਲਾਂਗ ਅਵਾਰਡ ਇਹਦੇ ਹੋਰ ਵੀ ਸਾਰੇ ਨਾਮ ਨੇ ਜਿਵੇਂ ਕਿ ਤੈਂਤਰਾ ਇਸੇ ਇਹਦੇ ਨਾਮ ਨਾਲ ਹੀ ਜਿਹੜਾ ਪੁਕਾਰਿਆ ਜਾਂਦਾ ਹੈ ਠੀਕ ਹੈ ਤੈਂਤਰਾ ਵੀ ਇਹਦਾ ਹੀ ਨਾਮ ਹੈ ਔਰ ਇੱਥੋਂ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਉਹਨਾਂ ਦਾ ਨਾਮ ਹੈ ਹਰਲੀਮਾ ਯਾਕੂਬ ਹਰਲੀਮਾ ਯਾਕੂਬ ਜਿਨ੍ਹਾਂ ਦੇ ਦੁਆਰੇ ਐਵਾਰਡ ਦਿੱਤਾ ਗਿਆ ਸੀ ਅਗਲੇ ਕੁਐਸਚਨ ਤੇ ਆਨੇ ਆ ਕਮ ਟੂ ਦ ਨੈਕਸਟ ਕੁਐਸਚਨ ਦ ਫਰਸਟ ਹੋਮੀਓਪੈਥੀ ਇੰਟਰਨੈਸ਼ਨਲ ਹੈਲਥ ਸਮਮਿਟ ਇਜ਼ ਹੋਸਟਿਡ ਬਾਈ ਫਾਦਰ ਆਫ ਹੋਮੀਓਪੈਥੀ ਉਹ ਸੁਲੇਲ ਹਾਨੇਮਨ ਨੂੰ ਜਿਹੜਾ ਫਾਦਰ ਆਫ ਹੋਮੀਓਪੈਥੀ ਕਿਹਾ ਜਾਂਦਾ ਹੈ ਰੀਸੈਂਟਲੀ ਆਹ ਜਿਹੜੀ ਸਮਿਟ ਹੋਈ ਆ ਇਹਦੇ ਵਿੱਚ ਟਾਰਗੇਟ ਕੁਛ ਇਹੋ ਜੇ ਸੈੱਟ ਕੀਤੇ ਗਏ ਨੇ ਜਿਵੇਂ ਕਿ ਹੋਮੀਓਪੈਥੀ ਨੂੰ ਜ਼ਿਆਦਾ ਵਧਾਨਾ ਨੀਅਰ ਅਬਾਊਟ ਹੋਮੀਓਪੈਥੀ ਦੀ ਜਿਹੜੀ ਕੰਜ਼ਮਪਸ਼ਨ ਹੈਗੀ ਆ ਉਹਨੂੰ 200% ਤੱਕ ਲੈ ਕਰਕੇ ਜਾਣਾ ਔਰ ਇਹਦੇ ਬੈਨੀਫਿਟਸ ਜਿਹਦਾ ਆਯੁਰਵੇਦਿਕ ਦੇ ਆਯੁਰਵੇਦ ਦਾ ਬੈਨੀਫਿਟਸ ਨੇ ਉਸ ਤਰ੍ਹਾਂ ਹੀ ਹੋਮੀਓਪੈਥੀ ਦੇ ਬੈਨੀਫਿਟਸ ਬਾਰੇ ਅਵੇਅਰਨੈਸ ਲੋਕਾਂ ਨੂੰ ਦੇਣੀ ਇਸ ਚੀਜ਼ ਨੂੰ ਲੈ ਕਰਕੇ ਇੱਕ ਕੰਟਰੀ ਦੇ ਦੁਆਰਾ ਹੋਸਟ ਕੀਤੀ ਗਈ ਹੈ ਹੋਮੀਓਪੈਥੀ ਇੰਟਰਨੈਸ਼ਨਲ ਹੈਲਥ ਸัมਮਿਟ ਔਰ ਇਹ ਕਿਸ ਕੰਟਰੀ ਦੇ ਦੁਆਰਾ ਕੀਤੀ ਗਈ ਹੈ ਦੁਬਈ ਦੇ ਦੁਆਰਾ ਇਹਨੂੰ ਹੋਸਟ ਕੀਤਾ ਗਿਆ ਹੈ ਕਲੀਅਰ ਦੁਬਈ ਦੇ ਦੁਆਰਾ ਇਹਨੂੰ ਹੋਸਟ ਕੀਤਾ ਗਿਆ ਕੁਝ ਹੋਰ ਕੁਐਸਚਨ ਵੀ ਇਹਦੇ ਵਿੱਚ ਦੇਖਦੇ ਆਂ ਇਹ ਮੈਂ ਤੁਹਾਨੂੰ ਮੈਂ ਦੱਸ ਦਿੱਤਾ ਕਿ ਹੋਮੀਓਪੈਥਿਕ ਸਿਸਟਮ ਉਹਨੂੰ ਪ੍ਰਮੋਟ ਕਰਨਾ ਮੈਡੀਕੇਸ਼ਨਸ ਨੂੰ ਪ੍ਰੈਕਟਿਸਿਸ ਨੂੰ ਪ੍ਰਮੋਟ ਕਰਨਾ ਅਗਲੀ ਚੀਜ਼ ਧਿਆਨ ਦੇਣਾ 10th April ਜਿਹੜਾ ਕਿ ਹੋਮੀਓਪੈਥੀ ਡੇ ਹੈ ਹੈਨਾ 10th April ਹੋਮਿਓਪੈਥੀ ਡੇ ਆ ਔਰ ਫਾਦਰ ਆਫ ਹੋਮਿਓਪੈਥੀ ਉਹ ਸਮੇਲ ਹਨੇਮਾਨ ਇਹਨਾਂ ਨੂੰ ਫਾਦਰ ਆਫ ਹੋਮਿਓਪੈਥੀ ਕਿਹਾ ਜਾਂਦਾ ਹੈ ਇਹਨਾਂ ਦੇ ਬਰਥਡੇ ਨੂੰ ਕਮੈਮੋਰੇਟ ਕਰਨ ਲਈ ਹੀ ਹੋਮਿਓਪੈਥੀ ਡੇ ਜਿਹੜਾ ਮਨਾਇਆ ਜਾਂਦਾ ਹੈ ਓਕੇ ਚਲੋ ਜੀ ਅਗਲੇ ਕੁਐਸਚਨ ਤੇ ਚੱਲਦੇ ਆ ਅੱਛਾ ਇਹਦਾ ਥੀਮ ਇਸ ਵਾਰ ਦਾ ਥੀਮ ਲਿਖ ਲਿਓ ਪੀਪਲਸ ਚੁਆਇਸ ਫੋਰ ਵੈਲਨੈਸ ਪੀਪਲਸ ਚੁਆਇਸ ਫੋਰ ਵੈਲਨੈਸ ਆ ਸਾਰਾ ਕੁਝ ਤੁਹਾਡੇ ਨੋਟਸ ਦੇ ਵਿੱਚ ਮੈਂ ਪਾ ਦਿੱਤਾ ਹੈ ਇਹਦੀ ਜਿਹੜੀ ਪੀਡੀਐਫ ਹੈ ਮੈਂ ਬਾਰ-ਬਾਰ ਦੱਸ ਰਿਹਾ ਇਹਦੀ ਪੀਡੀਐਫ ਜਿਹੜੀ ਤੁਹਾਨੂੰ ਇੱਕ ਤਾਂ WhatsApp ਦਾ ਜਿਹੜੇ ਗਰੁੱਪ ਦੇ ਵਿੱਚ ਨਹੀਂ ਹੈਗੇ ਗਰੁੱਪ ਦੇ ਵਿੱਚ ਵੀ ਐਡ ਹੋ ਜੀ ਉਹ एग्जाम ਕੀ ਸ੍ਰੀਨਾਮ ਦਾ ਗਰੁੱਪ ਆ ਔਰ Telegram ਦਾ ਗਰੁੱਪ ਵੀ ਹੈਗਾ ਉੱਥੇ ਵੀ ਪੀਡੀਐਫ ਦਵਾਂਗੇ ਔਰ ਇਹ ਸਾਰੀ ਜਿੱਦਾਂ WhatsApp ਵਗੈਰਾ ਦੇ ਵਿੱਚ ਕਦੀ ਕਦੀ ਪੀਡੀਐਫ ਗਵਾ ਜਾਂਦੀਆਂ ਨੇ ਇਹਦੇ ਕਰਕੇ ਤੁਸੀਂ ਇੱਕ ਪੰਜਾਬ ਐਗਜ਼ਾਮਸ ਦੇ ਨਾਮ ਦੀ ਜਿਹੜੀ ਇੱਕ ਐਪ ਹੈਗੀ ਆ ਉਹਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹਦੇ ਫ੍ਰੀ ਕੰਟੈਂਟ ਦੇ ਵਿੱਚ ਜਾ ਕਰਕੇ ਤੁਹਾਨੂੰ ਇਹ ਪੀਡੀਐਫ ਜਿਹੜੀ ਉੱਥੇ ਵੀ ਅਵੇਲੇਬਲ ਹੋ ਜੂਗੀ ਓਹੋ ਹਾਂ ਅੰਤਰੀ ਆ ਗਿਆ ਯਾਰ ਚਲੋ ਦ ਸੈਕਿੰਡ ਇੰਡੀਆ ਐਂਡ ਜਪਾਨ 2+2 ਮਨਿਸਟਰੀਅਲ ਮੀਟਿੰਗ 2+2 ਡਾਇਲੌਗ ਜਿਹੜੀ ਕਿ ਯੂਐਸ ਤੋਂ ਇਹਦੀ ਸ਼ੁਰੂਆਤ ਹੋਈ ਸੀਗੀ ਹੁਣ ਆਪਾਂ ਜਪਾਨ ਨਾਲ ਵੀ ਕੀਤੀ ਆ ਹੈਨਾ 2+2 ਡਾਇਲੌਗ ਆਪਾਂ ਕਿਹੜੇ ਦੋ ਕੰਟਰੀਜ਼ ਦੇ ਨਾਲ ਕਰਦੇ ਆ ਇੱਕ ਤਾਂ ਆਪਾਂ ਪਹਿਲਾਂ ਯੂਐਸ ਨਾਲ ਕੀਤੇ ਸੀ ਹੁਣ 2+2 ਆ ਡਾਇਲੌਗ ਮੀਟਿੰਗ ਆ ਜਿਹੜੀ ਆਪਾਂ ਜਪਾਨ ਨਾਲ ਕੀਤੀ 2+2 ਦਾ ਮਤਲਬ ਕੀ ਆ ਦੋ ਮੰਤਰੀ ਉਹਨਾਂ ਦੇ ਦੋ ਮੰਤਰੀ ਸਾਡੇ ਮਿਲ ਕਰਕੇ ਸੰਧੀਆਂ ਕਰਨਗੇ ਕਲੀਅਰ ਦੋ ਮੰਤਰੀ ਉਹਨਾਂ ਦੇ ਦੋ ਮੰਤਰੀ ਸਾਡੇ ਆ ਹੁਣ ਜਿਹੜੀ ਮੀਟਿੰਗ ਟੋਕੀਓ ਦੇ ਵਿੱਚ 2+2 ਮੀਟਿੰਗ ਹੋਈ ਕਿੱਥੇ ਹੋਈ ਟੋਕੀਓ ਦੇ ਵਿੱਚ ਇਹਦੇ ਵਿੱਚ ਸਾਡੇ ਕਿਹੜੇ ਕਿਹੜੇ ਡਿਫੈਂਸ ਮਿਨਿਸਟਰ ਸੀ ਇੱਕ ਤਾਂ ਫੋਰਨ ਮਿਨਿਸਟਰ ਸੀ ਦੂਸਰੇ ਡਿਫੈਂਸ ਮਿਨਿਸਟਰ ਸੀ ਕਿਹੜੇ ਕਿਹੜੇ ਮਿਨਿਸਟਰ ਸੀ ਇੱਕ ਡਿਫੈਂਸ ਮਿਨਿਸਟਰ ਦੂਸਰੇ ਫੋਰਨ ਮਿਨਿਸਟਰ ਇੱਥੇ ਆਪਣਾ ਬੀ ਆਪਸ਼ਨ ਬਿਲਕੁਲ ਕਰੈਕਟ ਆਨਸਰ ਹੈ ਡਿਫੈਂਸ ਮਿਨਿਸਟਰ ਤਾਂ ਤੁਹਾਨੂੰ ਪਤਾ ਹੈ ਕਿ ਰਾਜਨਾਥ ਸਿੰਘ ਆਪਣੇ ਡਿਫੈਂਸ ਮਿਨਿਸਟਰ ਨੇ ਠੀਕ ਹੈ ਔਰ ਜਿਹੜਾ ਐਕਸਟਰਨਲ ਅਫੇਅਰ ਮਿਨਿਸਟਰ ਹੈ ਜੈ ਸ਼ੰਕਰ ਜੀ ਨੂੰ ਕੋਈ ਹੁਣੇ-ਹੁਣੇ ਆਪਾਂ ਕਾਫੀ ਸਾਰੀਆਂ ਵੀਡੀਓਜ਼ ਜਿਹੜੀਆਂ ਆਪਾਂ YouTube ਤੇ ਦੇਖਦੇ ਆਂ ਤੋਂ S Jaishankar ਨੇ US ਨੂੰ ਜਿਸ ਤਰ੍ਹਾਂ ਫਟਕਾਰ ਲਗਾਈ ਜਿੱਦਾਂ ਆਪਣ ਰੋਕਿਆ ਗਿਆ ਸੀਗਾ ਕਿ ਰਸ਼ੀਆ ਤੋਂ ਆਪਾਂ ਤੇਲ ਨਾ ਲਈਏ ਤੋਂ ਉਹ ਸਾਰੀਆਂ ਚੀਜ਼ਾਂ ਨੂੰ ਬੜੀ ਬਰੇਵਲੀ ਜਿਹੜੀ ਆ ਬੜੀ ਸੂਝਵਾਨੀ ਡਿਪਲੋਮੈਟਿਕ ਜਿਹੜੀ ਆ ਕਾਊਂਟਰ ਕੀਤਾ ਗਿਆ ਹੈ ਨਾ ਇਹਦੇ ਨਾਲ ਜਾਪਾਨ ਦੇ ਜਿਹੜੇ ਫੋਰਨ ਅਫੇਅਰ ਮਿਨਿਸਟਰ ਆ ਉਹ ਹੈਗੇ ਹਾਇਾਸ਼ੀ ਯੋਸ਼ੀਮਾਸਾ ਔਰ ਡਿਫੈਂਸ ਮਿਨਿਸਟਰ ਹੈਗੇ ਨੇ ਹਾਮਡੇ ਯਾਸੂਕਾਜੂ ਆ ਨਾਮ ਹੀ ਨਹੀਂ ਇੰਪੋਰਟੈਂਟ ਨਹੀਂ ਹੈਗੇ ਆ ਦੋ ਨਾਮ ਤੋਂ ਤੁਹਾਡੇ ਲਈ ਇੰਪੋਰਟੈਂਟ ਆ ਬਾਸ ओके okay. और मीट जेडी पहला यूएस ਨਾਲ ਕਰ यूएस ਨਾਲ ਵੀ ਕਰਦੇ ਆਂ ਔਰ जापान ਨਾਲ ਵੀ ਸ਼ੁਰੂ ਕਰ ਦਿੱਤੀ ਵਿਚ ਕੰਟਰੀ ਹੋਸਟਡ ਸ਼ੇਂਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਐਸਈਓ ਐਸਈਓ 2000 22 ਦੀ ਮੀਟਿੰਗ ਕਿਸ ਦੇਸ਼ ਦੇ ਵਿੱਚ ਹੋਈ ਆ ਹਾਂਜੀ 22 ਦੀ ਮੀਟਿੰਗ ਐਸਈਓ ਕਿਸ ਦੇਸ਼ ਦੇ ਵਿੱਚ ਹੋਈ ਆ ਉਜ਼ਬੇਕੀ ਉਜ਼ਬੇਕਿਸਤਾਨ ਬਿਸ਼ਕੇਕ ਚਾਈਨਾ ਜਾਂ ਇੰਡੀਆ ਬਿਸ਼ਕੇਕ ਕਿਹਦੀ ਰਾਜਧਾਨੀ ਹੈ ਕਰਗਿਸਤਾਨ ਦੀ ਹੈ ਨਾ ਪਰ ਇਹ ਆਪਣਾ ਆਨਸਰ ਨਹੀਂ ਹੈਗਾ ਆਨਸਰ ਆਪਣਾ ਉਹ ਜਬੈਕਿਸਤਾਨ ਹੈ ਆਨਸਰ ਆਪਣਾ ਕੀ ਹੈ ਉਹ ਜਬੈਕਿਸਤਾਨ ਓਕੇ ਉਜਬੇਕ ਦੇ ਵਿੱਚ ਉਜਬੇਕਿਸਤਾਨ ਸੌਰੀ ਬਿਸ਼ਕੇਕ ਦੇ ਵਿੱਚ 2019 ਦੇ ਵਿੱਚ ਮੀਟ ਹੋਈ ਸੀ ਬਟ ਹੁਣ ਕਿਹਦੇ ਵਿੱਚ ਹੋਈ ਆ ਉਜਬੇਕਿਸਤਾਨ ਦੇ ਵਿੱਚ ਇਹ ਮੀਟ ਹੋਈ ਹੈ ਅਗਲੇ ਕੁਐਸਚਨ ਤੇ ਵੇਅਰ ਪ੍ਰਾਈਮ ਮਿੰਿਸਟਰ ਨਰਿੰਦਰ ਮੋਦੀ ਇਨੋਗਰੇਟਿਡ ਸੈਂਟਰ ਸਟੇਟ ਸਾਇੰਸ ਕਨਕਲੇਵ ਆਹ ਕੁਐਸਚਨ ਬੜਾ ਇੰਪੋਰਟੈਂਟ ਹੈ ਸੈਂਟਰ ਸਟੇਟ ਸਾਇੰਸ ਕਨਕਲੇਵ ਇਹਦੀ ਜਿਹੜੀ ਇਨੋਗ੍ਰੇਸ਼ਨ ਜਿਹੜੀ ਉਹ ਕਿੱਥੇ ਕੀਤੀ ਗਈ ਤੋਂ ਅਹਮਦਾਬਾਦ ਦੇ ਵਿੱਚ ਇਹਦੀ ਇਨੋਗ੍ਰੇਸ਼ਨ ਹੋਈ ਇਥੇ ਆਪਣਾ ਡੀ অপਸ਼ਨ ਆਪਣਾ ਕਰੈਕਟ ਆਨਸਰ ਹੋਏਗਾ ਸੈਂਟਰ ਸਟੇਟ ਸਾਇੰਸ ਕਨਕਲੇਵ ਕਿੱਥੇ ਅਹਮਦਾਬਾਦ ਓਕੇ ਮੈਰੀਟਾਈਮ ਹੈਰੀਟੇਜ ਕੰਪਲੈਕਸ ਕਿੱਥੇ ਅਹਮਦਾਬਾਦ ਅਹਮਦਾਬਾਦ ਦੇ ਲੋਥਲ ਦੇ ਵਿੱਚ ਓਕੇ ਚਲੋ ਜੀ ਅਗਲੇ ਕੁਸ਼ਣ ਤੇ ਚੱਲਦੇ ਆ ਜੀ ਹਾਂ ਇਹਦੇ ਵਿੱਚ ਆ ਆ ਚੀਜ਼ ਵੀ ਨੋਟ ਜ਼ਰੂਰ ਕਰਨੀ ਆ ਇਹਦੇ ਵਿੱਚ ਜਿਹੜਾ इनिशिएटिव है नाम लिया गया सबका प्रयास इस कॉन्क्लेव का इनिशिएटिव की है सबका प्रयास ठीक है सबका प्रयास इनिशिएटिव का नाम विच सिटी हैज़ बीन नोमिनेटेड एज द फर्स्ट कल्चरल एंड टूरिज्म कैपिटल ड्यूरिंग द दो हज़ार बाई तेई एट द ट्वेंटी सैकेंड मीटिंग तो मीटिंग किलती जा रही है हाँ जी ट्वेंटी सैकेंड मीटिंग दस्ट कल्चरल एंड टूरिज्म कैपिटल किनू मनिया गया हाँ जी ਤੋ ਫਰਸਟ ਕਲਚਰਲ ਐਂਡ ਟੂਰਿਜ਼ਮ ਕੈਪੀਟਲ ਆਬਵੀਅਸਲੀ ਮੀਟਿੰਗ ਦੀ ਗੱਲ ਕਰ ਰਹੇ ਆ ਤੋ ਜਿਹੜੀ ਵੀ ਕਲਚਰਲ ਐਂਡ ਟੂਰਿਜ਼ਮ ਕੈਪੀਟਲ ਆਪਾਂ ਮੰਨਾਂਗੇ ਉਹ ਮੀਟਿੰਗ ਕਿਹਦੀ ਹੋਏਗੀ ਯੂਨੈਸਕੋ ਦੀ ਹੋਏਗੀ ਹੈਨਾ ਯੂਨੈਸਕੋ ਦੇ ਦੁਆਰਾ ਆ ਮੀਟਿੰਗ ਹੁਣ ਕਿੱਥੇ ਹੋਏਗੀ ਆ ਮੀਟਿੰਗ ਆਪਣੀ ਐਸਯੂ ਮੀਟ ਚੱਲ ਰਹੀ ਹੈ ਉਜ਼ਬੇਕਿਸਤਾਨ ਦੇ ਵਿੱਚ ਹੈਨਾ ਐਸਯੂ ਮੀਟ ਚੱਲ ਰਹੀ ਹੈ ਉਜ਼ਬੇਕਿਸਤਾਨ ਦੇ ਵਿੱਚ ਇਸ ਲਈ ਐਸਯੂ ਮੀਟਿੰਗ ਜਿਹੜੀ ਹੁਣ 2022 ਦੀ ਉਜ਼ਬੇਕਿਸਤਾਨ ਦੇ ਵਿੱਚ ਹੋਈ ਆ ਠੀਕ ਹੈ ਯੂਨੈਸਕੋ ਦੇ ਦਰਮੰਡੀ ਜਾਂਦੀ ਆ ਐਸਯੂ ਮੀਟ ਦੇ ਵਿੱਚ ਜਿਹੜੇ ਕੰਟਰੀ ਯੂਨੈਸਕੋ ਦੇ ਜਿਹੜੇ ਮੈਂਬਰ ਕੰਟਰੀਜ਼ ਨੇ ਜਿਹੜੇ ਇੱਥੇ ਇਕੱਠੇ ਹੋਏ ਸੀ ਉਹਨਾਂ ਨੇ ਫਰਸਟ ਕਲਚਰਲ ਤੇ ਟੂਰਿਜ਼ਮ ਕੈਪੀਟਲ ਆ ਜਿਹੜੀ ਉਹ ਇੰਡੀਆ ਦੀ ਵਾਰਾਨਸੀ ਨੂੰ ਮੰਨਿਆ ਹੈ ਠੀਕ ਹੈ ਇੰਡੀਆ ਦੀ ਵਾਰਾਨਸੀ ਕਲੀਅਰ ਐਸਯੂ ਸਮਿਟ ਅਜਬੇਕਿਸਤਾਨ ਵਾਲੀ ਇੰਡੀਆ ਦੀ ਵਾਰਾਨਸੀ ਨੂੰ ਆ ਕਲਚਰਲ ਤੇ ਟੂਰਿਜ਼ਮ ਕੈਪੀਟਲ ਜਿਹੜੀ ਮੰਨ ਕੇ ਚਲਾਂਗੇ ਵਾਰਾਨਸੀ ਅਨਸਰ ਆਏਗਾ ਇਤਨਾ ਜਾਈਓ गलत चला गया वा क्लीयर आ गया सही चलो अगले क्वेश्चन से चलते हैं बीच स्टेट ऑर्गेनाइज द फोर्थ साइबर इन्वैसटीगे एंड इंटेलीजेंस समिट तो फोर्थ साइबर क्राइम इन्वैसटीगे एंड इंटेलीजेंस समिट आ किस स्टेट ने होस्ट की आह मध्य प्रदेश ने की ऑप्शन अपना इत आंसर है क्लियर चलो जी अगले क्वेश्चन से चलते हैं जी विद व्हिच ऑर्गेनाइजेशन एथलेटिक्स फेडरेशन ऑफ इंडिया एएफआई कोलैबोरेटेड इन ऑर्डर टू सपोर्ट इंडियन वुमेन एथलीट्स एएफआई ਦੇ ਦੁਆਰਾ ਕਿਹਦੇ ਨਾਲ ਕੋਲੈਬੋਰੇਸ਼ਨ ਕੀਤੀ ਗਈ ਹੈ ਕਿ ਜਿਹੜੀ ਇੰਡੀਅਨ ਔਮਨ ਐਥਲੀਟਸ ਹੈ ਉਹਨਾਂ ਨੂੰ ਸਪੋਰਟ ਕੀਤਾ ਜਾ ਸਕੇ ਤਾਂ ਆ ਕੀਤੀ ਗਿਆ ਜੀ ਐਚਐਸਬੀਸੀ ਇੰਡੀਆ ਇਹਦੇ ਨਾਲ ਕੋਲੈਬੋਰੇਸ਼ਨ ਕੀਤੀ ਗਈ ਹੈ ਕਲੀਅਰ ਅਗਲੇ ਕੁਸ਼ਨ ਤੇ ਚੱਲਦੇ ਹਾਂ ਜੀ ਹਾਂ ਇਹਦੇ ਵਿੱਚ ਅੰਡਰ 14 ਦੇ ਔਰ ਅੰਡਰ 16 ਜਿਹੜੇ ਪਲੇਅਰ ਖੇਡਦੇ ਨੇ ਉਹਨਾਂ ਨੂੰ ਸਪੋਰਟ ਕਰਨ ਲਈ ਆ ਮੀਟ ਕੀਤੀ ਗਈ ਹੈ ਵੀਡੀਓ ਅਸਿਸਟੈਂਟ ਰੈਫਰੀ ਟੈਕਨੋਲੋਜੀ ਇਜ਼ ਇੰਪਲੀਮੈਂਟਡ ਇਨ ਡੈਸ਼ ਤੋਂ ਰੀਸੈਂਟਲੀ ਇੰਡੀਆ ਦੇ ਵਿੱਚ ਅੰਡਰ 17 ਵਰਲਡ ਕੱਪ ਹੋਇਆ ਸੀਗਾ ਫੁੱਟਬਾਲ ਵਰਲਡ ਕੱਪ ਹੈਨਾ ਤੋਂ ਪਹਿਲੀ ਗੱਲ ਕਿਸ ਗੇਮ ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਫੁੱਟਬਾਲ ਦੇ ਵਿੱਚ ਇੰਪਲੀਮੈਂਟ ਕੀਤਾ ਗਿਆ ਕਿਸ ਖੇਡ ਦੇ ਵਿੱਚ ਕੀਤਾ ਗਿਆ ਅੰਡਰ 17 ਊਮਨ ਵਰਲਡ ਕੱਪ ਟੂਰਨਾਮੈਂਟ ਜਿਹੜੀ ਆ ਵਰਲਡ ਕੱਪ ਜਿਹੜਾ 2022 ਦਾ ਇੰਡੀਆ ਦੇ ਵਿੱਚ ਹੋਇਆ ਜਿਵੇਂ ਕਿ ਤਿੰਨ ਜਗ੍ਹਾ ਤੇ ਹੋਇਆ ਸੀਗਾ Odisha ਦੇ ਵਿੱਚ DY Patil Stadium Mumbai ਦੇ ਵਿੱਚ Odisha ਦਾ Kalinga Stadium ਤੇ Kerala ਦਾ Marghao Stadium ਜਿਹੜਾ ਇੱਥੇ ਜਿਹੜੇ ਇਹ ਨੋਟ Kerala ਦਾ Maharashtra ਦਾ Maharashtra ਦਾ Marghao Stadium ਇੱਥੇ ਜਿਹੜੇ ਮੈਚੇਜ਼ ਇਹਦੇ ਹੋਏ ਸਨ ਕਲੀਅਰ ਪਹਿਲੀ ਵਾਰ ਇਹ ਟੈਕਨੀਕ ਯੂਜ਼ ਕੀਤੀ ਗਈ ਹੁਣ ਐਗਜ਼ਾਮੀਨਰ ਇਹਦੀ ਫੁੱਲ ਫਾਰਮ ਪੁੱਛ ਸਕਦਾ ਹੈ ਵੀਡੀਓ ਅਸਿਸਟੈਂਟ ਰੈਫਰੀ ਆ ਯਾਦ ਰੱਖਿਓ ਵੀਡੀਓ ਅਸਿਸਟੈਂਟ ਰੈਫਰੀ ਇਸ ਵਰਡ ਨੂੰ ਜ਼ਰੂਰ ਯਾਦ ਰੱਖਣਾ ਹੈ ਤੋ ਇਹਦੀ ਫੁੱਲ ਫਾਰਮ ਵੀ ਆ ਸਕਦੀ ਹੈ ਆਲ ਰਾਉਂਡਰ ਕੋਲਿਨ ਡੀ ਗ੍ਰੈਂਡਮ ਹੈਜ਼ ਅਨਾਉਂਸਡ ਹਿਸ ਰਿਟਾਇਰਮੈਂਟ ਫਰੋਮ ਇੰਟਰਨੈਸ਼ਨਲ ਕ੍ਰਿਕਟ ਹੀ ਬਿਲੋਂਗਸ ਟੂ ਵਿਚ ਕੰਟਰੀ ਤੋ ਰੀਸੈਂਟਲੀ ਕੋਲਿਨ ਡੀ ਗ੍ਰੈਂਡਮ ਜਿਹੜੇ ਇਹਨਾਂ ਨੇ ਆਪਣੀ ਰਿਟਾਇਰਮੈਂਟ ਅਨਾਉਂਸ ਕਰ ਦਿੱਤੀ ਹੈ ਔਰ ਕਿਹ ਕੰਟਰੀ ਤੋਂ ਬਿਲੋਂਗ ਕਰਦੇ ਨੇ ਇਹ ਨਿਊਜ਼ੀਲੈਂਡ ਤੋਂ ਬਿਲੋਂਗ ਕਰਦੇ ਨੇ ਇਹਦਾ ਆਬਵੀਅਸਲੀ ਤੁਹਾਨੂੰ ਸਾਰਿਆਂ ਨੂੰ ਇਹਦਾ ਆਨਸਰ ਤਾਂ ਪਤਾ ਹੋਊਗਾ ਓਕੇ ਅਗਲੇ ਕੋਸ਼ਨ ਤੇ ਚਲਦੇ ਆਂ ਵਿਚ ਸਟੇਟ ਵਿਲ ਹੋਸਟ 3 ਰੰਜੀ ਟਰਾਫੀ ਮੈਚਸ ਫॉर ਦਾ ਫਰਸਟ ਟਾਈਮ ਤੋਂ ਪਹਿਲੀ ਵਾਰ ਕਿਸ ਸਟੇਟ ਨੂੰ ਮੌਕਾ ਮਿਲਿਆ ਕਿ ਤਿੰਨ ਮੈਚ ਹੋ ਰੰਜੀ ਟਰਾਫੀ ਦੇ ਕਰਾ ਸਕਦੇ ਆ ਇਸ ਸਟੇਟ ਦੇ ਵਿੱਚ ਕ੍ਰਿਕਟ ਦੇ ਜਿਹੜੇ ਮੈਚੀਜ਼ ਆ ਕਦੀ ਹੋਏ ਨਹੀਂ ਹੈਗੇ ਤੋਂ ਰੰਜੀ ਟਰਾਫੀ ਕਿਸ ਖੇਡ ਲਈ ਹੈ ਜੀ ਕ੍ਰਿਕਟ ਉਸਤੇ ਠੀਕ ਹੈ ਕ੍ਰਿਕਟ ਦੀ ਟਰਾਫੀ ਆ ਔਰ ਇਹ ਨੈਸ਼ਨਲ ਲੈਵਲ ਦੀ ਸਰਵੋਤਮ ਟਰਾਫੀ ਆ ਓਕੇ ਕਿਸ ਸਟੇਟ ਦੇ ਵਿੱਚ ਜੀ ਇਥੇ ਆਨਸਰ ਤੁਸੀਂ ਨਾ ਹਾਂਜੀ ਪਹਿਲਾਂ ਤੁਸੀਂ ਮਾਰਕ ਕਰੋਗੇ ਇਥੇ ਕੋ ਹੋਰ ਆਨਸਰ ਲਿਖ ਦਿਨਾ ਮੈਂ ਨਨ ਠੀਕ ਹੈ ਜੇ অপਸ਼ਨ ਚ ਨਾ ਹੋਇਆ ਤੇ ਓਕੇ ਤੋ ਅਜੇ ਮੈਂ ਗੱਲਾਂ ਸੁਣੀ ਹੈਗਾ ਨੋ ਠੀਕ ਹੈ ਇਹਦਾ ਅਨਸਰ ਸਿੱਕੀਮ ਆ ਬਈ ਨੋਟ ਕਰ ਲਿਓ ਇਹਦਾ ਅਨਸਰ ਸਿੱਕੀਮ ਠੀਕ ਹੈ ਤਾਂ ਸਿੱਕੀਮ ਦੇ ਵਿੱਚ ਜਿਹੜੇ ਤਿੰਨ ਇਥੇ ਜਿਹੜੇ ਮੈਚ ਜਿਹੜੇ ਹੋ ਰਿਹਾ ਤੋਂ ਪਹਿਲਾ ਜਿਹੜਾ ਕੀ ਕਹਿੰਦੇ ਸਿੱਕੀਮ ਜਿਹੜੀ ਸਟੇਟ ਹੈਗੀ ਆ ਉਹਨੂੰ ਇਹ ਮੌਕਾ ਮਿਲਿਆ ਔਰ ਸਿੱਕੀਮ ਦਾ ਜਿਹੜਾ ਕ੍ਰਿਕਟ ਸਟੇਡੀਅਮ ਜਿੱਥੇ ਮੈਚ ਹੋ ਰਹੇ ਨੇ ਉਹਦਾ ਨਾਮ ਆ ਮਾਈਨਿੰਗ ਕ੍ਰਿਕਟ ਸਟੇਡੀਅਮ ਕਲੀਅਰ ਅਦਰ ਅੱਛਾ ਮੈਂ ਦੱਸ ਦਿੰਨਾ ਮਿਜ਼ੋਰਮ ਮਨੀਪੁਰ ਮਿਜ਼ੋਰਮ ਮਨੀਪੁਰ ਤੇ ਅਰुणाਚਲ ਪ੍ਰਦੇਸ਼ ਅਰੋਰ ਤਿੰਨ ਜਿਹੜੇ ਸਟੇਟ ਸਟੇਟ ਹੈਗੇ ਨੇ ਜਿੱਥੇ ਮੈਚਸ ਹੋਣਗੇ ਪਰ ਤਿੰਨ ਮੈਚ ਜਿਹੜੇ ਰੰਜੀ ਟਰਾਫੀ ਦੇ ਉਹ ਸਿੱਕੀਮ ਦੇ ਵਿੱਚ ਹੋਣਗੇ ਕਲੀਅਰ ਚਲੋ ਜੀ ਅਗਲੀ ਕੁਸ਼ਨ ਤੇ ਚੱਲਦੇ ਜੀ ਅਗਲਾ ਕੁਸ਼ਨ ਹੈ ਵਿਚ ਕੰਟਰੀ ਵਨ ਦਾ ਸੈਫ ਅੰਡਰ 17 ਚੈਂਪੀਅਨਸ਼ਿਪ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਅੰਡਰ 17 ਦੀ ਚੈਂਪੀਅਨਸ਼ਿਪ ਕਿਸ ਦੇਸ਼ ਤੇ ਦੁਆਰਾ ਜਿੱਤੀ ਗਈ ਔਰ 100% ਇੱਕ ਆਪਸ਼ਨ ਪੇਪਰ ਦੇ ਵਿੱਚ ਆਣਾ ਜੇ ਹੁਣੀ ਰੀਸੈਂਟਲੀ ਵੀ ਕੁਸ਼ਨ ਆਇਆ ਹੋਇਆ ਸੀਗਾ ਜਿਹਦੇ ਵਿੱਚ ਸ਼੍ਰੀਲੰਕਾ ਜਿੱਤਿਆ ਸੀਗਾ ਉਹ ਕੁਐਸਚਨ ਵੀ ਜਿਹੜਾ ਫੋਰਸ ਗਾਰਡ ਦੇ ਵਿੱਚ ਆਇਆ ਹੋਇਆ ਸੀ ਕਲੀਅਰ ਓਕੇ ਆਹ ਕੁਐਸਚਨ ਵੀ ਪੇਪਰ ਦੇ ਵਿੱਚ ਆਣਾ ਹੈ ਸੈਫ ਅੰਡਰ 17 ਚੈਂਪੀਅਨਸ਼ਿਪ ਕਿਸ ਦੇਸ਼ ਦੇ ਦੁਆਰਾ ਜਿੱਤੀ ਗਈ ਸ਼੍ਰੀਲੰਕਾ ਬੰਗਲਾਦੇਸ਼ ਨੇਪਾਲ ਜਾਂ ਇੰਡੀਆ ਧਿਆਨ ਨਾਲ ਆਨਸਰ ਦੇਣਾ ਅੱਖਾਂ ਖੋਲ ਕੇ ਫੋਟ ਸਮਝ ਕੇ ਮੁਹੰਮਦ ਮੁਸਾਲ ਨੇਪਾਲੀ ਬਾਬਾ ਨੇਪਾਲੀ ਬਾਬਾ ਪੱਕਾ ਸਾਰੇ ਨੇਪਾਲ ਯਾਰ ਇੰਡੀਆ ਬਾਰੇ ਕੀ ਵਿਚਾਰ ਆ ਇੰਡੀਆ ਬਾਰੇ ਵਿਚਾਰ ਹੈਗਾ ਕਿਸੇ ਦਾ ਇੰਡੀਆ ਹੀ ਆਪਣਾ ਇੱਥੇ ਆਨਸਰ ਆ ਬਈ ਓਕੇ ਸੈਫ ਅੰਡਰ 17 ਚੈਂਪੀਅਨਸ਼ਿਪ ਜਿਹੜੀ ਸ਼੍ਰੀਲੰਕਾ ਦੇ ਵਿੱਚ ਹੋਈ ਸੀਗੀ ਕੋਲੰਬੋ ਸ਼੍ਰੀਲੰਕਾ ਦੇ ਵਿੱਚ ਹੋਈ ਸੀਗੀ ਜਿੱਥੇ ਸਟੇਡੀਅਮ ਦਾ ਨਾਮ ਰੇਸ ਕੋਰਸ ਇੰਟਰਨੈਸ਼ਨਲ ਸਟੇਡੀਅਮ ਸੀ ਔਰ ਇੱਥੇ ਇੰਡੀਆ ਨੇਪਾਲ ਨੂੰ ਹਰਾ ਕੇ ਜਿੱਤਦਾ ਹੈ ਇੰਡੀਆ ਨੇਪਾਲ ਨੂੰ ਹਰਾ ਕੇ ਜਿੱਤਦਾ ਹੈ ਇੰਡੀਆ ਇਸ ਦਾ ਵਿਨਰ अगले क्वेश्चन ते हु बिकेम द फर्स्ट इंडियन वुमेन विन ए गोल्ड एट बोथ कॉमनवेल्थ गेम्स एंड एशियन गेम्स कॉमनवेल्थ गेम्स और एशियन गेम्स ਦੇ ਵਿੱਚ ਕਿਹੜੀ ਇਹੋ ਜੀ ਇੰਡੀਅਨ ਰੈਸਲਰ ਹੈ ਜਿਨੇ ਦੋਨੋਂ ਖੇਡਾਂ ਦੇ ਵਿੱਚ 골ਡ ਪ੍ਰਾਪਤ ਕੀਤਾ ਕਾਮਨਵੈਲਥ ਵੀ ਏਸ਼ੀਅਨ ਦੇ ਵਿੱਚ ਵੀ ਤਾਂ ਆਨਸਰ ਇਜ਼ ਦਾ ਵਿਨੇਸ਼ ਫੋਗਟ ਵਿਨੇਸ਼ ਫੋਗਟ ਨੇ ਕਾਮਨਵੈਲਥ ਔਰ ਏਸ਼ੀਅਨ ਦੇ ਵਿੱਚ 골ਡ ਪ੍ਰਾਪਤ ਕੀਤਾ ਰੀਸੈਂਟਲੀ ਰੀਸੈਂਟਲੀ ਜਿਹੜਾ ਇੱਕ ਇੰਟਰਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਹੋਈ ਸੀਗੀ ਔਰ ਇਹ ਬੈਲਗ੍ਰੇਡ ਸਰਬੀਆ ਦੇ ਵਿੱਚ ਹੋਈ ਸੀ ਬੈਲਗ੍ਰੇਡ ਸਰਬੀਆ ਦੇ ਵਿੱਚ ਔਰ ਇੱਥੇ ਇਸੀ ਖਿਡਾਰੀ ਨੇ ਵਿਨੇਸ਼ ਫੋਗਟ ਨੇ ਜਿਹੜਾ ব্রੋਂਜ਼ ਮੈਡਲ ਜਿੱਤੇ ਆ 53 ਕੇਜੀ ਦੇ ਵਿੱਚ ਇਸ ਕਰਕੇ ਨਿਊਜ਼ ਦੇ ਵਿੱਚ ਕਾਫੀ ਜ਼ਿਆਦਾ ਫੇਮਸ ਸੀ ਬੈਲਗ੍ਰੇਡ ਜਿਹੜੀ ਕੈਪੀਟਲ ਆ ਸਰਬੀਆ ਦੀ ਉੱਥੇ ਇਹ ਮੈਚ ਹੋਈ ਸੀ ਓਕੇ which country won the historic victory at the safe women's championship ਪਿਛਲਾ ਜਿਹੜਾ ਗੱਲ ਕੀਤੀ ਉਹ ਕਿਹੜਾ ਸੀ ਸੇਫ ਚੈਂਪੀਅਨਸ਼ਿਪ ऑटोमैटिकली जो तो मैं कला, सैफ चैंपियनशिप बोलूँगा यानी कि सैफ मेल चैंपियनशिप हूँ इतने साफ तौर पर लिखा गया सैफ वूमेन चैंपियनशिप किस खिडारी के द्वारा जीती गई किस कंट्री के द्वारा जीती गई ऑप्शन श्रीलंका बांग्लादेश नेपाल तो इंडिया हाँ जी इतने आंसर क्या आएगा यार नेपाल दे मगर क्यों पै गए हो यार ਇਥੇ ਆਪਣਾ ਆਨਸਰ ਕੀ ਰਹੇਗਾ ਬੰਗਲਾਦੇਸ਼ ਇਜ਼ ਦਾ ਕਲੈਕਟ ਆਨਸਰ ਬੰਗਲਾਦੇਸ਼ ਦੇ ਦੁਆਰਾ ਸੈਫ ਅੰਡਰ 17 ਜਿਹੜੀ ਆ ਵੂਮਨ ਚੈਂਪੀਅਨਸ਼ਿਪ ਜਿਹੜੀ ਜਿੱਤੀ ਗਈ ਸੀ ਓਕੇ ਤੋਂ ਬੰਗਲਾਦੇਸ਼ ਇਥੇ ਆਪਣਾ ਬਿਲਕੁਲ ਕਰੈਕਟ ਆਨਸਰ ਆ ਬੰਗਲਾਦੇਸ਼ ਦੀ ਕੀਪਰ ਜਿਹਦਾ ਨਾਮ ਸੀ ਸਾਬੀਨਾ ਖਾਤਮ ਆ ਟੌਪ ਸਕੋਰਰ ਰਹੀ ਔਰ ਗੋਲ ਕੀਪਰ ਰੂਪਨਾ ਚਕਮਾ ਬੰਗਲਾਦੇਸ਼ ਦੇ ਇਹ ਬੈਸਟ ਗੋਲ ਕੀਪਰ ਦਾ ਅਵਾਰਡ ਜਿਹੜਾ ਇਹਨਾਂ ਨੂੰ ਮਿਲਿਆ ਰੂਪਨਾ ਚਕਮਾ ओके okay, बांग्लादेश पिछे याद रखो सैफ अंडर सैवनटीन इंडिया जितया और वुमेन वाली बांग्लादेश जितया बस एना ही चीज़ याद रखनी है चलो अगले क्वेश्चन हु अनाउंसड हर रिटायरमेंट फ्रॉम आल फॉर्म्स ऑफ क्रिकेट गेम रिसेंटली हंड्रेड परसेंट एक क्वेश्चन आने वाला है रिसेंटली एक इंडियन वुमेन क्रिकेटर ने अपनी रिटायरमेंट अनाउंस कर दी है ठीक है और किड़े क्रिकेटर ने दीप्ति शर्मा ज्वलन गोस्वामी स्मृति मदाना या हरमनप्रीत कौर तो रिसेंटली किने अनाउंस की है जूलन गोस्वामी ने ओके आंसर की अपने को बी ऑप्शन जुलन गोस्वामी और हरमनप्रीत कौर की बन गए ने आह बन गए ने कैप्टन कैप्टन ऑफ वुमेन इंडियन क्रिकेट टीम क्लियर चलो जी अगले क्वेश्चन तो चलते हैं हु अमंग फॉलोइंग इज नॉट इज नॉट टॉप 3 अमंग द टॉप 3 स्टेट्स टॉप 3 लार्जेस्ट स्टेट्स इन टर्म्स ऑफ द ओवरऑल इंप्लीमेंटेशन ऑफ सेंटर्स ऑफ फ्लैगशिप पोषण अभियान अकॉर्डिंग टू द नीति आयोग देखो पोषण अभियान ਦੇ ਦੁਆਰਾ ਰੈਂਕਿੰਗ ਗੱਡੀ ਗਈ पोषण अभियान ਦੇ ਦੁਆਰਾ पोषण अभियान एक प्रोग्राम ਜਿਹੜਾ ਸਰਕਾਰ ਦੇ ਦੁਆਰਾ ਭਾਰਤ ਸਰਕਾਰ ਦੇ ਦੁਆਰਾ ਚਲਾਇਆ ਗਿਆ ਸੀਗਾ ਜਿਹਦੇ ਵਿੱਚ ਫੂਡ ਦੀ ਕਮੀ ਯਾਨੀ ਕਿ ਹਰ ਇੱਕ ਨੂੰ ਪੋਸ਼ਣ ਜਿਹੜਾ ਪ੍ਰੋਵਾਈਡ ਕੀਤਾ ਜਾ ਸਕੇ ਖਾਸ ਤੌਰ ਤੇ ਇਨਫੈਂਟਸ ਔਰ ਜਿਹੜੀਆਂ ਮਾਵਾਂ ਨੇ ਉਹਨਾਂ ਨੂੰ ਜਿਹੜਾ ਪੋਸ਼ਣ ਜਿਹੜਾ ਉਹ ਦਿੱਤਾ ਜਾ ਸਕੇ ਇਸ ਅਭਿਆਨ ਦੇ ਅੰਤਰਗਤ ਕਾਫੀ ਸਾਰੇ ਸਟੇਟਸ ਨੇ ਬੜਾ ਅੱਛਾ ਪਰਫਾਰਮ ਕੀਤਾ ਔਰ ਉਹਦੇ ਵਿੱਚ ਤਿੰਨ ਟੋਪ ਦੇ ਰਹੇ ਹੈ ਨਾ ਉਹ ਟੋਪ ਨਾਲੋਂ ਦੱਸਣਾ ਆਪਣਾ ਅੱਡ ਕਿਹੜਾ ਹੈ ਤੋਂ ਟੋਪ ਦੇ ਵਿੱਚ ਕਿਹੜੇ-ਕਿਹੜੇ ਰਹੇ ਮਹਾਰਾਸ਼ਟਰ ਠੀਕ ਹੈ ਆ ਟੋਪ ਦੇ ਵਿੱਚ ਸੀਗਾ ਆਂਧਰਾ ਪ੍ਰਦੇਸ਼ ਵੀ ਟੋਪ 'ਚ ਸੀ ਔਰ ਗੁਜਰਾਤ ਤੇ ਉੱਤਰ ਪ੍ਰਦੇਸ਼ ਲੈ ਗਿਆ ਗੁਜਰਾਤ ਵਾਸ ਆਲਸੋ ਐਟ ਦਾ ਟੋਪ ਤੋਂ ਆਨਸਰ ਕੀ ਹੈ ਉੱਤਰ ਪ੍ਰਦੇਸ਼ ਇੱਥੇ ਆਪਣਾ ਕਰੈਕਟ ਆਨਸਰ ਹੈ ਯੂਪੀ ਇਸ ਦਾ ਕਰੈਕਟ ਆਨਸਰ ਹੈ ਕਲੀਅਰ ਤਾਂ ਜੇ ਆਪਾਂ ਬੈਸਟ ਇੱਥੇ ਕੀ ਲਿਖਿਆ ਜੀ ਜਿਹੜੇ ਵੱਡੇ ਸਟੇਟਸ ਨੇ ਠੀਕ ਹੈ ਲਾਰਜਰ ਸਟੇਟਸ ਅਗਰ ਸਮਾਲ ਸਟੇਟਸ ਦੀ ਗੱਲ ਕਰਾਂਗੇ ਉਹਦੇ ਵਿੱਚ ਬੈਸਟ ਪਰਫਾਰਮਰ ਹੈ ਜਿਹੜਾ ਹੋ ਰਿਹਾ ਜਿਹੜਾ ਸਿੱਕੀਮ ਕਲੀਅਰ ਵਿਚ ਜੀਓਲੋਜੀਕਲ ਪਾਰਕ ਹੈਜ਼ ਬੀਨ ਅਜਜਡ ਅਜਜਡ ਐਸ ਦਾ ਬੈਸਟ ਜ਼ੂ ਇਨ ਦਾ ਕੰਟਰੀ ਕਿਹੜਾ ਜੀਓਲੋਜੀਕਲ ਪਾਰਕ ਜਿਹੜਾ ਬੈਸਟ ਜੀਓਲੋਜੀਕਲ ਪਾਰਕ ਹੈ ਆਪਣੇ ਇੰਡੀਆ ਦੇ ਵਿੱਚ ਇਹੋ ਜਿਹਾ ਕਿਹੜਾ ਜੀਓਲੋਜੀਕਲ ਪਾਰਕ ਬੈਸਟ ਜੀਓਲੋਜੀਕਲ ਪਾਰਕ ਹੈ ਉਹ ਹੈਗੇ ਜੀ ਦਾਰਜਲਿੰਗ ਦਾ ਦਾਰਜਲਿੰਗ ਦਾ ਪਦਮਾਜਾ ਨਾਈਡੂ ਹਿਮਾਲੀਅਨ ਜੀਓਲੋਜੀਕਲ ਪਾਰਕ ਯਾਨੀ ਕਿ ਇਹ ਆਪਸ਼ਨ ਹੈ ਆਪਣੇ ਕੋਲ ਕਰੈਕਟ ਹੈ ਓਕੇ ਦਾਰਜਲਿੰਗ ਵੈਸਟ ਬੰਗਾਲ ਯਾਨੀ ਕਿ ਹੈਨਾ ਦਾਰਜਲਿੰਗ ਵੈਸਟ ਬੰਗਾਲ ਦਾ ਇਹ ਜੀਓਲੋਜੀਕਲ ਪਾਰਕ ਓਕੇ ਇਹ ਵੀ ਕੋਲਕਾਟਾ ਦਾ ਹਲੀਪੁਰ ਥਿਸ ਇਜ਼ ਆਲਸੋ ਆਫ ਦਾ ਕੋਲਕਾਟਾ ਠੀਕ ਹੈ ਅਰਿੰਗਰ ਅੰਨਾ ਜ਼ੂਲੋਜੀਕਲ ਪਾਰਕ ਇਹ ਬਿਲੋਂਗ ਕਰਦਾ ਹੈ ਚੇਨਈ ਤੋਂ ਆਹ ਚੇਨਈ ਆ ਜੀ ਚੇਨਈ ਦੇ ਵਿੱਚ ਆ ਜਗ੍ਹਾ ਸਾਰੀਆਂ ਯਾਦ ਰੱਖਿਓ ਓਕੇ ਔਰ ਗਾਰਡਨਸ ਕਿਹੜਾ ਚਾਮਾ ਰਜਿੰਦਰਾ ਗਾਰਡਨ ਆਹ ਬਿਲੋਂਗ ਕਰਦਾ ਜੀ ਕਰਨਾਟਕਾ ਮਾਇਸੂਰ ਕਰਨਾਟਕਾ ਦੇ ਵਿੱਚ ਆ ਓਕੇ ਆਹ ਕੁਐਸਚਨ ਪੇਪਰ ਦੇ ਵਿੱਚ ਆਉਣ ਵਾਲਾ ਕੁਐਸਚਨ ਹੈ ਬੈਸਟ ਜ਼ੂਲੋਜੀਕਲ ਪਾਰਕ ਕਿਹੜਾ ਰਿਹਾ ਅਗਲੇ ਕੁਐਸਚਨ ਤੇ ਹੂ ਇਜ਼ ਇਲੈਕਟਿਡ ਐਜ਼ ਦਾ ਪ੍ਰੈਜ਼ੀਡੈਂਟ ਆਫ AIFF, AIFF, AIFF. इंडियन फुटबॉल फेडरेशन ऑल इंडिया फुटबॉल फेडरेशन एआईएफएफ एआईएफ एआईएफएफ ठीक है आई इंडियन ਜਿਹੜੀ ਫੁੱਟਬਾਲ ਫੈਡਰੇਸ਼ਨ ਆ ਉਹਨਾਂ ਦਾ ਪ੍ਰੈਜ਼ੀਡੈਂਟ ਨਵੇਂ ਕਿਹੜੇ ਬਣੇ ਨੇ ਉਹ ਬਣੇ ਨੇ ਕਲਿਆਨ ਚੋਬੇ ਕਲਿਆਨ ਚੋਬੇ ਨੇ ਹਰਾਇਆ ਕਿਨ ਨੂੰ ਸੀ ਬਾਜੰਗ ਬੂਟੀਆਂ ਨੂੰ ਜਿਹੜਾ ਹਰਾਇਆ ਸੀਗਾ ਬਾਜੰਗ ਬੂਟੀਆਂ ਨੂੰ ਕਲਿਆਨ ਚੋਬੇ ਨੇ ਹਰਾਇਆ ਸੀਗਾ ਕਲੀਅਰ ਚਲੋ ਜੀ ਅਗਲੇ ਕੁਸ਼ਣ ਤੇ ਮੂਵ ਔਨ ਕਰਦੇ ਆਂ who is elected president acha to ho gaya ab bas itthe apne questions sare khatam ho gaye this is all for today apna kal milange sham nu 5 baje punjab gk di class de vich aur parso nu punjab di current affairs yani ki mangalwar nu apni punjab gk di current affairs hovegi to tadun tusi sare punjab gk di current affairs zaroor attend kariyo kyunki bahut sare question jehde hai punjab gk di current affairs to aan ge clear ਤੁਸੀਂ ਸਾਰੇ ਲੋਕਾਂ ਨੂੰ ਟੂਡੇ ਸਾਰੇ ਬੱਚਿਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਹੈ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਔਰ ਆਪਣੇ ਯਾਰਾ ਦੋਸਤਾਂ ਨੂੰ ਆਪਣੇ ਜਾਣ ਪਛਾਣਦਿਆਂ ਨੂੰ ਵੀ ਇਸ ਚੈਨਲ ਦਾ ਜਿਹੜਾ ਲਿੰਕ ਆ ਭੇਜ ਦੇਣਾ ਸੋ ਦੈਟ ਕਿ ਉਹ ਵੀ ਸਬਸਕ੍ਰਾਈਬ ਕਰ ਲੈਣ ਔਰ ਆਉਣ ਵਾਲੀ ਵੀਡੀਓਜ਼ ਤੇ ਨੋਟੀਫਿਕੇਸ਼ਨ ਉਹਨਾਂ ਨੂੰ ਵੀ ਆਉਂਦੇ ਰਹਿਣ ਔਰ ਸਾਰੇ ਮਿਲ ਜੁਲ ਕੇ ਤਿਆਰੀ ਕਰੋ ਨਾ ਕਰ ਪਲਾ ਸੋ ਹੋ ਪਲਾ ਸੋ ਅੰਤ ਪਲੇ ਦਾ ਪਲਾ ਤੋ ਇਹੋ ਜੀ ਵਿਚਾਰ ਧਾਰਾ ਦੇ ਨਾਲ ਸਾਨੂੰ ਸਾਰਿਆਂ ਨੂੰ ਇਕੱਠੇ ਅੱਗੇ ਵਧਣਾ ਚਾਹੀਦਾ ਹੈ ਠੀਕ ਹੈ ਨੌਕਰੀ ਤੁਹਾਨੂੰ ਮਿਲਣੀ ਹੈ ਜਿਹੜਾ ਜੀ ਜਿਹੜਾ ਕਿ ਮਿਹਨਤ ਮਾਰੂਗਾ ਔਰ ਮਿਹਨਤ ਮਾਰਨ ਤੋਂ ਕਦੀ ਵੀ ਪਿੱਛੇ ਨਹੀਂ ਹਟਣਾ ਓਕੇ ਸਸਰੀਕਾਲ ਬਾਏ ਬਾਏ ਟੂ ਆਲ ਥੈਂਕ ਯੂ ਸੰਦੀਪ ਗੁਰਵਿੰਦਰ ਮੁਹੰਮਦ ਮੋਸਾਦ ਰਿਸ਼ਨਾ ਪ੍ਰਭਜਤ ਕੋਰ ਔਰ ਨੈਕਸਟ ਕਰੰਟ ਅਫੇਅਰਸ ਦੀ ਮੈਰਾਥਨ ਦਾ ਤੁਹਾਨੂੰ ਦਾ ਇੰਤਜ਼ਾਰ ਰਹੇਗਾ ਬਹੁਤ ਜਲਦੀ ਜਿਹੜੀ ਮੈਰਾਥਨ ਹੈ ਉਹ ਲਵਾਂਗੇ ਮੈਨੂੰ ਵੀ ਇੰਤਜ਼ਾਰ ਰਹੇਗਾ ਕਦੋਂ ਮੈਨੂੰ ਉਸ ਵਾਗ ਪ੍ਰਾਪਤ ਹੋਏਗਾ ਕਿ ਅਗਲੀ ਮੈਰਾਥਨਾਂ ਜਿਹੜੀ ਮੈਂ ਜਲਦ ਤੋਂ ਜਲਦ ਕਰੰਟ ਅਫੇਅਰਸ ਦੀ ਲੈ ਕੇ ਆਵਾਂ ਬਾਏ ਬਾਏ ਟੂ ਆਲ ਲਵ ਯੂ